ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਐਤਵਾਰ ਆ ਜੀ, ਸੰਡੇ ਦਾ ਦਿਨ ਆ ਤੇ ਹਰ ਐਤਵਾਰ ਸਾਡੇ ਜਿਹੜੇ ਬਾਪੂ ਬਜ਼ੁਰਗ ਆ ਉਹਨਾਂ ਦੇ ਕੇਸੀ ਇਸ਼ਨਾਨ ਕਰਾ ਕੇ ਕੰਘਾ ਨਹੀਂ ਪੁੱਤ ਕਿਵੇਂ ਇੰਦਰੀ ਠੀਕ ਆ ਬਾਬੇ ਕੇਸੀ ਹਾਂ ਠੀਕ ਆ ਜੀ ਕੇਸੀ ਤਾਂ ਕੀਤਾ ਨੀ ਦੂਜਾ ਹੀ ਆ ਕਹਿੰਦੇ ਕੱਲ ਨੂੰ ਕਰਾਂਗੇ ਕੱਲ ਨੂੰ ਕਰਾਂਗੇ ਕਹਿੰਦੇ ਤੇ ਕੇਸੀ ਇਸ਼ਨਾਨ ਕਰਾ ਕੇ ਬਜ਼ੁਰਗਾਂ ਦੀ ਜਿਹੜੀ ਤਿਆਰੀ ਹੋ ਰਹੀ ਆ ਬਾਪੂ ਗੋਪਾਲ ਕੇਸਰ ਸਿੰਘ ਜੀ ਦਾ ਅੱਜ ਕੇਸੀ ਇਸ਼ਨਾਨ ਨਹੀਂ ਹੋਇਆ ਇਹਨਾਂ ਦਾ ਕੱਲ ਨੂੰ ਹੋਣਾ ਵਾ ਕਿਉਂਕਿ 125 ਤੋਂ ਪਲੱਸ ਮੈਂਬਰ ਨੇ ਜਿਹੜੇ ਜਿਨ੍ਹਾਂ ਦੇ ਸਿਰ ਦੇ ਉੱਪਰ ਦਸਤਾਰਾਂ ਨੇ ਜੂੜੇ ਨੇ ਤੇ ਉਹਨਾਂ ਸਾਰੇ ਮੈਂਬਰਾਂ ਦਾ ਇਸ਼ਨਾਨ ਕਰਾਉਣਾ ਉਹਨਾਂ ਦੇ ਸਿਰ ਬਾਹਣੇ ਜੂੜੇ ਕਰਨੇ ਦਸਤਾਰਾਂ ਬੰਨਣੀਆਂ ਇੰਨੇ ਕੀ ਮੈਂਬਰ ਹੋਰ ਨੇ ਜਿਹੜੇ ਠੀਕ ਨੇ ਜਿਹੜੇ ਆਪਣੀ ਦਸਤਾਰ ਵਗੈਰਾ ਆਪ ਬੰਨ ਲੈਂਦੇ ਨੇ ਜਾਂ ਆਪਣੀ ਕੇਅਰ ਆਪ ਕਰ ਲੈਂਦੇ ਨੇ ਤੇ ਅੱਜ ਬਾਪੂ ਥੋੜਾ ਸਿਰ ਨੀਵਾਂ ਕਰੇ ਮਾੜਾ ਸੁਪਨਿਆਂ ਦੇ ਘਰ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਹਰ ਰੋਜ਼ ਦੀ ਡਿਊਟੀ ਹੈ ਸਾਡੇ ਟੀਮ ਮੈਂਬਰਾਂ ਦੀ ਹਰ ਰੋਜ਼ ਇਸੇ ਤਰ੍ਹਾਂ ਦਸਤਾਰਾਂ ਬੰਨਣੀਆਂ ਦਸਤਾਰਾਂ ਬੰਨਣ ਤੋਂ ਪਹਿਲਾਂ ਸਿਰ ਬਾਹੁਣੇ ਆ ਬਾਪੂ ਸਰਦਾਰ ਕੇਸਰ ਸਿੰਘ ਧਾਲੀਵਾਲ ਸਾਡੇ ਪਰਿਵਾਰ ਦੇ ਉਹ ਪਹਿਲੇ ਮੈਂਬਰ ਨੇ ਜਿਨ੍ਹਾਂ ਦੇ ਕਰਕੇ ਇਸ ਸੇਵਾ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਨੂੰ ਅਸੀਂ ਪਹਿਲੇ ਮੈਂਬਰ ਸੀ ਜਿਨ੍ਹਾਂ ਨੂੰ ਅਸੀਂ ਜਾ ਕੇ ਪਿੰਡ ਤੋਂ ਲੈ ਕੇ ਆਏ ਸੀ ਇਸ ਤੋਂ ਪਹਿਲਾਂ ਢਾਬੇ ਤੇ ਜਿਹੜੇ ਸ਼ੁਕਲਾ ਬਾਬਾ ਜਾਂ ਕੋਈ ਹੋਰ ਦੋ ਚਾਰ ਮੈਂਬਰ ਜਿਹੜੇ ਆਪਣੇ ਆਪ ਆ ਗਏ ਉਹਨਾਂ ਦੀਆਂ ਤਸਵੀਰਾਂ ਤੇ ਫੋਟੋਜ਼ ਦੇਖ ਕੇ ਸਾਨੂੰ ਸੰਗਤ ਫੋਨ ਕਰਨ ਲੱਗ ਗਏ ਵੀ ਇੱਥੇ ਵੀ ਬੰਦਾ ਉੱਥੇ ਵੀ ਬੰਦਾ ਪਿਆ ਵਾ ਤਾਂ ਬਾਪੂ ਕੇਸਰ ਸਿੰਘ ਜੀ ਦੇ ਨਗਰ ਚੋਂ ਵੀ ਜਦੋਂ ਫੋਨ ਆਇਆ ਸੀਗਾ ਪਹਿਲਾਂ ਤਾਂ ਅਸੀਂ ਜਵਾਬ ਦੇਤਾ ਸੀਗਾ ਪਰ ਮਹਾਰਾਜ ਨੇ ਸੇਵਾ ਕਰਵਾਉਣੀ ਸੀ ਸੱਚੇ ਪਾਤਸ਼ਾਹ ਨੇ
ਬਾਪੂ ਕਰੀਏ ਨਾ ਪੂਣੀ ਕਰੀਏ। ਆਫੜੇ ਬਾਪੂ ਕੋਈ ਨਾ, ਆਫੜੇ ਬਾਪੂ ਲਾ। ਇਧਰੋਂ ਘੁਮਾਰੇ ਮੂੰਹ ਲੜ ਛੋਟਾ ਕਰਤਾ ਗਿਆ ਉਹ ਜਿਹੜਾ ਰਾਤ ਵੀਡੀਓ ਪਾਉਂਦੇ ਕਿਹੜਾ ਬਾਪੂ ਜਿਹਦੀ ਰਾਤ ਵੀਡੀਓ ਪਾਉਂਦੇ ਜਿਹਦਾ ਭਾਈ ਆਏ ਨਹੀਂ ਨਹੀਂ ਗਿਆ ਨੀ ਇੱਥੇ ਹੀ ਆ ਤਾਂ ਭਰਾ ਵੀ ਉਹਦਾ ਇੱਥੇ ਹੀ ਆ ਜਾਣਾ ਉਹਨੇ ਅੱਜ ਨਹੀਂ ਨਹੀਂ ਜਾਂਦਾ ਤਾਂ ਨੀ ਮੈਨੂੰ ਲੱਗਦਾ ਮਿਲ ਨੀ ਆਇਆ ਭਰਾ ਉਹਦਾ ਠੀਕ ਆ ਬਾਪੂ ਠੀਕ ਆ ਠੀਕ ਆ ਰੁਕ ਜਾਓ ਥੋੜਾ ਹਾਂ 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 ਜਿਵੇਂ ਸਵੇਰ ਦੀਆਂ ਤਸਵੀਰਾਂ ਇਹ ਤੁਹਾਨੂੰ ਦਿਖਾਉਂਦੇ ਆ ਉਧਰ ਜਿਵੇਂ ਸਾਰਿਆਂ ਦੇ ਇਸ਼ਨਾਨ ਹੋ ਰਹੇ ਆ ਇਸ਼ਨਾਨ ਉਹ ਪਹਿਲਾਂ ਸਵੇਰੇ ਸਾਰਿਆਂ ਦੇ ਬਰੱਸ਼ ਕਰਾਏ ਗਏ ਨੇ ਤੇ ਬਰੱਸ਼ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਜੰਗਲ ਪਾਣੀ ਜਾ ਕੇ ਫਰੈਸ਼ ਹੋ ਕੇ ਮੈਂਬਰ ਸਾਡੇ ਜਿਹੜੇ ਬਾਪੂ ਬਜ਼ੁਰਗ ਨੇ ਉਹਨਾਂ ਦੇ ਹਾਂ ਅਗਰ ਦਿੱਤੇ ਹਾਂ ਕਿਵੇਂ ਆ ਠੀਕ ਆ ਸਤਿ ਸ੍ਰੀ ਅਕਾਲ ਮਹਿੰਗੇ ਵੀਰੇ ਦੂਜੀ ਵਾਰੀ ਬੁਲਾਤੀ ਠੀਕ ਆ ਪੱਗ ਬਣਾ ਠੀਕ ਕਰਾਂ ਕਿ ਅੱਜ ਪੱਗਾਂ ਨੀ ਬਣਾ ਰਿਹਾ ਨਾਲ ਉਹ ਬੰਨ ਉਧਰ ਚੱਲ ਗਿਆ ਹਾਂ ਉਹਦੇ ਬੰਨ ਦੇ ਤੇ ਸਾਡੇ ਨਾਲ ਜਿਹੜੇ ਸੇਵਾ ਕਰਾ ਰਹੇ ਨੇ ਜ਼ਿਆਦਾਤਰ ਵੀਰ ਉਹ ਨੇ ਜਿਹੜੇ ਪਹਿਲਾਂ ਖੁਦ ਮਰੀਜ਼ ਸੀਗੇ ਹੁਣ ਜਿਵੇਂ ਅਜੇ ਆ ਇਹਦੀ ਅੱਖ ਦੇ ਵਿੱਚ ਵੀਰ ਦੇ ਬਹੁਤ ਵੱਡਾ ਜ਼ਖਮ ਸੀ ਅੱਖ ਦੇ ਥੱਲੇ ਐਡਾ ਵੱਡਾ ਹੋਲ ਸੀ ਕੀੜੇ ਪਏ ਹੋਏ ਸੀ ਵਿੱਚ ਉਹਦੇ ਤੇ ਹੁਣ ਵੀਰ ਸਾਰਾ ਦਿਨ ਇੱਥੇ ਸਾਡੇ ਨਾਲ ਸੇਵਾ ਕਰਾਉਂਦਾ ਇਸੇ ਤਰ੍ਹਾਂ ਹੀ ਜਿਹੜਾ ਮਹਿੰਗਾ ਬਾਪੂ ਆ ਜਿਹੜਾ ਖੜਾ ਸੀ ਵੀਰਾ ਸਾਡੇ ਕੋਲੇ ਇਹ ਵੀ ਵੀਰਾ ਬੁਲਾਰੇ ਪਿੰਡ ਤੋਂ ਆ ਤੇ ਇਹ ਵੀ ਐਜ ਏ ਪੇਸ਼ੈਂਟ ਆਇਆ ਸੀਗਾ ਪਰ ਇਹ ਵੀਰਾ ਵੀ ਸਾਡੇ ਨਾਲ ਹੁਣ ਜਿਵੇਂ ਦਸਤਾਰਾਂ ਬਣਾਉਣੀਆਂ ਪ੍ਰਸ਼ਾਦਾ ਪਾਣੀ ਵਰਤਾਉਣਾ ਇਸ ਤਰ੍ਹਾਂ ਦੀਆਂ ਸੇਵਾਵਾਂ ਕਰਾਉਂਦੇ ਨੇ ਹੁਣ ਪੱਗਾਂ ਚ ਕਸਕਾਈ ਨਾ ਦੇਖੀ ਜਮਾ ਨੀ ਹਿਲਦੀ ਅੱਜ ਤਾਂ ਨਾ ਚੱਕੀ
ਹਾਂ ਕਰ ਦਿੱਤਾ ਪੱਗ ਬੰਨਣੀ ਸਰਪੰਚਾ ਕਿਵੇਂ ਆ ਨਹਾਇਆ ਆ ਇਸ਼ਨਾਨ ਕਰ ਲਿਆ ਘੜੀ ਲੱਭ ਗਈ ਤੇਰੀ ਕਿ ਨਹੀਂ ਇਹਦੀ ਘੜੀ ਲੱਭੀ ਨੀ ਰੋਮੀ ਇਹਦੇ ਕੋਲੇ ਪੁੱਤ ਐ ਘੜੀ ਕਿਵੇਂ ਚਲੇ ਜਾਊਗੀ ਯਾਰ ਨੇ ਉੱਥੇ ਅਨਾਉਂਸ ਕੀਤਾ ਸਾਰਿਆਂ ਨੂੰ ਕਹਿ ਦੇਣਾ ਸੀ ਪੁੱਤ ਹਾਂ ਪਰਨਾ ਬੰਨਣਾ ਠੀਕ ਹੈ ਪਰਨਾ ਬੰਨ ਦਿੰਦੇ ਆ ਛੋਟਾ ਪਰਨਾ ਦੇਵੇ ਨੂੰ ਉਹ ਫਿਰ ਕਰ ਦਿੱਤੇ ਆ ਠੀਕ ਹੈ ਕਰ ਦਿੱਤੇ ਇਹ ਕਰ ਦਿੱਤਾ ਸਾਡਾ ਮੋਗੇ ਜ਼ਿਲ੍ਹੇ ਤੋਂ ਆ ਬੱਚਾ ਡਗਰੂ ਵਾਲੇ ਫਾਟਕ ਆ ਜਦੋਂ ਫਿਰੋਜ਼ਪੁਰ ਨੂੰ ਜਾਂਦੇ ਆ ਮੋਗੇ ਤੋਂ ਗਾਂ ਉੱਥੇ ਫਾਟਕਾਂ ਤੇ ਸੜਕ ਤੇ ਰੁੜਦਾ ਫਿਰਦਾ ਸੀ ਬੱਚਾ ਲੱਤ ਚ ਇਹਦੇ ਰੋਡ ਪਈ ਹੋਈ ਸੀ ਉਹ ਰੋਡ ਬਾਹਰ ਨਿਕਲੀ ਹੋਈ ਸੀਗੀ ਤੇ ਉਹ ਰੋਡ ਇੰਨੀ ਜ਼ਿਆਦਾ ਪੇਨ ਕਰਦੀ ਸੀ ਉਹ ਥੱਲੇ ਜ਼ਮੀਨ ਚ ਘੁਸ ਜਾਂਦੀ ਸੀ ਜਦੋਂ ਰੁੜਦਾ ਸੀ ਇਹ ਬੱਚਾ ਤੇ 2017 ਦੇ ਵਿੱਚ ਉੱਥੋਂ ਲੈ ਕੇ ਆਏ ਸੀ ਗੁਰਦਿੱਤੇ ਨੂੰ ਤੇ ਉਸ ਤੋਂ ਬਾਅਦ ਗੁਰਦਿੱਤੇ ਦੀਆਂ ਐਕਸਰਸਾਈਜ਼ਾਂ ਹੋਈਆਂ ਹੁਣ ਗੁਰਦਿੱਤਾ ਬਹੁਤ ਠੀਕ ਆ ਲੱਤਾਂ ਵੀ ਸਿੱਧੀਆਂ ਹੋ ਗਈਆਂ ਇਹਦੀਆਂ ਕਾਫੀ ਵੀਲ ਸਾਈਕਲ ਵੀਲ ਚੇਅਰ ਤੇ ਭੱਜਿਆ ਫਿਰਦਾ ਲੱਤਾਂ ਦੇ ਨਾਲ ਹੀ ਇਹ ਆ ਵੀਲ ਚੇਅਰ ਭਜਾ ਲੈਂਦਾ ਸਾਰਾ ਦਿਨ ਇੰਡੀਪੈਂਡੈਂਟ ਹੋ ਕੇ ਗੁਰਦਿੱਤਾ ਆਪਣਾ ਦਿਨ ਚਰਿਆ ਕੱਢਦਾ ਬਾਪੂ ਗੋਪਾਲ ਨੂੰ ਮੈਂ ਕਰਦਾ ਬੁੱਧ ਤੂੰ ਉਹ ਬਾਪੂ ਨੂੰ ਫੜ ਗੁਰਦਿੱਤਾ ਸਰਦਾਰ ਬਣ ਗਿਆ ਹੁਣ ਦਾੜੀ ਆ ਗਈ ਗੁਰਦਿੱਤੇ ਦੇ ਤਾਂ ਜਦੋਂ ਲੈ ਕੇ ਆਏ ਸੀ ਗੁਰਦਿੱਤਾ ਜਵਾਕ ਸੀਗਾ ਨਿੱਕਾ ਜਿਹਾ ਇੱਥੇ ਆ ਕੇ ਗੁਰਦਿੱਤੇ ਦੇ ਫਿਰ ਦਾੜੀ ਆ ਗਈ ਇੱਕ ਏਸੀ ਇਸ਼ਨਾਨ ਨੀ ਕਰਾਇਆ ਬਾਪੂ ਗੋਪਾਲ ਦਾ ਅੱਜ ਅੱਛਾ ਦੋ ਦਿਨ ਹੀ ਹੋਇਆ ਹਜੇ ਠੀਕ ਆ ਵੀਰੇ ਠੀਕ ਆ ਪਾ ਦਾਂਗੇ ਦੇਖੋ ਬਾਪੂ ਗੋਪਾਲ ਦੇ ਕਿੱਡੇ ਕਿੱਡੇ ਕੇਸ ਹੋ ਗਿਆ ਪਰ ਆ ਜਗ੍ਹਾ ਜਿੱਥੇ ਕੜਾਈਆ ਚੱਕ ਚੱਕ ਕੇ ਬਾਪੂ ਨੇ ਗੰਜ ਪਈ ਸੀ ਉੱਥੇ ਉਵੇਂ ਹੀ ਗੰਜ ਆ ਹਜੇ ਵਿਚਾਰੇ ਦੇ ਤੇ ਗੰਜ ਹੀ ਨਿਕਲੀ ਹੈਗੀ ਐ ਚੌਰਸ ਆ ਜਮਾ ਸਮਤਲ ਹੋਈ ਹੋਈ ਆ ਜਗ੍ਹਾ ਸਿਰ ਆਪਣਾ ਗੋਲਾਈ ਚ ਹੁੰਦਾ ਏਦਾਂ ਇਹ ਆ ਜਗ੍ਹਾ ਇਹਦੀ ਗਲਾਈ ਚ ਨੀ ਹੈਗੀ ਐ ਪੱਧਰ ਆ ਜਮਾ ਕਿਉਂਕਿ ਸਿਰ ਤੇ ਬੱਠਲ ਚੱਕਿਆ ਸਾਰੀ ਉਮਰ ਪੰਡ ਚੱਕੀ ਪੱਠਿਆਂ ਦੀ ਸਾਰੀ ਉਮਰ ਗੋਹਾ ਚੱਕਿਆ ਸਾਰੀ ਉਮਰ ਤੇ ਉਹਨਾਂ ਏਰੀਆ ਬਾਪੂ ਗੋਪਾਲ ਦਾ ਸਮਤਲ ਹੀ ਹੋ ਗਿਆ ਆ ਦੇਖੋ ਉੱਥੇ ਉੱਥੇ ਬਾਲ ਆਏ ਹੀ ਨੀ ਬਾਪੂ ਦੇ ਕਿਉਂਕਿ ਉੱਥੋਂ ਉਹ ਬੱਠਲ ਨੇ ਕੜਾਈਏ ਨੇ ਗੋਹੇ ਦੇ ਨੇ ਮਸਾਮ ਹੀ ਬੰਦ ਕਰਤੇ ਬਾਪੂ ਦੇ ਬਾਲ ਰਹੇ ਪੂਰੇ ਸਿਲਕੀ ਸਿਲਕੀ ਪਏ ਆ ਹੈ ਬਾਪੂ ਸਾਡੇ ਬਾਪੂ ਗੋਪਾਲ ਦੇ ਕੇਸ ਸਿਲਕੀ ਸਿਲਕੀ ਪਏ ਆ
ਬਾਪੂ ਮੇਰੇ ਵਾਲ ਵੀ ਤੇਰੇ ਵਾਂਗੂ ਨਾ ਬਹੁਤ ਹਲਕੇ ਆ, ਨਰਮ ਆ, ਤੇਰੇ ਵਾਲ ਵੀ ਬਹੁਤ ਉਹ ਆ। ਆਪਣਾ ਇਹ ਡੱਬੀ ਦਿਓ ਕਹਿਦਾਂਗੇ ਭਾਈ, ਕਹਿ ਦਿੰਦੇ ਟੈਲੀਵਿਜ਼ਨ ਚ ਕਹਿ ਦਈਏ ਬਾਈ ਜੀ, ਅਸੀਂ ਬਾਈ ਨੂੰ ਸਾਡੇ ਨੂੰ ਛੁੱਟੀ ਦੇਣਾ ਚਾਹੁੰਦੇ ਆ। ਇਹਦੇ ਪਰਿਵਾਰ ਨੂੰ ਬੇਨਤੀ ਆ ਭਾਈ, ਇਹਦੇ ਮਾਤਾ ਜੀ ਨੂੰ ਬੇਨਤੀ ਆ ਵੀ ਮਾਤਾ ਆ ਕੇ ਜਾ ਸਾਡੇ ਕੋਲੇ, ਮਿਲ ਕੇ ਜਾ। ਹੁਣ ਵੀਰਾ ਬਹੁਤ ਕਹਿੰਦਾ ਰਹਿੰਦਾ ਵਾ ਵੀ ਮੈਂ ਜਾਣਾ ਘਰੇ ਜਾਣਾ ਮਾਤਾ ਕੋਲੇ, ਮਾਤਾ ਢਿੱਲੀ ਆ ਤੇ ਮਾਤਾ ਇਹਨੂੰ ਮਿਲ ਕੇ ਜਾ ਕੇ ਇਹਨੂੰ ਤਸੱਲੀ ਹੋਜੂਗੀ ਵੀ ਤੂੰ ਠੀਕ ਆ। ਤੇ ਮਹਿੰਗਾ ਬਾਈ ਬੁਲਾਰੇ ਪਿੰਡ ਤੋਂ ਆ, ਲੁਧਿਆਣੇ ਸ਼ਹਿਰ ਦੀਆਂ ਜੜਾਂ ਚ ਪੈਂਦਾ ਪਿੰਡ ਬੁਲਾਰਾ। ਤੇ ਬਾਈ ਸਾਡਾ ਪੰਚਾਇਤ ਮੈਂਬਰ, ਪਿੰਡ ਦਾ ਪੰਚਾਇਤ ਮੈਂਬਰ ਰਿਹਾ, ਪਰ ਕਰੀਬ 7-8 ਸਾਲ ਹੋ ਗਏ ਸੀ, 10 ਸਾਲ ਹੀ ਹੋ ਗਏ ਸੀ। ਹੁਣ ਕੱਲਾ ਹੀ ਏਦਾਂ ਘੁੰਮਦਾ ਰਹਿੰਦਾ ਸੀ, ਠੀਕ ਨੀ ਸੀਗਾ, ਕੱਲਾ ਹੀ ਗੱਲਾਂ ਕਰੀ ਜਾਂਦਾ ਰਹਿੰਦਾ ਸੀਗਾ, ਇਸ਼ਨਾਨ ਪਾਣੀ ਵੀ ਨੀ ਸੀ ਕਰਦਾ, ਮਾਂ ਨਾਲ ਵੀ ਨੀ ਸਹੀ ਤਰੀਕੇ ਨਾਲ ਬਚਾ ਕਰਦਾ। ਮੰਤਰੀ ਬਹਿ ਜਾ ਇੱਥੇ, ਰੱਖ ਦੇ ਪਰੇ ਨੂੰ ਕਰਕੇ ਇੱਥੇ ਬਹਿ ਜਾ, ਬੰਨਦਾ ਪੱਗ ਤੇਰੀ ਮੈਂ। ਮੰਤਰੀ ਤੇਰੇ ਤਾਂ ਵਾਲ ਕਟਾ ਦਈਏ, ਹੋਰ ਯਾਰ ਤੂੰ ਉਦੇ ਖਾਨ ਆ ਤੇਰਾ ਨਾਂ, ਰੱਖਣੇ ਉਦੇ ਖਾਨ, ਦੇਖ ਲੈ ਜੇ ਰੱਖਣੇ ਕੱਟਣੇ ਆ ਤਾਂ ਵਾਲ ਕਟਾ ਕੇ ਟੋਪੀ ਦੇ ਦਿੰਨੇ ਆ, ਜਿਵੇਂ ਮੁਹੰਮਦ ਸਲੀਮ ਦੇ ਨੀ ਟੋਪੀ ਲਈ, ਉਵੇਂ ਉਦੇ ਖਾਨ ਤੇ ਵੀ ਟੋਪੀ ਹੋ। ਇਹ ਬਾਈ ਸਾਨੂੰ ਗੁਰਦਾਸਪੁਰ ਤੋਂ ਮਿਲਿਆ ਸੀ ਬਾਪੂ, ਬਹੁਤ ਹੀ ਮਾੜੇ ਹਾਲਾਤ ਸੀ, ਮੈਂਟਲੀ ਵੀ ਠੀਕ ਨੀ ਸੀ, ਚੱਲ ਫਿਰ ਵੀ ਨੀ ਸਕਦਾ ਸੀ, ਦਰੰਗ ਦਾ ਬਾਪੂ ਨੂੰ ਅਟੈਕ ਆਇਆ ਹੋਇਆ। ਧੰਨਵਾਦ ਆ ਉਥੋਂ ਸਾਡੀ ਭੈਣ ਦਾ ਜਿਹੜੀ ਛੱਡ ਕੇ ਗਈ ਇੱਥੇ, ਉਹੀ ਇਹਨੂੰ ਰੋਟੀ ਖਵਾਉਂਦੀ ਸੀ, ਉਹਨਾਂ ਦੇ ਘਰ ਦੇ ਬਾਹਰ ਹੀ ਪਿਆ ਸੀ, ਬਾਪੂ ਉਹਨੂੰ ਮੰਮੀ ਕਹਿੰਦਾ, ਉਹਦੇ ਆਪਦੇ ਬੱਚੇ 15-15-20-20 ਸਾਲ ਦੀ ਆ ਭੈਣ ਦੇ। ਤੇ ਪਰ ਮੈਂ ਇਨਸਾਨੀਅਤ ਦਾ ਫਰਜ਼ ਸਮਝਦਿਆਂ ਹੋਇਆਂ ਬਾਪੂ ਦੀ ਸੇਵਾ ਕੀਤੀ। ਬਾਪੂ ਕਿਹੜਾ ਪਿੰਡ ਸੀ ਉਹ? ਮੀਆਂ ਖਾਨ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਡਬਲਯੂ ਬਾਈ?
ਉਹਦੇ ਲੱਖੀ ਚਿੱਟਾ ਵਾ ਬੂਆ ਬੰਤਾ ਸ਼ਾਮ ਕਰ ਲਗੇ ਕਿਤੇ ਯਾਨ ਬੰਦ ਮੀਆਂ ਖਾਨ ਹਾਂ ਤੇ ਗਾੜੀ ਦੁਕਾਨ ਵਾ ਸਾਹਮਣੇ ਟੈਂਕੀ ਹੈ ਤੇ ਜਿਸ ਨੂੰ ਮੁਸਲਮਾਨ ਹਾਂ ਬਾਪੂ ਤੇਰਾ ਪਿੰਡ ਕਿਹੜਾ ਵੈਸੇ ਪਿੱਛੋਂ ਯੂਪੀ ਬਿਹਾਰ ਕਿੱਥੋਂ ਆ ਤੂੰ ਮੈਂ ਜ਼ਿਲ੍ਹਾ ਸਾਡੀ ਵਾ ਕਲਕੱਤੇ ਕਲਕੱਤੇ ਜ਼ਿਲ੍ਹਾ ਕਿਹੜਾ ਦੱਖੀ ਚੰਡੀਪੁਰ ਦੱਖੀ ਚੰਡੀਪੁਰ ਡਾਕਖਾਨਾ ਭਵਨ ਟੋਲਾ ਭਵਨ ਟੋਲਾ ਕਿਸੇ ਨੇ ਮਾਰਿਆ ਨਜ਼ਰ ਜਦੋਂ ਨਜ਼ਰ ਮਾਰਿਆ ਨਾ ਜਵਾਕ ਤੱਕ ਬਾਅਦ ਮਰ ਗਈ ਭਾਈ ਮੇਰਾ ਇਕੱਲੇ ਹੈ ਤੁਹਾਡਾ ਸ਼ਾਦੀ ਹੋਇਆ ਥਾ ਮੇਰੀ ਮੰਗਣੀ ਹੋਈ ਸੀ ਉਹਨਾਂ ਨੇ ਕੀ ਕੀਤਾ ਵਾ ਉਹਨਾਂ ਨੇ ਸਿੰਧੀ ਸਿੰਧੀ ਦੇ ਬੋਟੀ ਨੇ ਬਹਾਨੇ ਮਾਰ ਦਿਆ ਬੈਂਕ ਤੁਹਾਡੇ ਭਾਈ ਕਾ ਮੈਂ ਘਰ ਜਾਣਾ ਤੁਹਾਡੇ ਭਾਈ ਕਾ ਨਾਮ ਕਿਆ ਹੈ ਸੁਦੀਦਾ ਬੋਲਿੰਦਾ ਹੈ ਸੁਦੀਦਾ ਬੋਲਿੰਦਾ ਸੁਦੀਦਾ ਬੋਲਿੰਦਾ ਤੇ ਤੁਹਾਡਾ ਨਾਮ ਕਿਆ ਹੈ ਪੱਗ ਦੇ ਪੂਣੀ ਕੀਤੀ ਹੈ ਨੀ ਮੈਂ ਬੰਦ ਨਾ ਹੈ ਬਾਪੂ ਤੇਰਾ ਕੀ ਨਾਮ ਆ ਆਪਣਾ ਪਤਾ ਨਹੀਂ ਭੁੱਲ ਗਿਆ ਮੈਂ ਯਾਰ ਕਰਨਾ ਵਾ ਹੈ ਬਾਪੂ ਮੰਤਰੀ ਕੀ ਨਾਮ ਤੇਰਾ ਨਹੀਂ 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 ਸਹੀ ਨਾਮ ਸਹੀ ਨਾਮ ਹੈ ਭੁੱਲਣਾ ਨਹੀਂ ਮੰਤਰੀ ਨਾਮ ਨਹੀਂ ਨਹੀਂ ਸਹੀ ਨਾਮ ਕਿਆ ਸਹੀ ਨਾਮ ਸਹੀ ਨਾਮ ਜੋ ਮਾਂ ਬਾਪ ਨੇ ਰੱਖਾ ਥਾ ਮਾਂ ਬਾਪ ਨੇ ਨਾਮ ਰੱਖਾ ਥਾ ਉੱਪਰੋਂ ਦੇਖੋ ਬਾਪ ਦਾਈ ਨਾਮ ਮਾਂ ਰੱਖਾ ਨਾਮ ਰੱਖਤਾ ਨਾ ਯਾਦ ਕਰੀਏ ਖਾਨ ਕਿਆ ਨਾਮ ਪੂਰਾ ਨਾਮ ਕਿਆ ਥਾ ਅਲੀ ਖਾਨ ਹੈ ਅਬ ਲਿਖਾ ਹੁਆ ਸਾਰੀ ਹਾਂ ਪੂਰਾ ਨਾਮ ਬਤਾਓ ਤੁਮ ਪੂਰਾ ਨਾਮ ਥਾ ਹੈ ਮੰਤਰੀ ਤੇ ਉਦਿਲ ਖਾਨ ਮੰਤਰੀ ਔਰ ਪੂਰਾ ਨਾਮ ਕਿਆ ਹੈ ਓਨੀ ਖਾਨ ਹੈ ਓਨੀ ਖਾਨ ਓਨੀ ਖਾਨ ਨਹੀਂ ਉਦੇ ਖਾਨ ਨਹੀਂ ਥਾ ਉਦੇ ਖਾਨ ਹੈ ਨਾਮ ਉਦੇ ਖਾਨ ਹੈ ਨਾਮ ਤੇ ਮੰਮੀ ਕੋ ਫੋਨ ਕਰ ਰਹਾ ਹਾਂ ਦਾਦੀ ਮੰਮੀ ਕੋ ਫੋਨ ਕਰਾ ਦਿੱਤੇ ਨੇ ਬੇਟਾ ਔਰ ਆਪਣੇ ਗਾਉ ਕਲਕੱਤਾ ਜਾਣਾ ਚਾਹਤੇ ਹੋ ਤੁਮ ਹਾਂ ਕਲਕੱਤਾ ਮੰਮੀ ਨੇ ਮੇਰਾ ਉਹੀ ਲਗਾਇਆ ਮੰਮੀ ਕਾ ਬੁਲਾ ਉਹਦਾ ਗੱਡੀ ਸੋਮੇ ਹੈ ਗੱਡੀ ਵਗਾ ਨਾ
ਮੰਮੀ ਕੋ ਬੁਲਾ। ਮੰਮੀ ਕੋ ਬੁਲਾਣਾ? ਬੁਲਾ ਲੈਤੇ ਮੰਮੀ। ਇਧਰ ਦੇਖੋ ਬਾਪੂ, ਤਾਂ ਛੱਡ ਦੇ ਬਾਪ। ਹੋਰ ਤਾਲੀਵਾਲ ਸਾਹਿਬ ਕਿੱਦਾਂ ਚੱਲਦਾ ਫਿਰ? ਠੀਕ ਆ ਹੁਣ? ਗੁੱਟ ਆ ਠੀਕ ਆ ਤੁਹਾਡਾ ਲੱਕ? ਡਾਕਟਰ ਕੀ ਕਹਿੰਦੇ ਆ, ਬੋਕਰ ਕਦੋਂ ਛੱਡਣੀ ਆ? 6 ਹਫ਼ਤੇ ਹੋ ਲੱਗਣਗੇ ਜੀ। ਅੱਛਾ, ਪਹਿਲਾਂ ਬੋਕਰ ਛੁੱਟ ਜਾਵੇ ਬਸ, ਫਿਰ ਤੈਨੂੰ ਪਿੰਡ ਭੇਜਾਂਗੇ। ਬੋਕਰ ਇੱਕ ਵਾਰੀ, ਬੋਕਰ ਦਾ ਖੇੜਾ ਛੜਾ ਫਿਰ ਵੀ ਡਰ ਆ ਇੱਕ ਨਾ, ਵੀ ਡਿੱਗ ਡੁੱਗਣਾ ਪਵੇ। ਉਹੀ ਤਾਂ ਕਹਿੰਦਾ ਵੀ ਹਲੇ ਕੱਚਾ ਵਾ, ਕੋਈ ਨਾ ਕੋਈ ਹੋਰ 6 ਹਫ਼ਤੇ ਹੋਰ ਕੰਮ। ਪਰ ਇਹਨੂੰ ਗੱਲ ਕਰਦਾ ਜਾਂਦਾ ਪਾਪਾ ਕਿਵੇਂ ਆ? ਛੁੱਟੀ ਦੇ ਦੇ ਬਦਾ ਕਰੇ ਮੈਂ। ਠੀਕ ਆ, ਹੁਣ ਆਰੇ ਕਾ ਸਾਰੇ ਦੇਖੀ ਜਾਂਦੇ ਤੈਨੂੰ? ਦੇਖੀ ਜਾਣ ਜਿਹਨੇ ਦੇਖਣਾ ਯਾਰ, ਬਾਪੂ ਨੀ ਮੇਰਾ ਫਿਰ? ਤੂੰ ਬਾਪੂ ਕਹਿੰਦਾ, ਤੂੰ ਤਾਂ ਕਹਿੰਦਾ ਫਿਰ ਤੁਰਦਾ ਨੀ ਉਹਦੇ ਪੋਤਰੇ ਨੂੰ। ਬਾਕਰ ਬਾਕਰ ਛੱਡ ਦੇ, ਆ ਕਰ ਛੱਡ ਦੇ ਵੀਲ ਚੇਅਰ, ਖੜਾ ਚੱਲ, ਖੜਾ ਹੋ, ਖੜਾ ਹੋ, ਚੱਲ ਖੜਾ, ਹਾਂ ਜਮਾ ਠੀਕ ਆ ਤੂੰ, ਆ ਵੀਲ ਚੇਅਰ ਛੱਡ ਦੇ, ਭਾਰ ਨੀ ਆਉਂਦਾ ਲੱਤ ਤੇ ਮੇਰੇ। ਬਾਕਰ ਨਾਲ ਤੁਰ ਪਿਆ ਕਰ, ਬਾਕਰ ਨਾਲ ਤੁਰਦਾ ਹੀ ਆਉਂਦਾ, ਕੱਢਦਾ ਦਸ ਗੇੜੇ, ਚੱਲ ਪੁੱਛ ਡਾਕਟਰ ਨੂੰ। ਆ ਲੈ ਫੜ ਬਾਕਰ, ਇਹ ਨੀ ਲੈਣਾ ਦੂਜਾ ਲੈਣਾ, ਲੋਹੇ ਵਾਲਾ। ਆਹੋ ਲੋਹੇ ਦਾ ਬਾਕਰ ਮੰਗਾ ਕੇ ਦੇ ਬਾਪੂ ਨੂੰ, ਮੈਂ ਦੱਸਦਾ, ਮੈਨੂੰ ਛੁੱਟੀ ਦੇ ਦੇ ਤੂੰ ਚੱਕਰ। ਠੀਕ ਆ, ਠੀਕ ਆ ਬਾਪੂ। ਆਹੋ ਆ ਜਾਏ, ਗੇੜਾ ਕੱਢ ਦਿਖਾ, ਚੱਲ ਗੇੜਾ ਕੱਢ ਕੇ ਦਿਖਾ, ਚੱਲ ਠੀਕ ਆ, ਗੇੜਾ ਕੱਢ ਕੇ ਦਿਖਾ ਦੇ। ਆ ਜਾ ਫਿਰ, ਰੋਕ ਜਾ, ਰੋਕ ਜਾ, ਡੱਗਣਾ ਪਈ ਤੂੰ, ਬਹਿ ਜਾ ਫਿਰ, ਬਹਿ ਜਾ, ਮੈਂ ਬੋਕਰ ਦੂਜਾ ਮੰਗਾ ਕੇ ਦਿੰਦਾ ਪਾਈਪਾਂ ਵਾਲਾ। ਆ ਬਾਪੂ ਨੂੰ ਪਾਈਪਾਂ ਵਾਲਾ ਬਾਕਰ ਦਵਾ ਕੇ ਲੈ ਕੇ, ਚੱਲ ਲੈ ਕੇ ਜਾ, ਲੈ ਕੇ ਜਾ ਬਾਪੂ, ਚੱਲ। ਹਾਂਜੀ ਜਰਨੈਲ ਸਿੰਘ ਜੀ, ਕਿਵੇਂ ਹੋ? ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਘਰ ਸੰਸਿਆ, ਉਹਦੇ ਉੱਤੇ ਫੋਨ ਆ ਅੱਠ ਪਾਸੇ, ਹਾਂ ਜਹਰਾ ਦੇ ਬਿਲ ਕਰਕੇ ਦੇਖ ਲਈਏ। ਠੀਕ ਆ, ਠੀਕ ਆ, ਮੈਂ ਲੱਭ ਲੈਣਾ, ਲੱਭ ਲੈਨੇ ਆ, ਲੱਭ ਲੈਨੇ ਆ, ਲੱਭ ਲੈਨੇ ਆ। ਉਹਦੇ ਉੱਤੇ ਕਲਵੰਤ ਜਥੇਦਾਰ ਦਾ, ਕਲਵੰਤ ਜਥੇਦਾਰ ਦਾ ਫਰਲੇ ਵਾਲੇ ਦਾ, ਫਰਲੇ ਵਾਲੇ ਦਾ ਕਿਹਨੂੰ ਮਿਲਣਾ ਤੂੰ ਦੱਸ। ਮੈਂ ਖਿਆਲ ਤੈਨੂੰ ਇੱਕੋ ਗੱਲ ਦੱਸਦੀ ਆ, ਸਾਡੇ ਪਰਮਾਤਮਾ ਬਾਬਾ ਤੇਰੇ ਜਮਾਹ ਰਾਜਾ ਵਾਲਾ ਬਚਣਾ, ਦੁਨੀਆਂ ਸੰਭਾਲ ਲਈ
ਤੌਲੀਆ ਸਾਰੀ ਤੇਰੇ ਕੋਲ ਆ ਜਾਂਦੀ। ਓ ਵਾਹਿਗੁਰੂ ਬਾਪੂ, ਕਿਹੜੇ ਆੜੀ ਨੂੰ ਮਿਲਣਾ? ਬਸ ਠੀਕ ਆ, ਸਾਡੇ ਬੱਸਾਂ ਦਾ ਪਾਣੀ ਦਿੱਤਾ, ਅਸੀਂ ਵੀ ਸਾਨੂੰ ਸਾਰਾ ਚੈਨਲ ਹੋ ਗਿਆ, ਸਾਰੀ ਦੁਨੀਆਂ ਤੇਰੇ ਕੋਲ ਆ ਜਾਣੀ ਹੈ, ਘਰਾਂ ਦੇ ਕੋਲ ਪੈ ਗਿਆ। ਧੰਨਵਾਦ ਬਾਪੂ, ਮੈਂ ਤੁਹਾਡਾ ਆਸ਼ੀਰਵਾਦ ਚਾਹੀਦਾ ਬਾਪੂ। ਆਪਣੀ ਮਰਜ਼ੀ, ਆਪਣੀ ਮਰਜ਼ੀ ਨਾਲ ਬੰਦੇ ਨੀ ਹੋਣਾ। ਤੈਨੂੰ ਪਤਾ ਮਹਿੰਗਾਈ ਬੜੀ ਆ, ਤੈਨੂੰ ਲੱਖ ਜ਼ਮੀਨ ਦਾ 50,000 ਮਰਦੇ ਦਾ ਵਾ, ਕਿਰਪਾ। ਠੀਕ ਹੈ ਬਾਪੂ, ਠੀਕ ਹੈ, ਠੀਕ ਬਾਪੂ। ਸਾਡਾ ਜਰਨੈਲ ਸਿੰਘ ਬਾਪੂ, ਕਿਹੜੇ ਬੇਲੀਆਂ ਨੂੰ ਗੱਲ ਕਰਨੀ ਹੈ? ਕਿਹੜੇ ਬੇਲੀਆਂ ਨਾਲ? ਉਹਦਾ ਨਾਂ ਕੀ ਆ? ਕਿਹੜੇ ਬੇਲੀ ਨਾਲ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਆਪਦੇ ਨਾਲ? ਬੇਲੀ ਨਾਲ ਕੀ ਨਾਂ ਉਹਨਾਂ ਦਾ? ਕੀ ਨਾਂ? ਸਤਨਾਮ ਸਿੰਘ। ਉਹ ਕਿੱਥੇ ਰਹਿੰਦੇ ਨੇ? ਲੁਧਿਆਣੇ। ਜਥੇਬੰਦੀ ਠੀਕ ਆ। ਕਿਹੜੇ ਪਿੰਡ ਦਾ? ਕਿਹੜੇ ਪਿੰਡ? ਠੀਕ ਆ। ਕਿਹੜੇ ਪਿੰਡ ਦੇ ਆ? ਉਹ ਨਨਕਾਣੇ ਵੱਜਦੇ ਆ। ਨਨਕਾਣੇ ਵਾਲੇ? ਦਲ ਵਾਲੇ। ਇੱਕ ਹਰਮਾਨਗੜ, ਇੱਕ ਹਰਮਾਨਗੜ, ਇੱਕ ਦਸ ਕਿਉਂ ਕੰਗਾ ਦੇ, ਇੱਕ ਮਲੋੜ ਦਾ। ਬਸ ਮਲੋੜ ਦਾ ਆਪਾਂ ਕੁਛ ਨੀ ਆਖਣਾ। ਠੀਕ ਆ, ਬਚਨ ਹੀ ਕਰਨਾ, ਕੋਈ ਨਾ ਕਰਾ ਦਿੰਦੇ ਬਚਨ। ਇੱਕ ਨਨਕਾਣੇ ਵਾਲੇ, ਇੱਕ ਮਲੋਟ ਦਾ। ਮਲੋਟ ਵਾਲੇ ਦਾ ਕੀ ਨਾਮ ਆ? ਨਾਨਕ। ਨਾਨਕ ਸਤਨਾਮ ਸਿੰਘ ਆ, ਤੇ ਦੂਸਰਾ? ਅੱਛਾ, ਉਹ ਲਾਇਸੈਂਸ ਦੇ ਵਿੱਚ ਪਰਚੀਆਂ ਪਈਆਂ, ਉਹਨਾਂ ਦੇ ਨੰਬਰ ਲਿਖੇ ਆ ਉਹਨਾਂ ਤੇ। ਇੱਕ ਐਂਟਰੀ ਚੈੱਕ ਕਰਾ ਕੇ ਨਾ ਬਾਪੂ ਦੀ, ਉਹਦੇ ਚ ਜਿਹੜਾ ਬਾਪੂ ਦਾ ਕਹਿੰਦਾ ਲਾਇਸੈਂਸ ਆ, ਲਾਇਸੈਂਸ ਮਤਲਬ ਜਿਹੜਾ ਅਸਲੀ ਦਾ ਲਾਇਸੈਂਸ ਹੁੰਦਾ ਬਾਪੂ ਦਾ, ਉਹ ਆ, ਤੇ ਉਹਦੇ ਉੱਤੇ ਨੰਬਰ ਲਿਖਿਆ ਜਾ, ਉਹ ਚ ਪਰਚੀਆਂ ਹੋਣਗੀਆਂ, ਉਹ ਕਢਾ ਕੇ ਨੰਬਰ ਦੇਣੇ ਮੈਨੂੰ ਅੱਜ ਬਾਪੂ ਦੀ ਗੱਲ ਕਰਾਉਣੀ ਆ। ਉਮਰ ਦੀ ਵੀ ਗੱਲ ਸੁਣ ਲਓ, ਉਹਨੂੰ ਘਰੋਂ ਕੱਢਤਾ ਤੁਸੀਂ ਇਹਨੂੰ, ਉਹਨੂੰ ਜਰਮਨ ਨੂੰ? ਹਾਂ, ਫੋਨ ਆਇਆ ਜੀ ਇਹਨੂੰ ਕਰ ਲਓ ਤੈਨੂੰ ਪਰਸੋਂ। ਇਹ ਕਹਿੰਦਾ ਮੈਂ ਜਾਣਾ ਬਾਈ ਨੂੰ ਮਿਲਣਾ, ਆਉਣਾ ਪੁੱਛਦੇ। ਜਰਮ ਕਿੱਥੇ? ਕੋਮਲ, ਕੋਮਲ ਉਰੇ ਆ ਬਈ। ਉਹ ਕੋਮਲਾ ਕਿਵੇਂ ਆ, ਕੀ ਹੋ ਗਿਆ ਉੱਥੇ? ਜਰਮਨ ਘਰੋਂ ਕੱਢਤਾ ਉਹਨੂੰ? ਕਿਹਨੇ ਕੱਢਤਾ? ਚਾਚੇ ਨੇ। ਉਹ ਕਿਵੇਂ ਘਰੋਂ ਕੱਢ ਦੂ? ਘਰ ਤਾਂ ਤੁਹਾਡਾ ਨਹੀਂ। ਮੈਂ ਕਰਦਾ ਗੱਲ ਹੁਣੀ, ਹੁਣੀ ਕਰਦਾ ਗੱਲ ਮੈਂ। ਇੱਥੇ ਬੈਠਾ ਜਾ, ਇਹਨੂੰ ਕਰਤਾ ਮੈਂ ਪਿੱਛੇ ਨੂੰ ਢੱਗਣਾ ਪਈ। ਇੱਥੇ ਬਹਿ ਜਾ, ਆ ਰਿਹਾ ਮੰਜੇ ਤੇ ਬਹਿ ਜਾ। ਕੀ ਗੱਲ ਹੋਈ ਆ? ਚਾਚੇ ਨੇ ਮਾਰਿਆ? ਘਰੋਂ ਕੱਢਤਾ? ਨਹੀਂ, ਤੈਨੂੰ ਕਿਹਨੇ ਦੱਸਿਆ? ਡਾਕਟਰ ਨੇ। ਹਾਂ, ਕਿਹਦਾ ਫੋਨ ਆਇਆ ਸੀ? ਕਿਹਦਾ? ਛੋਟੇ ਦਾ, ਚਾਚੇ ਦੇ ਮੁੰਡੇ ਦਾ, ਆਪਣੇ ਜਰਮਨ ਦਾ? ਉਹਨੇ ਦੱਸਿਆ ਤੈਨੂੰ?
ਅੱਛਾ ਆ ਪਾ ਕੇ ਦਿਓ ਬਾਪੂ ਨੂੰ। ਬਾਪੂ ਵਾਸਤੇ ਤਾਂ ਨੀਲੀ ਪੱਗ ਹੀ ਰੱਖਿਆ ਕਰੋ, ਬਾਪੂ ਨੂੰ ਦਮਾਲਾ ਹੀ ਦਿਆ ਕਰੋ। ਜਦੋਂ ਬਾਪੂ ਨੇ ਚੋਲਾ ਪਾਇਆ ਵਾ ਫਿਰ ਦਸਤਾਰ ਬਦਲਿਆ ਨਾ ਕਰੋ ਬਾਪੂ ਦੀ। ਨੰਬਰ ਕਿਹਦੇ ਕੋਲ ਹੈ ਦਰਮਨ ਦਾ, ਕਿਹਦੇ ਫੋਨ ਤੇ ਆਇਆ ਸੀ? ਕਾਲਿੰਗ ਵਾਲਾ ਫੋਨ ਹੈਗਾ? ਲਾਈ ਉਹਨੂੰ, ਬਬਲੀ ਨੂੰ ਲਾ, ਇਹਨਾਂ ਦੇ ਪਿੰਡ ਆ ਡਾਕਟਰ ਨੂੰ। ਬੈਠ ਤਾਂ ਸਹੀ, ਬੈਠ ਤਾਂ ਸਹੀ, ਮੈਂ ਕਰਦਾ ਗੱਲ ਤੇਰੇ ਨਾਲ, ਬੈਠ। ਕਿਹਦਾ ਫੋਨ ਆਏ? ਹਾਂ ਬਾਪੂ, ਕਿਵੇਂ ਵੀਰੇ? ਠੀਕ ਹੈ। ਕਹਾਂ ਜਾਣਾ ਹੈ ਤੁਸੀਂ? ਤੇਰਾ ਪਰਿਵਾਰ ਕਹਾਂ ਪਿਆ? ਫੈਮਿਲੀ ਕਹਾਂ ਪਿਆ ਤੁਹਾਡੀ? ਹੈ, ਕਹਾਂ ਕਾ ਰਹਿਣੇ ਵਾਲਾ ਹੈ ਤੂੰ? ਕਹਾਂ ਕਾ ਰਹਿਣੇ ਵਾਲਾ ਹੈ? ਕਿੱਧਰ ਕਾ, ਕਿੱਧਰ ਕਾ, ਕਿੱਧਰ ਕਾ ਰਹਿਣੇ ਵਾਲਾ ਹੈ? ਇਧਰ ਕਰੇ ਨੇ ਪਹਿਲਾਂ। ਇਹ ਵੀ ਵੀਰ ਸਾਨੂੰ ਬੜੀ ਮਾੜੀ ਹਾਲਤ ਦੇ ਵਿੱਚ ਮਿਲਿਆ, ਖਰੜ ਮੋਹਾਲੀ ਦੇ ਕੋਲੇ ਜਿਹੜੀ ਫਰਨੀਚਰ ਫੈਕਟਰੀਆਂ ਵਾ, ਦੁਕਾਨਾਂ ਫਰਨੀਚਰ ਵਾਲੀਆਂ ਵੱਡੀਆਂ ਚੰਡੀਗੜ੍ਹ ਦੇ ਬਾਹਰ, ਉੱਥੇ ਘੁੰਮਦਾ ਸੀ ਇਹ। ਬਾਥਰੂਮ ਵਾਲੀ ਇਹਦੇ ਪੈਪ ਲੱਗੀ ਹੋਈ ਸੀ, ਉਹਦੇ ਰਾਹੀਂ ਤੋਪਕਾ ਤੋਪਕਾ ਪਿਸ਼ਾਬ ਇਹਦੇ ਪੈਰਾਂ ਤੇ ਡੁੱਲੀ ਜਾਂਦਾ ਸੀ। ਸਿਆਲੋ ਸਿਆਲੇ ਉੱਥੇ ਰਿਹਾ 2-3 ਮਹੀਨੇ। ਇਹਦਾ ਹੱਥ ਵਿਚਾਰੇ ਦਾ ਸੱਟ ਲੱਗੀ ਸੀ ਮਾੜੀ ਜੀ, ਇਲਾਜ ਨਾ ਹੋਣ ਕਰਕੇ ਹੱਥ ਗਾਲੀ ਗਿਆ ਇਹਦਾ, ਉੱਥੇ ਹੀ ਸੁੱਕ ਗਿਆ ਹੱਥ ਜਿੱਥੇ ਸੀਗਾ ਪਹਿਲਾਂ। ਹੱਥ ਇਹਦਾ ਚੰਗਾ ਭਲਾ ਸੀ ਵਿਚਾਰੇ ਦਾ, ਪਰਦੇਸੀ ਸ਼ਾਇਦ ਨੇਪਾਲ ਦਾ ਰਹਿਣ ਵਾਲਾ। ਹਜੇ ਤੱਕ ਸਾਨੂੰ ਇਹਦੇ ਬਾਰੇ ਕੁਛ ਪਤਾ ਨਹੀਂ ਲੱਗ ਸਕਿਆ। ਇਹਨੂੰ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਤੇ ਇੱਦਾਂ ਹੀ ਰਾਮ, ਕਿਵੇਂ ਰਾਮ, ਤੇਰਾ ਕੀ ਨਾਂ, ਨਾਮ ਕੀ ਹੈ ਤੇਰਾ, ਖੜਾ ਹੋ, ਕੀ ਨਾਮ ਆ ਤੇਰਾ? ਰਾਮ। ਤੇਰੇ ਪਾਪਾ ਦਾ ਕੀ ਨਾਂ? ਹੈ, ਮੁਖਤਿਆਰ। ਠੀਕ ਹੈ। ਪਿੰਡ ਦਾ ਕੀ ਨਾਂ? ਹੈ, ਗਾਉਂ ਕਾ। ਹੈ, ਗਿਆ ਨਾਮ ਹੈ ਗਾਉਂ ਕਾ, ਨਾਮ ਕਿਆ ਹੈ ਗਾਉਂ ਕਾ, ਬਤਾਓ। ਹੈ, ਕਿਆ ਨਾਮ ਹੈ? ਰਾਮ। ਹੈ, ਨਾਮ ਕਿਆ ਹੈ ਗਾਉਂ ਕਾ, ਕਿਆ ਨਾਮ ਹੈ? ਬਸ ਇੰਨਾ ਹੀ ਦੱਸਦਾ ਹੈ, ਐਡਰੈਸ ਨਹੀਂ ਦੱਸਦਾ ਗਾਉਂ ਦਾ, ਪਿੰਡ ਦਾ। ਜੇ ਇਹਨੂੰ ਵੀ ਪਹਿਚਾਣਦਾ ਤਾਂ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਸਾਡੇ ਵੱਧ ਤੋਂ ਵੱਧ। ਹਾਂ ਬਾਪੂ, ਨਰੈਣ ਸਿੰਘ ਕਿਵੇਂ ਆ? ਤਕੜਾ ਨਰੈਣ ਸਿੰਘ? ਨਹੀਂ ਚੁਗਲੇ ਬਾਈ, ਕੀ ਹਾਲ ਨੇ? ਅੰਡਰਟੇਕਰ ਬਣਿਆ ਫਿਰਦਾ ਤੇ ਏਦਾਂ ਹੀ ਇਹ ਮੁੰਡਾ ਜੀ ਸਾਡੇ ਕੋਲ ਆਇਆ, ਇਹਦਾ ਵੀ ਹਜੇ ਸਾਨੂੰ ਕੁਛ ਨੀ ਪਤਾ ਲੱਗ ਰਿਹਾ ਜੀ। ਇਹ ਕਿੱਥੋਂ ਛੱਡ ਕੇ ਗਏ ਆ? ਹਾਂ, ਪੁਲਿਸ ਵਾਲੇ ਛੱਡ ਕੇ ਗਏ ਆ ਤੇ ਇਹਦਾ ਕੁਛ ਵੀ ਪਤਾ ਨੀ ਲੱਗ ਰਿਹਾ ਵੀ ਇਹ ਕੌਣ ਆ, ਕਿੱਥੋਂ ਆ, ਕੋਈ ਵੀ ਜਾਣਕਾਰੀ ਨੀ ਇਹਦੇ ਬਾਰੇ ਮਿਲ ਰਹੀ ਸਾਨੂੰ। ਤੇ ਜੇ ਕੋਈ ਪਹਿਚਾਣਦਾ ਵਾ ਤਾਂ ਜ਼ਰੂਰ ਦੱਸਿਓ ਬਾਈ ਨੂੰ। ਮਹਾਰਾਜ ਤੰਦਰੁਸਤ ਦੀਆਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਸਾਡੇ ਛੋਟੇ ਭਰਾ ਨੂੰ, ਅੱਗੇ ਨਾਲੋਂ ਬਹੁਤ ਠੀਕ ਆ ਹੁਣ ਵੈਸੇ ਤਾਂ। ਤੇ ਬਸ ਅਰਦਾਸ ਕਰਿਓ
ਵੀ ਇਹਦਾ ਘਰ ਲੱਭ ਜਾਵੇ ਜੀ, ਵੀਡੀਓ ਨੂੰ ਸ਼ੇਅਰ ਕਰਿਓ ਜੀ, ਇਹਦਾ ਪਰਿਵਾਰ ਲੱਭ ਜਾਵੇ। ਆਇਆ ਬੇਟਾ ਉੱਥੇ ਬੈਠ ਜਾ, ਆਜਾ ਉੱਥੇ ਬੈਠ ਜਾ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਹੋਰ ਮੈਂ ਦੱਸਿਆ ਕਿਵੇਂ ਆ? ਠੀਕ ਆ ਛੋਟੇ ਭਾਈ, ਠੀਕ ਆ ਛੋਟੇ ਭਾਈ। ਬਾਹੀ ਕਰਤੀ ਸੀ ਤੁਹਾਨੂੰ? ਛੋਟਾ ਭਾਈ ਆ ਸਾਡਾ ਜੀ, ਇਹਦਾ ਪਿੰਡ ਹੈਗਾ ਪਰ ਡਰੋਲੀ ਭਾਈ, ਡਰੋਲੀ ਭਾਈ ਦਾ ਮਹਿੰਦਰ ਸਿੰਘ ਆ। ਮਹਿੰਦਰ ਸਿੰਘ ਵਧੀਆ ਰਾਈਟਰ ਆ, ਵਧੀਆ ਗਾਇਕ ਆ, ਵਧੀਆ ਇਨਸਾਨ ਆ। ਪੰਜ ਭਰਾ ਪੰਜੇ ਬਾਹਰ ਨੇ, ਕੈਨੇਡਾ ਅਮਰੀਕਾ ਬੈਠੇ ਨੇ, ਪਰ ਇਹਨੂੰ ਕੋਈ ਨੀ ਪੁੱਛਦਾ ਕਿੰਨੇ ਮਰ ਹੋਏ ਆ। ਇਹਨੂੰ ਕੋਈ ਨੀ ਪੁੱਛਦਾ ਵੀ ਮੇਰਾ ਭਰਾ ਕਿੱਥੇ ਆ, ਕਿੱਥੇ ਨਹੀਂ, ਕਿਵੇਂ ਆ, ਕਿਵੇਂ ਨਹੀਂ। ਇੱਕ ਹੀ ਆਉਂਦਾ ਵਾ ਬਾਈ, ਉਹ ਮਿਲ ਕੇ ਗਿਆ ਹੁਣ ਪਿਛਲੇ ਵਾਰੀ ਆ ਕੇ। ਬਾਕੀ ਘਰ ਬਾਰ ਹੈਗਾ, ਸਭ ਕੁਛ ਹੈਗਾ, ਪਰ ਨਾਲ ਕੋਈ ਪਿਆਰ ਕਰਨ ਵਾਲਾ ਆਪਣਾ ਪਰਿਵਾਰ ਦਾ ਮੈਂਬਰ, ਹੌਸਲਾ ਦੇਣ ਵਾਲਾ ਕੋਈ ਆਪਣਾ ਭਰਾ, ਬਸ ਬਾਬਾ ਮਹਿੰਦਰ। ਹੁਣ ਸਾਡਾ ਛੋਟਾ ਭਾਈ ਹੈ ਮਹਿੰਦਰ, ਬਾਬਾ ਕਹਿੰਦਾ ਗੁੱਸਾ ਕਰ ਜਾਂਦਾ, ਬਾਪੂ ਹੈ ਨੀ ਇਹ, ਤੇ ਸਾਡੇ ਸੁਪਨਿਆਂ ਦੇ ਘਰ ਰਹਿ ਕੇ ਚੰਗਾ ਜੀਵਨ ਬਤੀਤ ਕਰ ਸਕੇ, ਅਰਦਾਸ ਕਰਿਓ। ਹਾਂਜੀ ਮੰਤਰੀ ਜੀ, ਪੱਗ ਬੰਨ ਲਈ? ਪੱਗ ਬੜੀ ਸੋਹਣੀ ਬੰਨ ਲਈ ਬਈ ਮੰਤਰੀ ਨੇ। ਮੰਮੀ ਕੋ ਬੁਲਾ, ਮੰਮੀ ਕੋ ਬੁਲਾ ਲੇਂਗੇ, ਬੁਲਾ ਲੇਂਗੇ, ਬੁਲਾ ਦਿੰਦੇ। ਠੀਕ ਆ, ਠੀਕ ਆ, ਚੱਲ ਉੱਥੇ ਬੈਠ, ਚੱਲ ਕੇ ਗੁਰਦੁਆਰਾ ਸਾਹਿਬ ਮੈਂ ਆ ਗਿਆ। ਠੀਕ ਆ, ਬੁਲਾਉਂਦੇ ਹਾਂ। ਹਾਂ ਕੋਮਲਾ ਕਿਵੇਂ? ਬਬਲੀ ਨੂੰ ਲਾਇਆ ਨੀ ਫੋਨ? ਕਿ ਕਰਾਈ ਗੱਲ ਬਬਲੀ ਨਾਲ? ਮੰਮੀ ਕੋ ਬੁਲਾਏਂਗੇ ਬੇਟਾ, ਬੁਲਾਏਂਗੇ ਬਾਈ, ਬੁਲਾਏਂਗੇ ਬਾਈ। ਮੈਂ ਵੀ ਹਾਂ, ਭੇਜਦੇ ਆ 10 ਤਰੀਕ ਨੂੰ ਭੇਜਾਂ। ਚਲੋ ਗੁਰਦੁਆਰਾ ਸਾਹਿਬ ਅੰਕ ਦਿੱਤੇ ਕੋਮਲ ਨਾਲ, ਘੋਲ ਕਰਾਈਏ ਤੇਰਾ ਕੋਮਲ ਨਾਲ। ਫੋਨ ਤੇਰਾ ਕਿੱਥੇ ਤੈਨੂੰ ਦਿੱਤਾ ਰਿਹਾ ਸੀਗਾ ਮੈਂ, ਕਿੱਥੇ ਆ ਫੋਨ? ਕੌਣ? ਕਿੱਥੇ ਰੱਖਤਾ? ਘਰ ਰੱਖਿਆ ਹੁੰਦਾ? ਇੱਕ ਬਾਈ ਇਹਦੀਆਂ ਮੁੱਛਾਂ ਵੀ ਬੰਨ ਦਿਆ ਕਰ, ਬਾਪੂ ਕੇਸਰ ਦੀਆਂ ਮਾੜੀਆਂ ਜੀਆਂ, ਇਹਦੀਆਂ ਮੁੱਛਾਂ ਬੰਨ ਦਿਆ ਕਰ, ਸਾਰਾ ਦਿਨ ਮੂੰਹ ਚ ਪਈ ਜਾਂਦੇ ਨੇ ਇਹਦੀਆਂ, ਬੰਨ ਦੇ ਯਾਰ ਥੋੜੇ ਕੁ ਦਿਨ। 50 ਦੇਵਾਂ, ਦੇਵਾਂ ਢਾਠੀ, ਉਹ ਢਾਠੀ ਦੇ ਇੱਕ ਬਣਾ ਕੇ ਢਾਠੀ, ਆ ਜਿਵੇਂ ਬਾਪੂ ਦੇ ਬੰਨੀਏ ਮੂੰਹ ਤੇ ਓਦਾਂ ਇੱਕ, ਇਹਦੀਆਂ ਮੁੱਛਾਂ ਵੀ ਐਂ ਡਬਲ ਜੂ ਵਾਂਗੂ ਕਰਦੇ ਬਾਈ ਆਪਦੇ ਵਾਂਗੂ ਹੀ। ਘੜੀ ਲੈਣੀ ਹੈ? ਲੈ ਦੋ। ਤੈਨੂੰ ਦਿੱਤੀ ਸੀ ਘੜੀ, ਕਿੱਥੇ ਆ? ਘਰ 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 ਦੇ ਦਿੰਦੇ ਆ। ਠੀਕ ਆ, ਦੇ ਦਿੰਦੇ, ਦੇ ਦਿੰਦੇ। ਆਪਣੇ ਹੱਥੀ ਆਪਣਾ ਕਾਜ ਆਪ ਸਵਾਰੀ।
ਪਰ ਉਹਨੂੰ ਦੁੱਖ ਵਾਲੀ ਸੱਖ ਆ ਦੇ ਮੁੰਡੇ ਦੀਆਂ ਮੁੱਛਾਂ ਤੁਸੀਂ ਵੇਖੀਆਂ ਹੋਣਗੀਆਂ ਫੋਟੋ ਤੇ। ਮੈਂ ਉਹਨੂੰ ਕਿਹਾ ਸੀ ਇਕੱਲਾ ਡਰੈਸ ਇਹੀ ਬਹੁਤ ਹੈ ਮੁੱਛਾਂ ਲੈ ਜਾ ਬਸ, ਹੁਣ ਮੁੱਛਾਂ ਉਹਦੀਆਂ ਮੈਥੋਂ ਵੀ ਗਾਂ ਮੁੱਛ ਸਾਂਭਣੀ ਖਾ ਲਈ ਦਾ ਵਾੜਾ ਨੀ। ਉਹ ਕਹਿਣਗੇ ਯਾਰ ਬੜੀ ਛੇਤੀ ਤੂੰ ਸ਼ੇਪ ਵੀ ਕਰ ਦਿੰਦਾ ਫਿਰ ਵੱਡੀਆਂ ਵੱਡੀਆਂ ਨਾਨਕਿਆਂ ਦੀਆਂ ਮੁੱਛਾਂ ਥੋੜੀਆਂ ਵੱਡੀਆਂ ਸੀ। ਨਾਨਕੇ ਕਿਹੜੇ ਪਿੰਡ? ਜਲਾਲਾਬਾਦ। ਤੁਹਾਡਾ ਪਿੰਡ ਕਿਹੜਾ? ਤੇਰਾ ਪਿੰਡ ਪੁਰਾਣੇ ਵਾਲਾ। ਪੁਰਾਣੇ ਵਾਲਾ ਜਲਾਲਾਬਾਦ ਤੋਂ ਭੋਨਾ ਕਬੱਡੀ ਖੇਡਦਾ ਮਸ਼ਹੂਰ ਹੁੰਦਾ ਸੀ ਪੂਰਾ ਪਿੰਡ। ਰਹਿਣਾ ਹਾਫ ਪੁਆਇੰਟ ਤੇ ਟਾਈ ਪਿੰਡ ਹੁੰਦੀ ਸੀ, ਹਾਫ ਪੁਆਇੰਟ ਤੇ ਜਿੱਤ ਹਾਰਾ ਹੁੰਦੀ ਸੀ। ਉਹ ਕੌਣ? ਕੋਨਾ। ਕੋਨਾ ਮਰ ਗਿਆ ਸੀ, ਮੇਰਾ ਸਾਲਾ ਸੀ। ਤੂੰ ਸੌਰੀ ਪਰ ਵੀ ਸੀ ਤਕੜਾ। ਤੂੰ ਸੌਰੀ ਰਹਿੰਦਾ ਸੀ ਬਾਬਾ? ਨਹੀਂ ਨਹੀਂ ਮੈਂ ਆਪਦੇ ਪਿੰਡ ਰਹਿੰਦਾ ਜੀ। ਸਿਰ ਵਾਲੇ ਦੇ ਕਹਿੰਦੇ ਉੱਥੇ ਕਬੱਡੀ ਮੈਚ ਤਾਂ ਜਾਣੇ ਭਿੰਡਰ ਕਲਾ ਨਾ ਹਾਫ ਪੁਆਇੰਟ ਤੇ ਜਿੱਤ ਹਾਰ ਹੁੰਦੀ ਸੀ। ਜੇ ਕੋਨਾ ਖੇਡਦਾ ਖੇਡਦਾ ਸਟਾਪ ਕਰ ਗਿਆ ਅੱਧੇ ਪੁਆਇੰਟ ਤੇ ਸਮਝ ਲਓ ਜ਼ਿਆਦਾ ਵੱਜ ਜਾਂਦਾ ਗਿਆ। ਤੁਸੀਂ ਕੀ ਕੰਮ ਕਰਦੇ? ਮੈਂ ਮਾਰਕੀਟ ਕਮੇਟੀ ਮੰਡੀ ਬੋਰਡ। ਮੰਡੀ ਬੋਰਡ ਕੀ ਅਹੁਦਾ ਵਾ ਤੁਹਾਡਾ? ਮੈਂ ਸੁਪਰਵਾਈਜ਼ਰ ਰਿਟਾਇਰਡ। ਠੀਕ ਹੈ ਜੀ, ਆ ਜਾਓ ਘਰੇ ਬੰਨੀ ਪੱਗਾਂ ਪੱਗਾਂ। ਉਪਰੋਂ ਪਹਿਲਾਂ ਦਮਾਲਾ ਬਣਨ ਲੱਗੇ ਨਾ, ਪਹਿਲਾਂ ਸੈੱਟ ਕੀ ਰਹਿੰਦਾ ਪੁੱਤ ਖੋਲ ਕੇ ਨਾ ਲਾੜਕ ਪਹਿਲਾਂ ਸਿਰ ਦੇ ਆਲੇ ਦੁਆਲੇ ਕਮਾਈ ਲੈਂਦਾ ਘਰ ਵਾਲ ਵਿੱਚ। ਜਨਵਰੀ 2018 ਨੂੰ ਮੈਂ ਰਿਟਾਇਰ ਸੀਗਾ ਜੀ। ਲੱਗ ਗਿਆ ਫੋਨ, ਬਬਲੀ ਨੇ ਚੱਕ ਲਿਆ। ਕਰ ਸੈਟਰ ਮਾਰ। ਹਾਂਜੀ ਬਬਲੀ ਡਾਕਟਰ ਨੇ ਆਪਾਂ ਨੂੰ ਵੀਡੀਓ ਭੇਜੀ ਸੀ। ਹਾਂਜੀ ਡਾਕਟਰ ਸਾਹਿਬ। ਹਾਂਜੀ ਡਾਕਟਰ ਸਾਹਿਬ ਕੀ ਹਾਲ ਨੇ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕਿਵੇਂ ਹੋ? ਕੋਮਲ ਕੇ ਘਰ ਦਾ ਕੀ ਹਾਲ ਆ? ਵਧੀਆ ਜੀ। ਇਹਨੂੰ ਜਰਮਨ ਦਾ ਫੋਨ ਆਇਆ ਸੀ, ਉਹ ਕਹਿੰਦਾ ਮੈਨੂੰ ਘਰੋਂ ਕੱਢਤਾ ਚਾਚੇ ਨੇ ਕੁੱਟ ਕੇ। ਪਤਾ ਨੀ ਇਹਦੇ ਘਰੇ ਕੋਈ ਚਾਚਾ ਰਹਿੰਦਾ ਇਹਨਾਂ ਨੇ। ਜਰਮਨ
ਚੋਰੀਆਂ ਕਰਨ ਲੱਗ ਨਹੀਂ, ਗਾਲ ਨਾ ਕੱਢੋ, ਲਾਈਵ ਚੱਲਦਾ ਵਾ ਤੇ। ਅੱਛਾ ਜੀ, ਤੇ ਫਿਰ ਅੱਛਾ ਇਹਦਾ ਘਰ ਖਾਲੀ ਇਹਨਾਂ ਦਾ ਤਾਂ? ਅੱਛਾ, ਸਮਾਨ ਚੋਰੀ ਕਰ ਲੈਂਦਾ ਉਹਨਾਂ ਦਾ। ਜਰਮਨ ਦੀ ਗਲਤੀ ਆ ਪੁੱਤ, ਜਰਮਨ ਨੂੰ ਕਿਸੇ ਨੇ ਨੀ ਕੱਢਿਆ ਘਰੋਂ, ਜਰਮਨ ਆਪਦੇ ਘਰੇ ਹੀ ਆ, ਉਹ ਕਿਰਾਏ ਤੇ ਰੱਖਦਾ ਘਰੇ ਬੰਦੇ, ਉਹਨਾਂ ਦੇ ਸਮਾਨ ਚੋਰੀ ਕਰ ਲੈਂਦਾ ਕਿਰਾਏਦਾਰਾਂ ਦੇ। ਅੱਛਾ, ਇੱਥੇ ਵੀ ਸਾਡੇ ਕੋਲ ਵੀ ਬਾਈ ਤੈਨੂੰ ਪਤਾ, ਅਸੀਂ ਤਾਂ 5 ਸਾਲ ਬੜਾ ਵਧੀਆ ਰੱਖਿਆ ਸੀ ਪਰ ਉਹ ਸੁਧਰਿਆ ਨੀ। ਬਹੁਤ ਮੌਕੇ ਦਿੱਤੇ ਮੈਂ ਉਹਨੂੰ ਬਹੁਤ ਜਿਆਦਾ। ਅੱਛਾ, ਚਲੋ ਆ ਗੱਲ ਕਰੇ ਉਹਦੇ ਨਾਲ ਜੀ ਕੋਮਲ ਨਾਲ। ਚਲ ਕੋਮਲ ਗੱਲ, ਸੰਤੋਸ਼ ਇਧਰ ਆ। ਖੁਸ਼ ਰਹੇ, ਖੁਸ਼ ਰਹੇ, ਖੁਸ਼ ਹੈ ਨਾ, ਹੱਸਤੇ ਰਹਾ ਕਰੋ। ਭੇਜੇਂਗੇ ਅਭੀ ਰੁਕ ਕੇ ਥੋੜਾ, ਠੀਕ ਹੈ ਅਭੀ ਥੋੜਾ ਰੁਕ ਕੇ ਭੇਜ। ਤੂੰ ਭਾਈ ਹੈ ਮੇਰਾ, ਛੋਟਾ ਭਾਈ ਹੈ ਨਾ, ਭਾਈ ਹੈ ਨਾ। ਇਹ ਬੱਚੇ ਦਾ ਜੀ ਘਰ ਲੱਭ ਗਿਆ ਸਾਨੂੰ, ਹੈ ਨਾ, ਤੁਸੀਂ ਵੀਡੀਓ ਵੀ ਸ਼ਾਇਦ ਦੇਖੀ ਹੋਣੀ ਆ। ਇਹਦੀ ਮਾਂ ਮਿਲ ਕੇ ਗਈ ਆ ਕੇ, ਤੇ ਉਹ ਵੀ ਵਿਚਾਰੀ ਦੀਆਂ ਅੱਖਾਂ ਏਦਾਂ ਹੀ ਆ ਜਿਵੇਂ ਇਹਦੀਆਂ ਵਾ, ਬਹੁਤ ਗਰੀਬ ਆ। ਕਿਰਾਇਆ ਦੇ ਕੇ ਸੱਦਿਆ ਸੀਗਾ, ਇੱਥੋਂ ਵੀ 4 ਪੈਸੇ ਦੇ ਕੇ ਭੇਜਿਆ ਵਿਚਾਰੀ ਨੂੰ, ਤੇ ਸੰਤੋਸ਼ ਗਿਆ ਨੀ। ਇਹ ਕਹਿੰਦਾ ਮੈਂ ਇੱਥੇ ਰਹਿਣਾ ਤੁਹਾਡੇ ਕੋਲੇ, ਹੁਣ 2 ਦਿਨਾਂ ਦਾ ਫਿਰ ਮੈਨੂੰ ਕਰੀ ਜਾਂਦਾ ਘਰ ਜਾਵੇ ਘਰ ਜਾਵੇ। ਹੁਣ ਘਰ ਦੀ ਮਜਬੂਰੀ ਏਡੀ ਆ, ਗਰੀਬੀ ਇੰਨੀ ਜ਼ਿਆਦਾ, ਉੱਥੇ ਖਾਣ ਨੂੰ ਰੋਟੀ ਵੀ ਨੀ ਮਿਲਦੀ। ਬਸ ਇਹਦਾ ਮਨ ਲੱਗ ਜਾਵੇ ਸਾਡੇ ਦਾ ਸੰਤੋਸ਼ੂ ਦਾ, ਇੱਥੇ ਅੱਖਾਂ ਇਹਦੀਆਂ ਅੱਗੇ ਨਾਲੋਂ ਥੋੜਾ ਥੋੜਾ ਪ੍ਰੈਸ਼ਰ ਘੱਟ ਚੱਲਿਆ ਵਾ, ਤੇ ਬਸ ਮਹਾਰਾਜ ਕਿਰਪਾ ਕਰੇ ਸੰਤੋਸ਼ ਦੀਆਂ ਅੱਖਾਂ
ਦਾ ਪ੍ਰੈਸ਼ਰ ਥੋੜਾ ਘੱਟ ਜਾਵੇ, ਅੱਖਾਂ ਨੋਰਮਲ ਹੋ ਜਾਣ ਇਹਦੀਆਂ, ਤੇ ਫਿਰ ਸਾਡਾ ਸੰਤੋਸ਼ ਜੋਬ ਕਰਨ ਲੱਗ ਜੂਗਾ। ਕੰਮ ਕਰੇਗਾ ਨਾ, ਕੰਮ ਕਰੇਗਾ ਨਾ, ਤਨਖਾਹ ਲੇਗਾ, ਤਨਖਾਹ ਲੇਗਾ, ਪੈਸਾ ਪੈਸਾ ਹੈ ਨਾ, ਫਿਰ ਮਾਂ ਕੋ ਭੇਜੇਗਾ ਹੈ ਨਾ, ਮਾਂ ਵਹਾਂ ਸੇ ਅੱਛੇ ਸੇ ਰਹੇਗੀ ਫਿਰ ਹੈ ਨਾ, ਮਾਂ ਖਾਣਾ ਦਾਣਾ ਅੱਛਾ ਮਿਲੇਗਾ ਮਾਂ ਕੋ। ਗੁਰਮੁਖ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਬਚਾ ਲਿਆ ਬਾਬਾ। ਓ ਬਾਬੇ ਮੈਂ ਨੀ, ਬਾਬੇ ਨੇ ਬਚਾਇਆ, ਤੂੰ ਮੇਰਾ ਵੀਰ। ਮੈਂ ਨੀ ਬਚਾਇਆ ਬਾਬਾ, ਸਕੇ ਭਾਈ ਨੇ ਮੈਨੂੰ ਜਵਾਬ ਦਿੱਤਾ। ਨਹੀਂ ਨਹੀਂ ਕੋਈ ਗੱਲ, ਅਸੀਂ ਤੁਹਾਡੇ ਕੋਲ ਹੁਣ ਵੋਟਾਂ ਪਾਉਣ ਜਾਣਾ, ਉੱਥੇ ਵੋਟਾਂ ਪਾ ਕੇ ਤੇਰੇ ਨਾਲੇ ਮੁੜ ਆਣਾ, ਦੇਖ ਕੇ ਆਣਾ ਵੀ ਕੋਈ ਕਬਜ਼ਾ ਤਾਂ ਨੀ ਕੀਤਾ ਕਿਸੇ ਨੇ। ਕੋਈ ਨਾ ਕੱਢਾਵਾਂਗੇ ਜਿਹੜਾ ਗੁਰਮੁਖ ਬਾਪੂ ਦੇ ਪੈਰ ਚ ਕੀੜੇ ਪਏ ਹੋਏ ਸੀ ਜਦੋਂ ਸਾਨੂੰ ਮਿਲਿਆ, ਪੂਰਾ ਪੈਰ ਇੱਕ ਪਾਸੇ ਦਾ ਕੀੜਿਆਂ ਨੇ ਖਾ ਲਿਆ। ਬਾਪੂ ਦੱਸਦਾ ਮੈਨੂੰ ਮੇਰੇ ਆਪਣਿਆਂ ਨੇ ਵੀ ਜਵਾਬ ਦੇ, ਪਰ ਇਹ ਸਾਡਾ ਪਿਓ, ਸਾਡਾ ਬਾਪੂ, ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ, ਸਾਰੀ ਜਿੰਦਗੀ ਗੁਰੂ ਦਾ ਸਿੱਖ, ਤੁਹਾਡੇ ਨਾਲ ਬਚਨ ਕਰਦਾ, ਸਾਡੇ ਨਾਲ ਬਚਨ ਕਰਦਾ ਬਾਬਾ ਜੀ। ਗੁਰਮੀਤ ਸਿੰਘ ਜੀ ਮੇਰਾ ਵੀਰ ਆਣਾ, ਸੁਪਨਾ ਵੀ ਆਉਣ ਲੱਗ ਗਿਆ ਤੇ। ਅੱਛਾ, ਹਾਂਜੀ, ਆਪਾਂ ਇਕੱਠੇ ਹੀ ਰਹਿਣਾ, ਸੁਪਨਾ ਵੀ ਆਉਣ ਲੱਗ ਗਿਆ ਖੰਡ ਵਿੱਚ ਵੀ। ਅੱਛਾ, ਮੈਨੂੰ ਭਾਈ ਜੀ ਨੇ ਕਿਹਾ, ਕਹਿੰਦਾ ਵੀ ਪਾਠ ਕਰਿਆ ਕਰ ਇੱਥੇ, ਮੈਂ ਕਿਹਾ ਜੀ ਪੈਰ ਠੀਕ ਹੋ ਜਾਵੇ ਥੋੜਾ ਜਿਹਾ। ਪੱਟੀ ਹੁੰਦੀ ਆ ਜੀ? ਨਹੀਂ ਨਹੀਂ, ਪੱਟੀ ਛੱਡ ਦਿਖਾਇਓ, ਖੋਲਿਓ ਬੂਟ, ਬੂਟ ਅੱਡ ਅੱਡ ਤੇ ਕਾਹਤੋਂ ਪਾਇਆ, ਇੱਥੇ ਬੈਠ ਜਾਓ, ਬੈਠ ਕੇ ਖੋਲੋ ਇੱਥੇ। ਚੰਗਾ, ਮਿਲ ਗਏ ਸੈਂਡਲ? ਹਾਂਜੀ, ਬਸ ਠੀਕ ਆ, ਸੈਂਡਲ ਮਿਲ ਗਏ ਮੇਰੇ ਵੀਰੇ ਨੂੰ, ਸੈਂਡਲ ਮਿਲ ਗਏ, ਬਹੁਤ ਸੇਵਾ ਕਰਦਾ, ਬਹੁਤ ਸੇਵਾ ਕਰਦਾ, ਉੱਥੇ ਭਾਂਡਿਆਂ ਦੀ ਸੇਵਾ ਕਰਦਾ ਬਾਈ ਮੇਰਾ, ਹੈਨਾ। ਹਾਂਜੀ, ਠੀਕ, ਜਿਉਂਦਾ ਬਾਤ, ਚਲੋ ਤੁਹਾਡਾ ਹੀ ਪਿਆਰ ਮਿਲਦਾ ਮੈਨੂੰ, ਹੋਰ ਆਪਾਂ ਭਰਾ ਵਾ, ਪਿਛਲੇ ਜਨਮ ਦੇ ਵਿਛੜੇ ਹੋਏ ਭਰਾ ਵਾ ਆਪਾਂ। ਬਹੁਤ ਠੀਕ ਆ ਹੁਣ ਤਾਂ ਪੈਰ, ਦੇਖੋ ਜੀ ਇੱਕ ਇਕੱਲਾ ਅੰਗੂਠਾ ਹੀ ਰਹਿ ਗਿਆ, ਚਾਰ ਉਂਗਲਾਂ ਕੀੜੇ ਖਾ ਗਏ, ਚਾਰ ਉਂਗਲਾਂ ਹੱਡੀਆਂ ਚੱਬ ਗਏ ਕੀੜੇ, ਹੱਡੀਆਂ ਵੀ ਬਾਪੂ ਗੁਰਮੁਖ ਪਹਿਲਾਂ 40 ਸਾਲ ਬਾਪੂ ਕਹਿੰਦਾ ਮੈਂ ਗੁਰੂ ਘਰ ਚ ਪਾਠ ਕੀਤਾ। ਬਾਪੂ ਇੰਨੀ ਸੋਹਣੀ ਆਵਾਜ਼ ਚ ਕੀਰਤਨ ਕਰ ਲੈਂਦਾ, ਕਥਾ ਕਰ ਲੈਂਦਾ। ਬਾਪੂ ਕੋਈ ਸੁਣਾ ਕੁਛ ਸੰਗਤ ਨੂੰ, ਸੁਣਾਈਏ ਅੱਜ ਕੁਛ। ਕਲਗੀਧਰ ਨੇ ਸੋਚਿਆ ਮੈਂ ਅਲਖ ਜਗਾਵਾਂ, ਕਲਗੀਧਰ ਨੇ ਸੋਚਿਆ ਮੈਂ ਅਲਖ ਜਗਾਵਾਂ, ਡੁੱਬੀ ਹੋਈ ਕੌਮ ਨੂੰ ਮੈਂ ਛੇਰ ਬਣਾਵਾਂ, ਪੰਜ ਸਿਰਾਂ ਦੀ ਲੋੜ ਹੈ ਸੰਸਾਰ ਦੇ ਵਿੱਚੋਂ, ਮੈਂ ਪੰਥ ਖਾਲਸਾ ਸਾਜਣਾ ਤਲਵਾਰ ਦੇ ਵਿੱਚੋਂ, ਮੈਂ ਪੰਥ ਖਾਲਸਾ ਸਾਜਣਾ ਤਲਵਾਰ ਦੇ ਵਿੱਚੋਂ, ਆਓ ਕੋਈ ਸਿੰਘ ਵੀ ਹੱਥੀ ਗਾਨੇ ਪਾ ਕੇ, ਕੜੇ ਸਜਾ ਕੇ ਮਾਲਾ ਗਲਾ ਵਿੱਚ ਪਾ ਕੇ, ਗਲ ਵੱਢ ਕੇ ਰੱਖ ਦਿਓ ਗੁਰੂ ਜੀ, ਤੇਰਾ ਸੀਸ ਦਵਾਉਂਦੇ ਆ ਅਕਾਲ ਪੁਰਖ ਸੱਚੇ ਪਾਤਸ਼ਾਹ। ਗੁਰੂ ਬਚਨ ਕੀਤਾ, ਕਹਿੰਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁੱਖ ਉਜਲ ਸਦਾ ਸੁਖੀ ਨਾਨਕ ਸਿਮਰ ਟੇਕ। ਗੁਰਮੀਤ ਸਿੰਘ ਬੱਬਰ ਜੀ, ਤੁਸੀਂ ਤਾਂ ਬਹੁਤ ਪੂਜਨੀਕ, ਅਸੀਂ ਤੇਰੀ ਪੂਜਾ ਕਰਦੇ ਹਾਂ। ਨਹੀਂ ਨਹੀਂ, ਤੁਹਾਡੇ ਪੁੱਤ ਆ ਬਾਪੂ, ਮਾਲਕ ਦੀ ਕਿਰਪਾ,
ਮੈਂ ਦੇਖ ਕੇ ਆਣਾ, ਸਿਰਫ ਚਾਹੇ ਅੱਜ ਲੈ ਚੱਲੋ ਚਾਹੇ ਕੱਲ ਲੈ ਚੱਲੋ, ਕੋਈ ਗੱਲ ਨੀ, ਚੱਲਾਂਗੇ ਘਰ ਦੇਖ ਆਵਾਂਗੇ। ਘਰ ਦੇਖ ਕੇ ਵੀ ਕਬਜ਼ਾ ਤਾਂ ਨੀ ਕੀਤਾ ਉੱਥੇ, ਟੀਨਾ ਟੂਨਾ ਪਾ ਕੇ ਉਹਦਾ ਮੁੱਲ ਕਰਕੇ ਉਹਦਾ ਆਪਾਂ ਤੁਹਾਨੂੰ ਸਾਰੀ ਮਾਇਆ ਤੁਹਾਨੂੰ ਦੇ ਦੇਣੀ ਆ। ਨਹੀਂ ਸਾਨੂੰ ਮਾਇਆ ਨੀ ਚਾਹੀਦੀ, ਸਾਨੂੰ 2 ਲੱਖ ਦੇਵੇ, 2.5 ਲੱਖ ਦੇਵੇ, ਸਾਨੂੰ ਬਾਪੂ ਚਾਹੀਦਾ, ਸਾਨੂੰ ਬਾਪੂ ਚਾਹੀਦਾ। ਆਪਾਂ ਤਾਂ ਹੈਗੇ ਹੀ ਇੱਥੇ ਤੇਰੇ ਹੀ। ਸੁਣਾਇਆ ਕਰ ਬਾਪੂ ਗੁਰਦੁਆਰਾ ਸਾਹਿਬ ਚ ਨਾ ਸਵੇਰੇ ਕਰਿਆ ਕਰ ਥੋੜਾ ਜਿਹਾ ਸ਼ਬਦ। ਤੁਸੀਂ ਉਦਣ ਮੈਨੂੰ ਗੁੱਸਾ ਵੀ ਬੜਾ ਆਇਆ ਤੇ ਪਿਆਰ, ਅੱਜ ਬਣ ਬਣ ਚੁੱਕਾ ਪਿਆਰ। ਉਦਣ ਮੇਰੇ ਵੱਲ ਤਾਂ ਦੇਖਿਆ ਵੀ ਨੀ। ਕਿੱਦਣ? ਉਦਣ ਜਿੱਦਣ ਮੈਂ ਤਿਆਰ ਪਰ ਤਿਆਰ ਬਣ ਕੇ ਧਿਆਨ ਨੀ ਦਿੱਤਾ ਬਾਪੂ, ਜਦੋਂ ਤੁਹਾਨੂੰ ਉੱਥੇ ਅੰਦਰ ਵਿਸਾਖੀ ਵਾਲੇ ਦਿਨ ਹਨਾ, ਵਿਸਾਖੀ ਵਾਲੇ ਦਿਨ, ਸੌਰੀ ਬਾਪੂ ਮਾਫ ਕਰ ਦੇ, ਕੋਈ ਨੀ ਮਾਫੀ ਹੈ ਜੀ, ਮੈਨੂੰ ਵੀ ਮਾਫ ਕਰ ਦੀ ਬਾਬਾ, ਗਲਤੀ ਬਲਤੀ ਹੋ ਗਈ, ਮਾਫ, ਮੈਨੂੰ ਮਾਫੀ, ਮੈਂ ਭੁੱਲ ਗਿਆ ਹਾਂ ਜੀ, ਮੈਂ ਧਿਆਨ ਨਹੀਂ ਅੱਜ ਥੋੜਾ ਸੁਣਾਈ ਆ ਕਿਰਪਾ, ਨਹੀਂ ਅੱਜ ਤਾਂ ਟਾਈਮ ਨਹੀਂ, ਥੋੜਾ ਜਿਹਾ ਕਿਦੋਂ ਜੀ ਕਰੂ, ਜਿੱਦਣ ਤੁਹਾਡਾ ਤੁਸੀਂ ਮੈਨੂੰ ਦੱਸਿਓ, ਹਾਂਜੀ ਉਦੋਂ ਕਰਾਂਗੇ। ਮੈਨੂੰ ਪਿੰਡ ਲੈ ਕੇ ਜਾਓਗੇ? ਹਾਂ ਪੱਕਾ, ਘਰ ਵੀ ਦਿਖਾਉਂਗਾ, ਮੇਰੇ ਭਾਈ ਨਾਲ ਗੱਲ ਕਰਨੀ ਆ ਵੀ, ਹਾਂ ਵੀ ਮੇਰੀ ਰੱਖਿਆ ਤੂੰ ਨਹੀਂ ਕੀਤੀ, ਆ ਦੇ ਮੇਰਾ ਵੀਰ ਚੜਦੀ ਕਲਾ, ਆਪਾਂ ਕਾਰ ਤੇ ਜਾਵਾਂਗੇ, ਠੀਕ ਸਕੂਟਰ ਤੇ, ਠੀਕ ਹੈ ਜੀ, ਲੈ ਕੇ ਜਾਊਂਗਾ, ਚੱਲ ਬੜਾ ਕਾਰ ਤੇ ਚੱਲਾਂਗੇ ਆਪਾਂ, 2 ਜੂਨ ਨੂੰ ਜਾਵਾਂਗੇ, 2 ਜੂਨ ਚੱਲ ਬੜਾਂਗੇ, ਹਾਂਜੀ ਠੀਕ। ਬਸ ਉਹਨਾਂ ਨੂੰ ਇਹ ਪੁੱਛਣਾ ਵੀ ਕਬਜ਼ਾ ਤਾਂ ਨੀ ਦੇਖਣਾ ਘਰ ਆਪਣਾ, 40 ਗਜ ਦੀ, 40 ਗਜ ਦੇਖ ਲੋ, ਰਕਸ਼ਾ ਵਾਹ ਵਾਹ ਕੇ ਮੁਸ਼ਕਤ ਕਰਕੇ ਤੇ ਪਾਠ ਵੀ ਕਰਦੇ ਰਹੇ, ਵਿੱਚ ਪਾਠ ਕਰਦੇ ਰਹੇ, ਵਿੱਚ ਦਿਹਾੜੀ ਕਰਦਾ ਰਹੇ, ਕਹਿੰਦੇ ਕੰਮ ਤੋਂ ਕੰਨ ਨੀ ਕਤਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਬਈ ਕਿਵੇਂ ਸ਼ੀਰੋ? ਓਏ ਸ਼ੀਰੋ ਸ਼ੀਰੋ ਸ਼ੀਰੋ, ਹੁਣ ਇਸ਼ਨਾਨ ਕਰਿਆ ਜੀ, ਇਸ਼ਨਾਨ ਕਰਿਆ, ਹਾਂਜੀ ਇਹ ਤੁਹਾਡਾ ਪਹਿਲਾ ਹੁਕਮ ਆ, ਸਾਰੇ ਇਸ਼ਨਾਨ ਸਿਮਰ ਪ੍ਰਵਾਪਰ ਨਾ ਵੀ ਨਾ। ਟੋਨੀ ਬਾਬੇ ਕਿਵੇਂ ਆ? ਇਹ ਸਾਡੇ ਹਰਬੰਸ ਸਿੰਘ ਟੋਨੀ ਜੀ ਨੇ ਜੀ, ਖਾਲਸਾ ਜੀ, ਜਿਹੜੇ ਵਾਹਿਗੁਰੂ ਨਿੰਗਾ ਸਿੰਘਾਂ ਦੇ ਬਾਣੇ ਚ ਰਹਿੰਦੇ ਸੀਗੇ, ਪਰ ਕੁਛ ਹਾਲਾਤ ਇੱਦਾਂ ਦੇ ਬਣ ਗਏ ਸੀਗੇ, ਅੱਜ ਬਾਪੂ ਹਰਬੰਸ ਸਿੰਘ ਟੋਨੀ ਜੀ ਬਿਲਕੁਲ ਕਾਇਮ ਨੇ। ਇੱਕ ਮਿੰਟ ਮਿਲ ਲੈਂਦੇ ਜੀ ਗੁਰ ਸਾਹਿਬ। ਹਾਂਜੀ ਗੁਰ ਸਾਹਿਬ ਕੀ ਹਾਲ ਚਾਲ ਨੇ? ਠੀਕ ਠਾਕ ਹੋ? ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ, ਗੁਰ ਸਾਹਿਬ ਕੀ ਹਾਲ ਚਾਲ? ਠੀਕ ਠਾਕ ਹੋ? ਚਾਹੂ ਪੀਓ, ਮੈਂ ਆ ਗਿਆ, ਅਸੀਂ ਜੀ ਗਰਾਊਂਡ ਬਣਾ ਰਹੇ ਬੱਚਿਆਂ ਵਾਸਤੇ, ਉਹ ਬਾਈ ਜੀ ਹੁਣੀ ਸੰਗਰੂਰ ਤੋਂ ਆਏ ਨੇ, ਨਾਲ ਲੈ ਕੇ ਆਏ ਨੇ ਮੈਂਬਰ ਆਪਣੇ ਜਿਹੜੇ ਗਰਾਊਂਡ ਬਣਾਉਣ ਦੇ ਐਕਸਪਰਟ ਨੇ, ਬੱਚਿਆਂ ਦੀ ਗਰਾਊਂਡ ਤਿਆਰ ਕਰਾਉਣੀ ਆ। ਇਹ ਮੁਹੰਮਦ ਸਲੀਮ ਸਾਡਾ ਬਾਈ, ਕੱਪੜੇ ਪਾਇਓ ਮਾੜੇ ਜੇ, ਇਧਰਲੇ ਪਾਸੇ ਇਸ਼ਨਾਨ ਹੁੰਦੇ ਆ ਜੀ ਸਾਰਿਆਂ ਦੇ, ਹੁਣ ਅੰਦਰੋਂ ਇਸ਼ਨਾਨ ਹੋ ਕੇ ਸਾਰੇ ਮੈਂਬਰ ਇੱਥੇ ਆਈ ਜਾਂਦੇ ਆ, ਤੇ ਇੱਥੇ ਕੱਪੜੇ ਲੱਗੇ ਹੋਏ ਨੇ, ਆਹ ਜਿਵੇਂ ਅੱਜ ਸੰਡੇ ਆ, ਹਰੇਕ ਮੈਂਬਰ ਦੇ ਅੱਜ ਕੁੜਤੇ ਪਜਾਮੇ ਪਾਏ ਜਾਣੇ ਨੀਲੇ, ਤੇ ਉਹਨਾਂ ਦੇ ਕੁੜਤੇ ਪਜਾਮੇ ਕੱਢ ਕੱਢ ਕੇ ਰੱਖੇ ਹੋਏ ਆ ਬਾਏ ਨੇਮ,
ਇਧਰ ਕੱਪੜੇ ਪੈ ਰਹੇ ਆ, ਜਿਵੇਂ ਆਈ ਜਾਂਦੇ ਬੰਦੇ, ਜਿਵੇਂ ਸਾਡਾ ਦੁਰਲਭ ਸ਼ਰਮਾ। ਸ਼ਰਮਾ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ। ਇਹਨੂੰ ਬਾਈ ਨੂੰ ਤੁਸੀਂ ਦੇਖਿਆ, ਦੋ ਭਰਾ ਅਸੀਂ ਬਠਿੰਡੇ ਤੋਂ ਲੈ ਕੇ ਆਏ ਸੀਗੇ, ਅਸੀਂ ਕੱਪੜੇ ਪਵਾ ਰਿਹਾ, ਸੋਨੂੰ ਪਵਾ ਰਿਹਾ ਕੱਪੜੇ, ਉਹ ਸਾਡਾ ਭੋਲਾ ਬਾਈ ਪਵਾ ਰਿਹਾ, ਜਿਹੜਾ ਭੋਲਾ ਪਟਵਾਰੀ ਲੈ ਕੇ ਆਉਂਦਾ ਸੀ ਬਾਈ, ਹਨਾ। ਹਾਂ ਵੀ ਕਿਵੇਂ ਆ? ਤੇਜਾ ਪਵਾ ਰਿਹਾ ਸਾਡਾ, ਕਿਵੇਂ ਦੱਸਿਆ? ਇਧਰ ਸਾਰਿਆਂ ਦੇ ਪੈਰ ਚੈੱਕ ਕਰਕੇ, ਚੱਪਲਾਂ ਵਗੈਰਾ, ਬੂਟ ਵਗੈਰਾ ਜਿਹੜੇ ਪਵਾਏ ਜਾਂਦੇ ਆ। ਬਾਪੂ ਬਚਨ ਸਿੰਘ ਕਿਵੇਂ ਆ? ਠੀਕ ਹੋ? ਦੇ ਦੇਣੀ ਜਲਦੀ 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 ਜਲਦੀ। ਇੱਕ ਬਾਪੂਆਂ ਨੇ ਕਈਆਂ ਦੀ ਪ੍ਰੋਬਲਮ ਆ, ਛੁੱਟੀ ਬਹੁਤ ਜ਼ਿਆਦਾ ਮੰਗਦੇ ਹੁੰਦੇ। ਬਾਪੂ ਬਚਨ 20-25 ਸਾਲ ਹੀ ਹੋ ਗਏ ਸੀ ਸੜਕਾਂ ਤੇ ਨੰਗੇ ਪੈਰੀ ਘੁੰਮਦਾ ਸੀ, ਸਿਰ ਪੈਰ ਤੇ ਜ਼ਖਮ ਹੋਏ ਸੀ, ਬਹੁਤ ਬੁਰੀ ਹਾਲਤ ਸੀ। ਪਰਿਵਾਰ ਚ ਪਿੱਛੇ ਕੋਈ ਨੀ, ਘਰ ਬਾਰ ਕੁਛ ਨੀ, ਸਭ ਕੁਛ ਵਿਕ ਗਿਆ। ਹੁਣ ਇਹਦੀ ਆਦਤ ਬਣੀ ਹੋਈ ਆ ਇੰਨੇ ਸਾਲਾਂ ਤੋਂ ਸੜਕਾਂ ਤੇ ਘੁੰਮਣਾ, ਮੰਗ ਕੇ ਖਾਣਾ, ਤੇ ਹੁਣ ਬੜਾ ਤਾਲਾ ਟੂਲਾ ਲਾ ਕੇ ਵੜਿਆ ਵੜੂ ਕੇ ਰੱਖੀ ਜਾਈਦਾ ਵਾ। ਕਈ ਨੇ ਕੋਈ ਨਾ ਬਾਪੂ ਰੁਕ ਜਾ, ਭੇਜਾਂਗੇ ਭੇਜਾਂਗੇ। ਇੱਧਰ ਜੋੜੀ ਬੈਠੀ ਆ ਸਾਡੇ, ਹੰਸਾਂ ਦੀ ਜੋੜੀ ਕਹਿੰਦੇ ਅਸੀਂ ਇਹਨਾਂ ਨੂੰ। ਬਾਪੂ ਸਤਿ ਸ੍ਰੀ ਅਕਾਲ। ਬਾਪੂ ਕੁਲਵੀਰ ਸਿੰਘ ਕਾਕਾ ਤੇ ਬਾਪੂ ਗਿੰਦਰ ਮੋਹਨ ਜੀ। ਬਾਪੂ ਕੁਲਵੀਰ ਸਿੰਘ ਕਾਕਾ ਜੀ ਨੂੰ ਦਿਖਾਈ ਨੀ ਦਿੰਦਾ, ਗਿੰਦਰ ਮੋਹਨ ਬਾਪੂ ਨੂੰ ਵੀ ਨੀ ਦਿਖਾਈ ਦਿੰਦਾ ਸੀ ਪਹਿਲਾਂ, ਹੁਣ ਦਿਖਣ ਲੱਗ ਗਿਆ ਸੀ। ਬਾਪੂ ਉਹਦੀ ਸਾਰਾ ਦਿਨ ਕੇਅਰ ਕਰਦਾ ਵਾ। ਇੱਧਰ ਕੱਪੜਿਆਂ ਦੀ ਪ੍ਰੈਸ ਵਗੈਰਾ ਹੋ ਰਹੀ ਹੈ ਸਾਰੇ ਪਾਸੇ। ਹਾਂਜੀ ਸ਼ਰਮਾ, ਕੀ ਹਾਲ ਨੇ ਜੀ? ਸ਼ਰਮਾ ਜੀ ਠੀਕ ਠਾਕ? ਠੀਕ ਠਾਕ। ਇਹ ਸਿੰਦਾ ਬਾਈ ਆ, ਕੱਲ ਦਾ ਆਪਣੇ ਭਰਾ ਨੂੰ ਮਿਲਣ ਆਇਆ ਹੋਇਆ, ਤੇ ਭਰਾ ਯੋਗਰਾਜ ਸਿੰਘ ਆਪਣੀ ਡਿਊਟੀ ਨਿਭਾਈ ਜਾਂਦਾ ਬੈਠਾ, ਤੇ ਅੱਜ 42 ਸਾਲਾਂ ਬਾਅਦ ਮਿਲੇ ਆ ਦੋਨੋਂ ਭਰਾ। ਅੱਜ ਇਹਨਾਂ ਦੀ ਅਸੀਂ ਵੀਡੀਓ ਸਾਂਝੀ ਕਰਾਂਗੇ, ਤੁਸੀਂ ਦੇਖਿਓ, ਅੱਜ ਪਾਵਾਂਗੇ ਅਸੀਂ ਵੀਡੀਓ ਇਹਨਾਂ ਦੀ। 42 ਸਾਲਾਂ ਬਾਅਦ ਦੋਨੋਂ ਭਰਾ ਮਿਲੇ ਆ, ਇਹ ਛਿੰਦਾ ਤੇ ਬਾਪੂ ਯੋਗਰਾਜ। ਇੱਧਰ ਕੱਪੜਿਆਂ ਦੀ ਛਾਂਟ ਛਟਾਈ ਹੋਈ ਜਾਂਦੀ ਆ, ਨਾਲ ਦੀ ਨਾਲ ਕੱਪੜਿਆਂ ਦੀ ਸਟਿਚਿੰਗ ਹੋ ਰਹੀ ਆ। ਸੈਨੇਟਾਈਜ਼ਰ ਪਿਆ ਇੱਧਰ ਦਿਓ ਮਾੜਾ ਜਿਹਾ, ਤੋਤੀ ਸੈਨੇਟਾਈਜ਼ਰ ਹੈਗਾ ਇੱਥੇ? ਉਹ ਸੈਨੇਟਾਈਜ਼ਰ ਹੈਗਾ? ਇਹ ਵੀ ਵੀਰਾ ਐਜ ਏ ਪੇਸ਼ੈਂਟ ਆਇਆ ਸੀ ਸਾਡੇ ਕੋਲ ਕਿਸੇ ਟਾਈਮ, ਅੱਜ ਬਾਈ ਸਾਡਾ ਸੇਵਾ ਕਰਦਾ, ਡਿਊਟੀ ਨਿਭਾਉਂਦਾ। ਮਤਲਬ ਸੋਢੀ ਸਾਹਿਬ ਕਿਵੇਂ ਹੁਣ, ਠੀਕ ਹੋ ਕੇ ਨਾਲੋਂ? ਠੀਕ ਹੈ ਬਾਈ ਜੀ। ਸੋਢੀ ਬਾਈ ਵੀ ਸਾਡਾ ਥੋੜਾ ਢਿੱਲਾ ਚੱਲਦਾ ਹੁਣ, ਸੋਢੀ ਸਾਹਿਬ ਕੱਪੜੇ ਪ੍ਰੈਸ ਕਰਨ ਦੀ ਡਿਊਟੀ ਨਿਭਾ ਰਿਹਾ ਵੀ। ਠੀਕ ਹੈ ਪੁੱਤ, ਠੀਕ। ਨਹੀਂ ਮੈਂ ਆਪੇ ਦਊਂਗਾ, ਪੀਨੇ ਜੀ ਪੀਨੇ। ਹਾਂਜੀ ਯੋਗਰਾਜ ਬਾਬੇ ਜਾ ਨੀ ਹੋਣਾ, ਤੇ ਤੂੰ ਡੈਗ ਡੁੱਗ ਪਏਗਾ, ਸੱਟ ਖਾ ਲਏਗਾ। ਬੰਦਾ ਤਾਂ ਆਪ ਮਸਾ ਤੁਰਦਾ, ਬੰਦਾ ਤਾਂ ਆਪ ਮਸਾ ਤੁਰਦਾ।
ਕੋਈ ਨਾ ਮਿਲਦੇ ਆ ਵੀ ਨੇ ਚੰਗੀ ਤਰ੍ਹਾਂ ਨਾ ਲਾ ਚੰਗੀ ਤਰ੍ਹਾਂ ਇਧਰ ਕੇਸੀ ਇਸ਼ਨਾਨ ਕਰਾ ਕੇ ਬਾਲ ਸਕਾਈ ਜਾਂਦੇ ਜੀ ਜਿਵੇਂ ਡਰਾਇਰ ਦੇ ਨਾਲ ਹਨਾ ਵੀ ਜੂਆਂ ਵਗੈਰਾ ਨਾ ਪਹਿਣ ਜਿਧਰ ਜਿਵੇਂ ਜਿਵੇਂ ਬਾਲ ਸੁੱਕੀ ਜਾਂਦੇ ਜਿਵੇਂ ਤੁਸੀਂ ਦੇਖਿਆ ਬਾਲ ਬਾਹ ਵਾਹ ਕੇ ਜੂੜੇ ਕਰ ਕਰਕੇ ਪੱਗਾਂ ਬੰਨੀ ਜਾਂਦੇ ਨੇ ਬਿਲਕੁਲ ਠੀਕ ਹੈ ਮੈਂ ਕਿਹਾ ਆਪਾਂ ਇਹਦੀ ਜ਼ਮੀਨ ਹੱਥ ਲਾਉਣ ਦੇਣੀ ਨੀ ਕਿਸੇ ਨੂੰ ਬਰਾਗੀ ਬਾਬੇ ਕਿਵੇਂ ਆ ਠੀਕ ਹੈ ਠੀਕ ਹੈ ਬਾਪੂ ਇਹ ਬਰਾਗੀ ਬਾਬਾ ਜੀ ਇਹ ਬਾਪੂ ਨੇ ਸਾਰੀ ਜ਼ਿੰਦਗੀ ਇੱਕ ਪਰਿਵਾਰ ਦੇ ਨਾਲ ਕੱਟੀ ਆ ਤੇ ਹੁਣ ਪਿੱਛੇ ਕੋਈ ਨਹੀਂ ਸੀ ਸਾਂਭਣ ਵਾਲਾ ਬਾਪੂ ਨੂੰ ਕੋਈ ਦੇਖ ਰੇਖ ਕਰਨ ਵਾਲਾ ਹੈ ਨਹੀਂ ਸੀ ਪਿੱਛੇ ਹੁਣ ਤਾਂ ਬਹੁਤ ਠੀਕ ਹੈ ਬਾਪੂ ਦੇ ਆਪਰੇਸ਼ਨ ਹੋਏ ਨੇ ਦੋ ਚਲੋ ਬਾਪੂ ਦਾ ਆਪਰੇਸ਼ਨ ਹੋਇਆ ਪਿੱਛੇ ਉਹਨਾਂ ਨੂੰ ਪਰਿਵਾਰ ਨੂੰ ਅਸੀਂ ਫੋਨ ਕੀਤਾ ਉਹਨਾਂ ਦਾ ਧੰਨਵਾਦ ਆ ਵੀ ਆਪਰੇਸ਼ਨ ਉਹ ਆਪ ਕਰਾ ਕੇ ਗਏ ਕੋਲੇ ਰਹਿ ਕੇ ਹਸਪਤਾਲ ਦੇ ਵਿੱਚ ਬਿੱਲ ਵਗੈਰਾ ਵੀ ਸਾਰਾ ਆਪ ਦਿੱਤਾ ਉਹਨਾਂ ਨੇ ਚਲੋ ਮਹਾਰਾਜ ਮਿਹਰ ਕਰੇ ਬਾਪੂ ਤੰਦਰੁਸਤ ਰਹੇ ਤਗੜਾ ਰਹੇ ਪਰ ਸਾਰਾ ਸਾਰਾ ਜੀਵਨ ਕਿਸੇ ਦੇ ਲੇਖੇ ਲਾ ਕੇ ਬੁਢਾਪਾ ਇਸ ਤਰ੍ਹਾਂ ਦਾ ਬਤੀਤ ਹੋਵੇ ਤਾਂ ਬੜੀ ਦੁੱਖ ਦੀ ਗੱਲ ਆ ਕੈਫੇ ਬਾਈ ਠੀਕ ਆ ਤੇ ਜੀ ਤੈਨੂੰ ਹੁਣ ਜਾਵੇ ਘਰੇ ਬੋਕਰ ਦੇ ਨਾਲ ਤੁਰਦਾ ਤਾਂ ਹੈ ਨੀ ਤੂੰ ਜਮਾ ਹਾਂ ਬਾਪੂ ਹਾਂ ਬੋਲ ਦਵਾਈ ਚੈੱਕ ਕਰਾਉਣੀ ਬਾਪੂ ਦੀ ਇਹ ਕਹਿੰਦਾ ਮੈਨੂੰ ਰਾਤ ਨੂੰ 1 ਵਜੇ ਜਾਗ ਖੁੱਲ ਜਾਂਦੀ ਹੈ ਫਿਰ ਨੀਂਦ ਨੀ ਆਉਂਦੀ ਉਹਨੂੰ ਅੱਜ ਪਾਓ ਲਿਸਟ ਦੇ ਵਿੱਚ ਨਾ ਚੈੱਕ ਕਰਾਓ ਕੋਈ ਬਾਪੂ ਚੈੱਕ ਕਰਾਉਣੇ ਚੈੱਕ ਕਰਾ ਹੋਰ ਬਾਬੇ ਠੀਕ ਹੈ ਇਹ ਬਾਈ ਜੋ ਵੀ ਸਾਡੇ ਜਦੋਂ ਮਿਲਿਆ ਸੀ ਇਹਦੇ ਕੀੜੇ ਪਏ ਸੀ ਪੈਰ ਦੇ ਵਿੱਚ ਹੁਣ ਠੀਕ ਆ ਹੁਣ ਛੁੱਟੀ ਐਡਰੈਸ ਨੀ ਪਤਾ ਕਿੱਥੇ ਜਾਣਾ ਹਾਂ ਬਾਬੇ ਕਿਵੇਂ ਆ ਇਹ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਹੀ ਲੁਧਿਆਣੇ ਡੱਬੂ ਚਿਕਨ ਤੇ ਬਾਹਰੋਂ ਲੈ ਕੇ ਆਈ ਪੁਲ ਦੇ ਥੱਲਿਓ ਐਂ ਥੱਲੇ ਹੀ ਨੰਗਾ ਹੀ ਪਿਆ ਸੀ ਬਾਬਾ ਬਾਈ ਹਜੇ ਤੱਕ ਆਪਣਾ ਐਡਰੈਸ ਨੀ ਦੱਸ ਪਾਇਆ ਪਰ ਅੱਗੇ ਨਾਲੋਂ ਕਾਫੀ ਠੀਕ ਆ ਹੁਣ ਹਾਂ ਵੀ ਕ੍ਰਿਸ਼ਨਾ ਕਿਵੇਂ ਆ ਠੀਕ ਹੈ ਬੜੀਆ ਹੈ ਬੜੀਆ ਕਿਵੇਂ ਆ ਬਾਈ ਇਹ ਸਾਡੇ ਰੰਮੀ ਹੁਣੀ ਆ ਰੰਮੀ ਤੇ ਅਮਨਦੀਪ ਮਲੋੜ ਤੋਂ ਸਰਾਭਾ ਨਗਰ ਤੋਂ ਆਏ ਮਲੋੜ ਸ਼ਹਿਰ ਦੇ ਮੁੰਡੇ ਨੌਜਵਾਨ ਗੱਭਰੂ ਨਹੀਂ ਆਇਆ ਨੀ ਮੈਨੂੰ ਫੋਨ ਨੀ ਆਇਆ ਨੀ ਕੋਈ ਨਾ ਜਦੋਂ ਆਇਆ ਮੈਂ ਤੇਰੀ ਗੱਲ ਕਰਾਊਂਗਾ ਠੀਕ ਹੈ ਹੋਰ ਅਮਨ ਕਰਾ ਦਿੰਦੇ ਕੋਈ ਪਾਪਾ ਜੀ ਕਰਦੇ ਗੱਲ ਹਾਂ ਕਰਾ ਦਿੰਦੇ ਮੰਤਰੀ ਬੈਠ ਉੱਥੇ ਮੈਂ ਆ ਕੇ ਕਰਾਉਂਦਾ ਪ੍ਰਭਜੋਤ ਕਿਵੇਂ ਆ
ਹੁਣ ਤਾਂ ਨੀ ਗੁੱਸਾ ਆਉਂਦਾ ਪ੍ਰਭਜੋਤ? ਅੱਗੇ ਨਾਲ ਠੀਕ ਹੈ? ਕੀ ਹਾਲ ਡਾਕਟਰ ਸਾਹਿਬ, ਕਰਦੇ ਆ ਗੱਲ ਆਪਾਂ। ਇਹ ਪ੍ਰਭਜੋਤ ਆ ਵੀਰਾ ਜੀ, ਇਹਨੂੰ ਗੁੱਸਾ ਬਹੁਤ ਜ਼ਿਆਦਾ ਚੜਦਾ, ਹੁਣ ਠੀਕ ਆ ਅੱਗੇ ਨਾਲੋਂ। ਇਹਨੇ ਆਪਣੇ ਦਾਦੇ ਦੇ ਮਾਰੇ ਸੀ, ਦਾਦੀ ਦੇ, ਦਾਦੀ ਦੀ ਡੈਥ ਹੋ ਗਈ, ਉਹਦੇ ਸਿਰ ਚ ਬਹੁਤ ਜ਼ੋਰ ਦੀ ਇਹਨੇ ਰੌੜ ਮਾਰੀ। ਫਿਰ ਇਸ ਵਾਰ ਜਨਵਰੀ, ਪਿਛਲੀ ਜਨਵਰੀ ਦੇ ਵਿੱਚ 1 ਜਨਵਰੀ ਵਾਲੇ ਦਿਨ ਦਾਦੀ ਦੇ ਮਾਰਿਆ ਸੀ, ਐਗਤੀ 1 ਜਨਵਰੀ ਵਾਲੇ ਦਿਨ ਆਪਦੀ ਮਾਂ ਦੇ ਸਿਰ ਚ ਮਾਰਿਆ, ਉਹ ਵੀ ਮਸਾਂ ਹੀ ਬਚੀ ਹੈ, ਟਾਂਕੇ ਲੱਗੇ। ਪਿਓ ਵੀ ਇਹਦਾ ਮੰਜੇ ਤੇ ਹੀ ਪਿਆ ਵਾ, ਇੱਥੇ ਹੀ ਹੈ। ਕਿੱਥੇ ਡੈਡੀ ਤੇਰਾ? ਹੈ ਕਿੱਥੇ ਡੈਡੀ? ਦੇਖ ਤਾਂ ਗੇੜਾ ਦੇ ਕੇ, ਇੱਥੇ ਪਿਆ ਤਾਂ ਨੀ? ਇਹਦਾ ਪ੍ਰਭਜੋਤ ਦਾ ਡੈਡੀ ਕਿੱਥੇ ਆ? ਆਇਆ ਦੇਖੀਏ। ਢਾਡੀ ਲਾ ਕੇ, ਮੁੱਛਾਂ ਬੰਨ ਕੇ ਬੈਲੀ ਬਾਪੂ। ਇਹ ਵੀ ਬਾਈ ਗੁੱਜਰਾਂ ਨੇ ਬਣਾ ਕੇ ਰੱਖਿਆ ਹੋਇਆ ਸੀ ਗੁਲਾਮ, ਉੱਥੋਂ ਛੁਡਾਇਆ ਸੀਗਾ। ਇੱਧਰ ਹੁਣ ਜਿਵੇਂ ਜਿਵੇਂ ਨਹਾ ਕੇ ਕੁਛ ਬੰਦੇ ਪਈ ਜਾਂਦੇ ਆ ਕੇ ਬੈਠ ਕੇ ਸੁਸਤੀ, ਕਿਉਂਕਿ ਥੋੜੇ ਦਿਨ ਸੁਸਤੀ ਭਰੇ ਜਿਹੇ ਹੁੰਦੇ ਆ। ਪ੍ਰਭਜੋਤ ਕਿੰਨਾ ਪੜ੍ਹਿਆ ਤੂੰ? 12 ਪੜ੍ਹਿਆ ਹੋਇਆ ਮੁੰਡਾ, ਕੱਲਾ ਕੱਲਾ ਹੀ ਮੁੰਡਾ, ਮਾਂ ਬਾਪ ਦਾ ਬਸ ਐਸੀ ਪ੍ਰੋਬਲਮ ਆਈ, ਅਪਸੈਟ ਹੋ ਗਿਆ, ਬੰਨ ਕੇ ਰੱਖ ਰਹੇ ਸਿੰਗਲ ਨਾਲ। ਕੀ ਹਾਲ ਨੇ ਬਾਪੂ? ਠੀਕ ਹੈ ਬਾਈ? ਇਹ ਕੌਣ? ਤੇਰਾ ਮੁੰਡਾ? ਠੀਕ ਆ। ਕੀ ਕਹਿੰਦਾ ਇਹ? ਹੈਂ, ਕਿੰਨਾ ਪੜ੍ਹਿਆ ਇਹ? ਤੇਰਾ ਕੀ ਨਾਮ ਆ? ਜਸਵਿੰਦਰ ਸਿੰਘ। ਪਿੰਡ ਕਿਹੜਾ ਤੇਰਾ? ਆਈ ਕਿਹੜਾ? ਹੈਂ, ਕੋਟ। ਠੀਕ ਆ। ਘਰ ਵਾਲੀ ਕਿੱਥੇ ਤੇਰੀ? ਉਧਰ। ਉਹਦਾ ਕੀ ਨਾਮ ਆ? ਕੰਮੋ। ਠੀਕ ਆ। ਜਵਾਕ ਕਿੰਨੇ ਤੇਰੇ? ਇੱਕੋ ਹੀ ਆ? ਪ੍ਰਭਜੋਤ ਹੋਰ ਹੈ ਭੈਣ ਭਰਾ ਤੇਰਾ? ਕੱਲਾ ਹੀ ਆਂਦਾ। ਬਾਪੂ ਤੇ ਵੀ ਮਾਰਿਆ ਤੂੰ ਇੱਕ ਵਾਰ? ਮਾਰੇ ਬਾਪੂ ਨੂੰ? ਕੁੱਟਿਆ ਤੂੰ? ਕੁੱਟਿਆ? ਹੋ ਗੁੱਸਾ ਆਉਂਦਾ ਡੈਡੀ ਨੂੰ? ਡੈਡੀ ਤੇ ਤੈਨੂੰ? ਮੰਮੀ ਤੇ ਵੀ ਮਾਰਿਆ ਸੀ? ਸੋਟਾ ਮਾਰਿਆ ਸੀ? ਤੂੰ ਇੰਨਾ ਸਿਆਣਾ ਵਾ ਪ੍ਰਭਜੋਤ, ਤੂੰ ਐ ਥੋੜੀ ਪੁੱਤ ਮੰਮੀ ਪਾਪਾ ਨੇ ਮਾਰੀ ਦਾ। ਹੁਣ ਦਾਦੀ ਵਿਚਾਰੀ, ਦਾਦੀ ਨੂੰ ਕੀ ਹੋ ਗਿਆ ਸੀ? ਆਵਾਜ਼ਾਂ ਆਉਣ ਲੱਗ ਗਈਆਂ, ਮੇਰੇ ਦਾਦਾ ਜੀ ਦੀ ਆਵਾਜ਼ ਆ, ਤੂੰ ਦਾਦੀ ਨੂੰ ਭੇਜ, ਮੈਨੂੰ ਰੋਟੀ ਨੀ ਲੱਗੀ, ਅੱਖਾਂ ਆਵਾਜ਼ਾਂ ਆਉਂਦੀਆਂ। ਦੇਖੋ ਐਸੇ ਹਲਿਊਸੀਨੇਸ਼ਨ ਆਉਣ ਲੱਗ ਗਏ ਵੀ ਦਾਦਾ ਮਰ ਗਿਆ, ਦਾਦਾ ਵੀ ਇਹਦੇ ਕਰਕੇ ਗਿਆ। ਦਾਦੀ ਨੂੰ ਕਹਿੰਦਾ ਭੇਜ, ਦਾਦੇ ਦੀਆਂ ਆਵਾਜ਼ਾਂ ਆਉਂਦੀਆਂ ਸੀ, ਮੈਨੂੰ ਰੋਟੀ ਨੀ ਮਿਲਦੀ ਉੱਪਰ, ਤੇ ਇਹਨੇ ਦਾਦੀ ਦੇ ਸਿਰ ਚ ਟੰਬਾ ਮਾਰਿਆ, ਦਾਦੀ ਵੀ ਮਾਰਤੀ।
ਦਾਦੀ ਨੂੰ ਕਹਿੰਦਾ ਮੈਂ ਦਾਦੇ ਕੋਲੇ ਭੇਜਤਾ। ਹੁਣ ਇਸ ਵਾਰ ਆਪਣੀ ਮਾਂ ਦੇ ਸਿਰ ਚ ਟੰਬਾ ਮਾਰਿਆ ਤੇ ਹੁਣ ਮਾਂ ਨੂੰ ਕਿਹਨੇ ਕੋਈ ਭੇਜਣਾ ਸੀ? ਪੁੱਤ ਮੰਮੀ ਤਾਂ ਇੱਥੇ ਸੀ, ਪਾਪਾ ਵੀ ਇੱਥੇ ਸੀਗੇ। ਮੰਮੀ ਨੇ ਕਿਹਾ ਤੂੰ ਮਾਰਿਆ? ਨਹੀਂ ਪੁੱਤ ਕੋਈ ਵਾਜਾਂ ਨੀ ਆਉਂਦੇ। ਹੁਣ ਹੁਣ ਤਾਂ ਨੀ ਆਉਂਦੀਆਂ, ਹੁਣ ਠੀਕ ਰਹਿੰਦੀਆਂ ਨਾ? ਬਸ ਕੋਈ ਨਾ, ਹੁਣ ਸੇਵਾ ਚ ਲੱਗ, ਸੇਵਾ ਕਰਾਇਆ ਕਰਨ ਨਾਲ ਉੱਥੇ ਰਸੋਈ ਚ ਸਬਜ਼ੀਆਂ ਕਟਾ ਲਿਆ ਕਰਦੇ ਆ। ਇੱਥੇ ਬਾਈ ਉਹਨਾਂ ਦਾ ਬੰਦੇ ਨਵਾਉਂਦੇ ਆ, ਜਦੋਂ ਬੰਦੇ ਨਵਾ ਲਿਆ ਕਰ ਨਾਲ ਲੱਗ ਕੇ ਮਨ ਲਾ ਸੇਵਾ ਤੇ, ਦੇਖੀ ਰੱਬ ਨੇ ਜਮਾ ਠੀਕ ਕਰ ਦੇਣਾ ਤੈਨੂੰ। ਠੀਕ ਆ, ਪਿੰਡ ਕਿਹੜਾ ਤੁਹਾਡਾ? ਗਹਿਲੇ ਵਾਲਾ। ਗਹਿਲੇ ਵਾਲ ਪਿੰਡ ਤੋਂ ਲੈ ਕੇ ਆਏ ਸੀ ਵੀਰ ਇਹਨਾਂ ਨੂੰ। ਇਹਦੇ ਮੰਮੀ ਵੀ ਇੱਥੇ ਹੀ ਆ, ਕੰਮੋਂ ਭੈਣ, ਇਹਦੇ ਡੈਡੀ ਜਸਵਿੰਦਰ ਸਿੰਘ ਵੀ ਇੱਥੇ ਆ ਤੇ ਪ੍ਰਭਜੋਤ, ਤਿੰਨੋ ਹੀ ਮੈਂਬਰ ਇੱਥੇ ਆ ਤੇ ਬਾਕੀ ਜਿਹੜੇ ਦੋ ਮੈਂਬਰ ਆ ਉਹ ਇਸ ਦੁਨੀਆਂ ਤੋਂ ਜਾ ਚੁੱਕੇ ਆ। ਤੇ ਜਦੋਂ ਆਏ ਸੀ ਇਹਦੀ ਮਾਂ ਦੇ ਸਿਰ ਚ ਟਾਂਕੇ ਲੱਗੇ ਹੋਏ ਸੀ, ਮਾਂ ਦਾ ਵੀ ਸਿਰ ਪਾੜਤਾ ਸੀ ਇਹਨੇ ਮਾਰ ਕੇ, ਇਸ ਵਾਰ ਬਾਲਾ, ਪਿਛਲੇ ਸਾਲ ਦਾਦੀ ਮਾਰਤੀ ਸੀ। ਚਲੋ ਮੈਂ ਸਾਡੀ ਇੰਨੀਆਂ ਕੁ ਬੇਨਤੀਆਂ ਵਾ, ਅੱਜ ਸਵੇਰੇ ਸਵੇਰੇ ਬੈਠੋ ਵੀਰੇ, ਤੁਹਾਡੇ ਨਾਲ ਲਾਈਵ ਹੋਏ ਆ ਸਾਹਮਣੇ। ਬਾਪੂ ਲਾਭ ਸਿੰਘ ਕਿਵੇਂ ਆ? ਆਏ ਦਾ ਕਰੋ ਜੀ ਕੰਮ ਕਰਦੇ ਬਾਪੂ ਕਰਦੇ ਯਾਰ, ਇਹ ਆਪਣੇ ਵੱਧ ਗਿਆ। ਹਾਂ ਵੱਧ ਗਿਆ, ਇਹਦਾ ਟੀਕਾ ਹੀ ਲੱਗਣਗੇ ਸਾਰੇ। ਇਹਨਾਂ ਮੈਂਬਰਾਂ ਦਾ ਇਸ਼ਨਾਨ ਪਾਣੀ ਹੋ ਕੇ ਬਾਬੂ ਬਾਬੇ ਬੈਠੋ ਅੰਦਰ, ਗੁਰੂ ਘਰ ਚ ਆਜੋ ਅੰਦਰ ਬੈਠੋ, ਪਾਲੀ ਬਾਬੇ ਅੰਦਰ ਬੈਠੋ। ਨਮਸਤੇ। ਗੋਬਿੰਦ 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 ਤੰਗ ਨਾਮ ਦਿਓ ਮਨ ਲੀਨਾ, ਆਦੇ ਨਾਮ ਕੁਛੀ ਕਰੋ ਗੋਬਿੰਦ 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 ਸੰਗ ਰਵਿਦਾਸ ਵੰਡਾ ਚੋਰ ਨੀਤ ਤਿੰਨ ਤਿਆਗੀ ਮਾਇਆ। ਨਹੀਂ ਉਹ ਨੀ ਮਿਲੀਆਂ ਦੂਜੀਆਂ, ਪਲਾਸਟਿਕ ਦੇ ਫਰੇਮ ਵਾਲੀਆਂ ਸੀ, ਉਹ ਚਾਹੀਦੀਆਂ ਸੀ। ਠੀਕ ਆ ਠੀਕ ਆ, ਭੇਜ ਦਾਂਗੇ ਭੇਜ। ਵਿਦਿਆ ਰਾਣੀ ਮੇਰੀ ਵਿਦਿਆ।
ਮਾਮੇ ਜੀ ਤੇ ਕੁੜੀ ਦੇ ਗੁੱਤਾਂ ਹੁੰਦੀਆਂ, ਬਾਲ ਥੋੜੀ ਕਟਾਉਂਦੇ ਆ, ਨਾਲੇ ਤੂੰ ਵੀ ਆ ਕੱਟਣੇ ਨੀ ਗੇ ਬਾਲ ਮੂੰਹ ਦੇ, ਜੇ ਹੁਣ ਕੱਟੇ ਆ ਤਾਂ ਦੇਖੀ ਫਿਰ ਮੈਂ ਬੁਲਾਉਣਾ ਨੀ ਤੈਨੂੰ। ਹਾਂ ਨਵੀਂ ਚੁੰਨੀ ਲਿਆਂਦੀ ਚੋਰੀ ਗੱਲ ਕਰਨੀ, ਮੈਂ ਕੰਮ ਕਰਨਾ, ਕੰਮ ਕਰਿਆ ਕਰਨਾ ਤੂੰ? ਹਾਂਜੀ ਬਾਈ ਜੀ, ਮੈਂ ਕੰਮ ਚ ਕੰਮ ਕਰਨੂ ਆ, ਕੰਮ ਲੱਗ ਗਿਆ, ਮੈਂ ਕਿਹਾ ਕੰਮ ਚ ਰਹਿ ਕਰੋ, ਕੰਮ ਕਰਿਆ। ਸ਼ਾਬਾਸ਼ ਸ਼ਾਬਾਸ਼। ਹਾਂਜੀ ਬਾਈ ਜੀ, ਇਹ ਸਾਡੀ ਭੈਣ ਆ ਜੀ ਅਮਨ, ਗੁਰੂ ਹਰ ਸਹਾਏ ਤੋਂ ਆਈ ਸੀ ਸਾਡੀ ਭੈਣ, ਤੇ ਨਾਲ ਸਾਡੀ ਨਿੱਕੀ ਜੀ ਵਿਦਿਆ ਆਈ ਸੀ, ਵਿਦਿਆ ਨਾ ਕੰਨ ਜੇ ਪੱਗਾਂ ਹੀ ਕਿਵੇਂ ਗਏ, ਇਹੀ ਹੁੰਦੇ ਕੰਨ, ਮੈਂ ਹਾਂ ਕੋਈ ਗੱਲ ਨਹੀਂ, ਨਹੀਂ ਨਹੀਂ ਬਿਲਕੁਲ ਠੀਕ ਹੈ ਕੰਨ। ਬਾਈ ਜੀ ਇੱਕ ਗੱਲ ਤੁਹਾਨੂੰ ਹੋ ਗਿਆ ਸੁਣੀ, ਤੁਹਾਨੂੰ ਵੱਗੀ ਹੋ ਗਈ, ਜੇ ਪਾਪਾ ਦਾ ਪਗ ਲੱਗਾ ਫਿਰ ਜਵਾਬ ਕੀ ਦਊਂ? ਮੈਂ ਦੇਊਂਗਾ ਜਵਾਬ ਇਹਨੂੰ ਵੀ ਤੇਰੇ ਪਾਪਾ ਦੀ ਡੈਥ ਹੋ ਗਈ। ਕਿਉਂ ਨੀ ਜਵਾਬ? ਮੇਰੇ ਪਾਪਾ ਦੀ ਡੈਥ ਹੋ ਗਈ, ਮੇਰੀ ਮੰਮੀ ਨੇ ਮੈਨੂੰ ਦੱਸਤਾ ਪਾਪਾ ਦੀ ਡੈਥ ਹੋ ਗਈ, ਤੂੰ ਵੀ ਦੱਸ ਦੀ ਵੀ ਤੇਰੇ ਪਾਪਾ ਦੀ ਡੈਥ ਹੋ ਗਈ। ਹਾਂਜੀ ਬਾਈ ਜੀ, ਫਿਰ ਇਹੋ ਜਿਹੀਆਂ ਗੱਲਾਂ ਕਦੋਂ ਸੋਚਦੀ ਆ ਤੂੰ? ਬਾਈ ਜੀ ਮੈਂ ਕਿਹਾ ਕਈ ਰੋਵੇ ਹੈ ਨਹੀਂ। ਤੇਰੀ ਕੁੜੀ ਤਾਂ ਬਾਲੀ ਸਿਆਣੀ ਆ, ਵੱਡੀ ਹੋ ਕੇ ਦੇਖੀਏ ਨਾ ਵਿਦਿਆ ਨੇ ਕਿੰਨੀ ਸਿਆਣੀ ਬਣਨਾ। ਬਸ ਕੀ ਬਣਾਣਾ, ਅਫਸਰ ਬਣਾਵਾ? ਅਫਸਰ ਬਣਾਉਣਾ? ਹਾਂਜੀ ਠੀਕ, ਬਣਾਣਾ ਖਵਾਣਾ ਇਹਨੂੰ ਵੱਧੂ ਵੱਧੂ ਖਵਾਣਾ। ਬਾਈ ਜੀ ਕਹੀਂ ਬਣਾਣਾ, ਜੇ ਕੇ ਜ਼ਿੰਮੇਵਾਰੀ ਸੋਕੇ ਮੇਰੀ ਭਾਣਜੀ ਆ, ਮੈਂ ਬਣਾਵਾਂਗਾ। ਬਾਈ ਜੀ ਬਾਈ ਜੀ ਇੱਕ ਵੇਗਾ ਗੁੱਠਾ ਪਾਂਗੇ ਨੋ ਜੀ? ਨਾ ਗੁੱਠਾ ਨਹੀਂ ਪਾਉਣਾ ਮੂੰਹ ਚ, ਨਾ 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 ਮੂੰਹ ਚ ਨੀ ਪਾਉਣਾ ਹੱਥ। ਬਾਈ ਜੀ ਨੌ ਵਰੇ ਇਹਦੇ ਨਹੀਂ ਨਹੀਂ ਕੱਟੇ ਹੋਏ, ਨੌ ਦਿਨ ਕੱਟੇ ਤਾਂ ਸੀਗੇ। ਬੜੀ ਮਾਂ ਕੀ ਮੇਰਾ ਮੂੰਹ ਸਿਰ ਲੱਗੇ ਗੀ। ਠੀਕ ਆ, ਇਹਦੇ ਅੰਗ ਕਮਲੀਏ ਜਮਾ ਠੀਕ ਆ, ਕੁਛ ਨੀ ਹੋਇਆ, ਤੁਰੂ ਗਏ ਛੋਟੀ ਆ, ਤੁਰਨਾ ਕਿਤੋਂ 7 ਮਹੀਨੇ ਦੀ ਤਾਂ ਹੈਗੀ ਆ ਅਜੇ। ਮੂੰਹ ਜੱਟ ਨੀ ਪਾਉਣਾ ਬਿੱਜਿਆ, ਆਹੋ ਤੇਰੀ ਮੰਮੀ ਕਹਿੰਦੀ ਮੂੰਹ ਜੱਟ ਨੀ ਪਾਉਣਾ ਬਿੱਜਿਆ, ਬਿੱਜਿਆ ਮੂੰਹ ਜੱਟ ਨੀ ਪਾਉਣਾ, ਆਹੋ ਬਿੱਜਿਆ। ਲੈ ਮੈਨੂੰ ਸਿਆਣ ਲਿਆ ਤੂੰ? ਹਾਂਜੀ ਬਾਈ ਜੀ, ਮੂੰਹ ਜੱਟ ਨੀ ਪਾਉਣਾ ਬਿੱਜਿਆ, ਉਹਨੇ ਬਿੱਦਿਆ, ਚੱਲ ਜਾ ਆਪਣੀ ਮੰਮੀ ਕੋਲ ਜਾ, ਬਿੱਦਿਆ ਮੰਮਾ ਕੋਲ ਜਾ, ਚਲੋ। ਕਿੰਨੇ ਮਾਮੂ ਹੋ ਗਏ? ਕਿੰਨੇ ਮਾਮੂ ਹੋ ਗਏ?
ਇੱਥੇ ਹੁਣ ਅਸੀਂ 24 ਘੰਟੇ ਸਿਕਿਉਰਿਟੀ ਲਾਤੀ ਆ, ਫੀਮੇਲ ਮੈਂਬਰ ਸਿਕਿਉਰਿਟੀ ਤੇ 24 ਘੰਟੇ ਰਹਿੰਦੀ ਹੈ ਭੈਣ ਬੀਬੀ ਵਾਲੇ ਪਾਸੇ ਵੀ ਕੋਈ ਹੋਰ ਨਾ ਜਾਵੇ ਆਵੇ, ਤੇ ਇਹ ਬੀਬੀਆਂ ਦਾ ਵਿਹੜਾ ਵਾ ਸਾਰਾ ਵਿਹੜਾ ਜਿੱਥੇ ਬੀਬੀਆਂ ਜਿੰਨੇ ਬੈਠ ਜਾਂਦੀਆਂ ਵਾ। ਸਤਿ ਸ੍ਰੀ ਅਕਾਲ ਭਾਈ ਕਮਲ ਤਕੜੀ। ਇਹ ਲਖੀਆ ਸਲਾਦ ਖਾ ਰਹੀ ਹੈ, ਖਾ ਲੋ ਖਾ ਲੋ ਖਾ ਲੋ ਖਾ ਲੋ, ਗਰ ਜਾਵੇ ਗਰ ਜਾਵੇ। ਸਿਮਰਨ ਤੇਰੀਆਂ ਚੱਪਲਾਂ ਕਿੱਥੇ ਆ? ਚੱਲ ਚੱਪਲਾਂ ਪਾ ਕੇ, ਚੱਲ ਚੱਪਲਾਂ ਪਾ, ਚੱਲ। ਹੁਣ ਸਵੇਰੇ ਸਵੇਰੇ ਜਿਵੇਂ ਸਲਾਦ ਵੰਡਿਆ ਜਾ ਰਿਹਾ ਸਾਰਿਆਂ ਨੂੰ ਹਨਾ, ਖੀਰੇ ਦਾ ਸਲਾਦ। ਸਤਿ ਸ੍ਰੀ ਅਕਾਲ ਕੁਲਵੰਤ ਭੈਣੇ। ਹੁਣ ਜਿਵੇਂ ਕੋਈ ਕਿਵੇਂ ਗੱਗੂ ਕਿਵੇਂ ਆ? ਰੂਹੀ ਭੈਣ ਸਾਰਾ ਦਿਨ ਗੱਗੂ ਦਾ ਖਿਆਲ ਰੱਖਦੇਗਾ ਕਹਿੰਦਾ। ਕੁਰੇ ਭਜਨੋ ਤਕੜੀ ਆ, ਸਤਿ ਸ੍ਰੀ ਅਕਾਲ। ਇਹ ਨਾਨੀ ਦੋਤੀ ਇਕੱਠੀਆਂ ਰਹਿੰਦੀਆਂ, ਇਹ ਜਦੋਂ ਲੈ ਕੇ ਆਈ ਸ਼ਿਵਾਨੀ ਨੂੰ, ਇਹਨੂੰ ਇਹਦੀ ਸ਼ਕਲ ਮਾਤਾ ਦੀ ਲੱਗੀ, ਮੇਰੀ ਨਾਨੀ ਅਰਗੀ, ਇਹਨੂੰ ਨਾਨੀ ਕਹਿਣ ਲੱਗ ਗਈ। ਹੁਣ ਇਹ ਨਾਨੀ ਦੋਤੀਆਂ ਦਾ ਮੰਜਾ ਵੀ ਇਕੱਠਿਆਂ ਦਾ ਹੀ ਆ, ਖਾਣਾ ਵੀ ਇਕੱਠਿਆਂ ਨੇ ਆ, ਜੋ ਵੀ ਬਹਿਣਾ ਗੱਲਾਂ ਕਰਨੀ ਉਹ ਵੀ ਇਕੱਠਿਆਂ ਨੇ ਕਰਨੀ। ਹਾਂ ਕਿਰਨ ਵਾਲਾ ਤਕੜੀ ਆ, ਕਿਰਨਾਂ ਤਕੜੀਆਂ, ਕਿਰਨ ਮਾਤਾ ਤਕੜੀਆਂ, ਠੀਕ ਹੈ ਮਾਂ, ਠੀਕ ਹੈ। ਖਾਲਾ ਤੂੰ ਖਾ, ਸਤਿ ਸ੍ਰੀ ਅਕਾਲ। ਨਹੀਂ ਮੈਂ ਨੀ ਖਾਣਾ। ਕੁਲਵਿੰਦਰ ਭੈਣੇ ਸਤਿ ਸ੍ਰੀ ਅਕਾਲ, ਸ਼ਾਬਾਸ਼, ਤੂੰ ਸੇਵਾ ਕਰਦੀ ਹੈ ਭਰ ਦੇ, ਸਤਿ ਸ੍ਰੀ ਅਕਾਲ। ਹੁਣ ਸਾਡੀ ਸੰਗੀਤਾ ਭੈਣ ਇੱਥੇ ਸੇਵਾ ਕਰਦੀ ਆ, ਮੁੱਖ ਇੰਚਾਰਜ ਸਾਡੀ ਸੰਗੀਤਾ ਭੈਣ ਆ ਹੁਣ ਇੱਥੇ, ਸੰਗੀਤਾ ਗੁਪਤਾ। ਹਾਂ ਚੱਲੇਗੇ, ਚੱਲੇ ਕਰਾਂ, ਲੈ ਕੇ ਆਉਂਦੇ ਸਮਾਨ ਜਾ ਕੇ ਤੇਰਾ। ਹੁਣ ਬੱਚਿਆਂ ਨੂੰ ਛੁੱਟੀਆਂ ਹੋਣਗੀਆਂ ਨਾ ਜਦੋਂ, ਫਿਰ ਚੱਲਾਂਗੇ। ਸਤਿ ਸ੍ਰੀ ਅਕਾਲ ਕਰਨ, ਸਤਿ ਸ੍ਰੀ ਅਕਾਲ। ਇਹ ਕਰਮਜੀਤ ਭੈਣ ਆ ਸਾਡੀ, ਭੈਣ ਦੀ ਡਿਊਟੀ ਆ ਬੱਚਿਆਂ ਨੂੰ ਸੰਭਾਲਣ ਦੀ ਆ, ਸਾਰਾ ਦਿਨ ਨੇ ਛੋਟੇ ਬੱਚਿਆਂ ਨੂੰ ਖਾਣਾ ਪੀਣਾ, ਰੋਟੀ ਨਮਾਉਣਾ, ਸਿਰ ਵਾਹੁਣੇ, ਕੱਪੜੇ ਚੇਂਜ ਕਰਾਉਣੇ, ਜੇ ਕਿਸੇ ਨੇ ਟੋਇਲਟ ਵਾਸ਼ਰੂਮ ਕੀਤਾ ਉਹਨਾਂ ਦੀ ਕਲੀਨਿੰਗ ਕਰਾਉਣੀ, ਸਾਰਾ ਦਿਨ ਇਹ ਭੈਣ ਸਾਡੀ ਕਰਮਜੀਤ ਭੈਣ ਸਪੈਸ਼ਲ ਇਕੱਲੇ ਬੱਚਿਆਂ ਨੂੰ ਸਾਂਭਦੀ ਆ। ਤਾਂ ਕੁਲਵਿੰਦਰ ਭੈਣ ਦੇਵਾ ਇਹ ਸ਼ਿਵਸ਼ਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕਿਵੇਂ ਸ਼ਿਵਸ਼ਾਲਾ, ਕਾਪੀ ਕਿਤਾਬ ਚੱਕੀ ਕੀ ਇਹ ਚ ਕੁਛ ਬਣਾਇਆ? ਅੱਛਾ, ਪੰਜਾਬੀ ਸਿੱਖ ਰਹੀ ਆ ਇੱਕ ਭੈਣ, ਪੰਜਾਬੀ ਸਿੱਖ ਰਹੀ ਆ। ਜਿਵੇਂ ਆ ਦੇਖੋ, ਹਿੰਦੀ ਚ ਲਿਖਿਆ ਨਾਲ ਨਾਲ ਪੰਜਾਬੀ ਚ ਲਿਖਿਆ, ਪੰਜਾਬੀ ਦੇ ਲਗਾ ਮਾਤਰਾ ਸਿੱਖ ਰਹੀ ਆ ਭੈਣ। ਊੜਾ ਆੜਾ ਸਾਰਾ ਹੁਣ ਲੱਗ ਗਿਆ, ਊੜਾ ਆੜਾ ਸੁਣਾਓ। ਊੜਾ ਆੜਾ ਕੱਗੇ ਤੋਂ ਬਾਅਦ ਚੱਚਾ, ਕੋਈ ਗੱਲ ਨੀ, ਤੂੰ ਪੂਰਾ ਸਿੱਖ ਲੈਣਾ, ਹੋਰ ਹੋਰ ਮਿਹਨਤ ਕਰਿਆ ਕਰ। ਸਤਿ ਸ੍ਰੀ ਅਕਾਲ ਲਿਖਣਾ ਆ ਗਿਆ ਤੈਨੂੰ? ਆਪ ਲਿਖਿਆ ਤੂੰ? ਹੈ ਸਤਿ ਸ੍ਰੀ ਅਕਾਲ, ਹੈ ਠੀਕ ਹੈ ਭੈਣ। ਬਸ ਪੜ੍ਹਨੇ ਕੋ ਆਤੇ ਦੇ ਕੋਈ ਲਿਖ, ਮੁਹਾਵਰੇ ਮੈਨੇ ਉਹ ਕਰੇ ਨਾ ਤੋ, ਲੇਕਿਨ ਬੋਲਨੇ ਕੋ ਨਾ ਆ ਰਹਾ ਹੈ, ਲੇਕਿਨ ਪੜ੍ਹਨੇ ਕੋ ਆ ਰਹਾ ਹੈ। ਦੇਖੀ ਦੇ ਲਿਖ ਕਹਾਂ ਗਏ ਹੋ?
ये वाले जो है ना इसे आ रहा है सब ज्यादा है। हाँ लिखने आ रहा है लेकिन बोलने को नहीं आ रहा। कोई बात नहीं आ जाए, ये बोलने को आता है सिर्फ। ये कैसे आते हैं जैसे जैसे स सा सी सी सु सु से से सो सौ सम सा ऐसा आ रहा है। धन्यवाद भैया, बहुत अच्छे शिवशाला भैन साहब। सासी का मनदीप तकनी है ਲੈ ਚੱਲਾਂਗੇ ਬੇਟਾ, ਲੈ ਚੱਲਾਂਗੇ ਭਤੀਜੀ, ਤੈਨੂੰ ਲੈ ਚੱਲਾਂਗੇ ਭਤੀਜੀ। ਠੀਕ ਭਤੀਜੀ ਲੈ ਕੇ ਜਾਓ ਜਲਦੀ। ਠੀਕ ਸਤਿ ਸ੍ਰੀ ਅਕਾਲ ਭੈਣੇ ਆਸ਼ੀ ਭੈਣੇ। ਹਾਂ ਭਾਈ, ਆ ਤੇਰੇ ਬਾਲ ਕਿਵੇਂ ਕੀਤੇ? ਬਾਲ ਬਾ ਕੰਮ ਚਾਹੀਏ, ਕਿਆ ਕੰਮ ਕਰੋਗੇ? ਸੰਗੀਤਾ ਭੈਣੇ ਪੈਸੇ ਮਿਲੇਗੇ, ਕੰਮ ਪੇ ਲਗੋਗੀ ਤੋ ਸਭ ਕੁਛ ਮਿਲੇਗਾ। ਠੀਕ ਬੁੱਲੇ ਨੂੰ ਕੰਮ ਦਿਓ, ਕੋਈ ਕਹਿੰਦੀ ਮੈਨੂੰ ਕੰਮ ਦਿਓ ਨਾਲ। ਹਾਂ ਇਹਨੂੰ ਕੰਮ ਤੇ ਲਾਓ ਫਿਰ। ਠੀਕ ਆ, ਇਹ ਪ੍ਰਗਿਆ ਭੈਣ ਆ। ਇਹ ਭੈਣ ਆਪਣੇ ਆਪ ਨੂੰ ਗੰਜਮ ਜ਼ਿਲ੍ਹਾ ਦੱਸਦੀ, ਗੰਜਮ ਓਡੀਸ਼ਾ ਦੀ ਦੱਸਦੀ ਹੈ ਭੈਣ। ਜੇ ਕੋਈ ਇਹਦਾ ਐਡਰੈਸ ਜਾਣਦਾ ਪਛਾਣਦਾ, ਇਹਦੀ ਭੈਣ ਮੰਮੀ ਨੀ ਲੱਭ ਰਹੀ ਸਾਨੂੰ, ਤੇ ਇਹ ਵੀ ਆਪਣੀ ਮਦਰ ਨੂੰ ਲੱਭ ਰਹੀ ਹੈ ਵਿਚਾਰੀ। ਮਾਂ ਲੱਭਣੀ ਆਪਾਂ, ਹਨਾ, ਲੱਭ ਜਾਣੀ ਮੰਮੀ ਤੇਰੀ, ਅਸੀਂ ਲੱਭ ਕੇ ਦੇਵਾਂਗੇ। ਅੱਛਾ, ਲੱਭ ਕੇ ਦੇਵਾਂਗੇ, ਮਿਲੇਗੀ ਮਿਲੇਗੀ ਮੰਮੀ। ਠੀਕ ਹੈ, ਹਾਂ ਇਹਨੂੰ ਥੋੜਾ ਕੰਮ ਤੇ ਕਹਿੰਦੇ ਮੈਨੂੰ ਕੰਮ ਦਿਓ, ਕੋਈ ਥੋੜਾ ਬਹੁਤਾ ਕੰਮ ਦੇ ਦੇ। ਹਾਂ ਪੈਸੇ ਕੇ ਲਈ ਕੰਮ ਕਰਨ, ਫਿਰ ਇਹਨੂੰ ਮੰਥਲੀ ਪੈਸੇ ਦੇਗਾ। ਸਤਿ ਸ੍ਰੀ ਅਕਾਲ ਆਸ਼ੀ, ਕਿਵੇਂ? ਜਲਦੀ ਜਲਦੀ ਓਲੇ ਸੋਨਿਆ ਮੰਮੀ ਨੂੰ ਮਿਲਦਾ। ਚੱਲ ਹੁਣ ਇਧਰ ਅਸੀਂ ਨਾ ਲਗਾਉਂਦੇ। ਚੱਲ ਸਤਿ ਸ੍ਰੀ ਅਕਾਲ ਸ਼ੀਲਾ ਤਕੜੀ ਆ, ਸਤਿ ਸ੍ਰੀ ਅਕਾਲ ਦੀਦੀ। ਹਾਂ ਆ ਬਾਲ ਕਿਵੇਂ ਖਿਲਾ ਰਹੇ ਆ? ਨਾ ਕੇ ਆਈ ਆ, ਕਿਸੀ ਨਾ ਪੀ ਆ? ਅਭੀ ਨਾ ਅਭੀ ਨਾ ਆਇਆ, ਅਭੀ ਨਾ ਕਾ ਚੰਪੂ ਲਗਾਇਆ। ਹੋਰ ਭੈਣੇ ਠੀਕ ਆ? ਫੇਰ ਠੀਕ ਆ ਤੇਰੀ? ਠੀਕ ਆ ਜੀ। ਹੋਰ ਬਾਬੂ ਜੀ, ਇਹਨੂੰ ਸਾਡੀ ਬੈਲਜੀਅਮ ਵਾਲੀ ਮਾਤਾ ਛੱਡ ਕੇ ਗਈ ਆ, ਇਹਦੇ ਵੀ ਅੱਗੇ ਪਿੱਛੇ ਪਰਿਵਾਰ ਚ ਕੋਈ ਨਹੀਂ। ਬਾਬੂ ਜੀ, ਦੀਦੀ ਆਏਗੀ? ਦੀਦੀ ਆ ਰਹੀ ਹੈ, ਆ ਰਹੀ ਹੈ। ਕਬ ਆਏਗੀ? ਇਸ ਫਾਲੀ ਭੈਣ ਨੂੰ ਯੂਪੀ ਤੋਂ ਲੈ ਕੇ ਆਏ ਸੀ, ਥੱਲੇ ਜ਼ਮੀਨ ਤੇ ਹੀ ਰੁੜਦੀ ਸੀ ਭੈਣ। ਤੇ ਇਹ ਨਾ ਜੀ ਅਸੀਂ ਘਰ ਬਣਾਇਆ ਬੱਚਿਆਂ ਵਾਸਤੇ। ਉਧਰ ਦੀ ਖੋਲੇ ਚੱਲ ਕੇ ਉਹਨੇ ਦੇਬੋ ਸੁਖਮੀ ਆ ਜਾ, ਉਂਗਲੀ ਫੜ ਮੇਰੀ, ਤੂੰ ਇੱਧਰ ਨੀ ਫੜ। ਖੋਲੋ ਬਈ, ਖੜਕਾ ਦੇ ਖੜਕਾ ਦੇ ਖੜਕਾ ਕਰ ਦੇ ਖੜਕਾ ਏਦਾਂ। ਖੁੱਲ ਗਿਆ, ਚਲੋ ਲਾਈਟਾਂ ਜਗਾ ਦੋ। ਸਤਿ ਸ੍ਰੀ ਅਕਾਲ ਸ਼ੀਲਾ, ਸਤਿ ਸ੍ਰੀ ਅਕਾਲ। ਇਹ
ਬੱਚਿਆਂ ਵਾਸਤੇ ਬਣਾਇਆ ਜੀ ਅਸੀਂ, ਖਾਸ ਕਰਕੇ ਧੀਆਂ ਵਾਸਤੇ, ਬੱਚੀਆਂ ਵਾਸਤੇ। ਲਾਈਟ ਹੈ ਨੀ, ਤੇ ਇਹਨੂੰ ਚੱਕ ਕੇ ਥੋੜਾ ਵਿੱਚ ਲਾ ਦੇ ਲਾਈਟ ਨੂੰ। ਇਹਦੇ ਵਿੱਚ ਮਹਾਰਾਣੀ ਜਿੰਦ ਕੌਰ, ਸਿੱਖ ਸਮਰਾਜ ਦੀ ਆਖਰੀ ਰਾਣੀ ਮਹਾਰਾਣੀ, ਝਾਂਸੀ ਦੀ ਰਾਣੀ, ਸੁਤੰਤਰਤਾ ਸੈਨਾਨੀ, ਸਮਾਜਿਕ ਕਾਰਜਕਰਤਾ, ਮਦਰ ਟਰੇਸਾ, ਅੰਮ੍ਰਿਤਾ ਪ੍ਰੀਤਮ ਲੇਖਿਕਾ, ਲਤਾ ਮੰਗੇਸ਼ਕਰ ਗਾਇਕਾ, ਕਲਪਨਾ ਚਾਵਲਾ ਅੰਤਰਿਕਸ਼ ਯਾਤਰੀ, ਪੀਟੀ ਊਸ਼ਾ ਅਥਲੀਟ, ਤੇ ਹਰਮਨਪ੍ਰੀਤ ਕੌਰ ਕ੍ਰਿਕਟਰ। ਅੱਖਾਂ ਵਿੱਚ ਸਮੁੰਦਰ ਰੱਖ ਮੈਂ ਇਕਬਾਲ ਪੰਜਾਬ ਦਾ, ਪੰਜਾਬੀ ਦਾ, ਝੱਖੜ ਦੇ ਵਿੱਚ ਰੱਖ ਦਿੱਤਾ ਇਹ ਦੀਵਾ ਬਾਲ ਪੰਜਾਬੀ ਦਾ, ਜਿਹੜੇ ਆਖਣ ਵਿੱਚ ਪੰਜਾਬੀ ਤਾਕਤ ਨਹੀਂ, ਤਹਿਜੀਬ ਦੀ ਤਹਿਜੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬ ਦਾ, ਪੰਜਾਬੀ ਦਾ। ਜੇ ਪੂਰਾ ਕਰਨਾ ਖਾਬ ਨੂੰ ਤਾਂ ਰੱਖਿਓ ਨਾਲ ਕਿਤਾਬ ਨੂੰ। ਇਹ ਸਾਰਾ ਬੱਚਿਆਂ ਵਾਸਤੇ ਆ ਕਿ ਬੋਲੀਆਂ ਵਾ ਪੰਜਾਬ ਦੀਆਂ, ਉਪ ਬੋਲੀਆਂ ਵਾ, ਜਿਵੇਂ ਜਿਹੜੀਆਂ ਜਿਹੜੀਆਂ ਕਿੱਥੇ ਕਿੱਥੇ ਮਲਵਈ ਆ, ਜਿਹੜੀ ਲੁਧਿਆਣਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਮੋਗਾ, ਬਠਿੰਡਾ, ਮਾਨਸਾ, ਬਰਨਾਲਾ, ਫਿਰੋਜ਼ਪੁਰ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਸਿਰਸਾ, ਹਰਿਆਣਾ ਦੇ ਵਿੱਚ ਬੋਲੀ ਜਾਂਦੀ ਹੈ, ਤੇ ਦੁਆਬੀ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਚ ਬੋਲੀ ਜਾਂਦੀ ਹੈ, ਮਾਝੀ, ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਪਾਕਿਸਤਾਨ ਵਿੱਚ, ਤੇ ਲਾਹੌਰ, ਸਿਆਲਕੋਟ ਚ ਬੋਲੀ ਜਾਂਦੀ ਹੈ। ਉੱਠ ਰਾਹੀ ਪਾਕਿਸਤਾਨ ਦੇ ਜੇਹਲਮ, ਰਾਵਲਪਿੰਡੀ ਤੇ ਕੈਮਲਪੁਰ ਚ ਬੋਲੀ ਜਾਂਦੀ, ਮੁਲਤਾਨੀ, ਬਹਾਵਲਪੁਰ, ਮੁਲਤਾਨ, ਝੰਗ ਅਤੇ ਡੇਰਾ ਗਾਜੀ ਖਾਨ ਦੇ ਵਿੱਚ ਬੋਲੀ ਜਾਂਦੀ, ਪੁਆਧੀ, ਰੋਪੜ ਸ਼ਹਿਰ, ਰੂਪਨਗਰ ਦੇ ਵਿੱਚ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ, ਪੂਰਬੀ ਹਿੱਸਾ ਪਟਿਆਲੇ ਦਾ, ਸੰਗਰੂਰ ਤੇ ਮੇਲਕੋਟਲੇ ਵੱਲ ਦਾ ਇਲਾਕਾ, ਉੱਥੇ ਬੋਲੀ ਜਾਂਦੀ। ਡੋਗਰੀ ਜੰਮੂ ਅਤੇ ਕਸ਼ਮੀਰ ਦੇ ਵਿੱਚ, ਕਾਂਗੜ ਦੇ ਵਿੱਚ, ਹਿਮਾਚਲ ਦੇ ਵਿੱਚ ਬੋਲੀ ਜਾਂਦੀ। ਇਹ ਸਾਡੀਆਂ ਸਹਿ ਪੰਜਾਬੀ ਦੀਆਂ ਜਿਹੜੀਆਂ ਬੋਲੀਆਂ ਵਾ। ਇਧਰਲੇ ਪਾਸੇ ਵੀ ਐਵੇਂ ਬੱਚਿਆਂ ਵਾਸਤੇ ਕੁਛ ਚੰਗਾ, ਪਾਣੀ, ਪਾਣੀ ਹੈ ਜੀਵਨ ਦਾ ਅਨਮੋਲ ਰਤਨ, ਇਸ ਨੂੰ ਬਚਾਉਣ ਦਾ ਕਰੋ ਯਤਨ। ਇਹ ਸਾਰੀਆਂ ਚੀਜ਼ਾਂ ਜੀ ਅਸੀਂ ਕਰੀਆਂ, ਤੇ ਇਹ ਛੋਟੀਆਂ ਬੱਚੀਆਂ ਜਿਵੇਂ ਆਰਤੀ ਹੋਣੀ ਆ, ਸਾਕਸ਼ੀ ਹੋਣੀ ਆ, ਉਹਨਾਂ ਵਾਸਤੇ ਇਹ ਵਾਰਡ ਤਿਆਰ ਕੀਤੀ ਆ, ਇਕੱਲੀਆਂ ਬੱਚੀਆਂ ਵਾਸਤੇ। ਇੱਥੇ ਸਾਨੂੰ ਕੱਲ ਵੀ ਅਸੀਂ ਬੇਨਤੀ ਕਰੀ ਸੀਗੀ ਪਹਿਲਾਂ ਵੀ ਬੈੱਡ ਬਣਾਉਣੇ ਆ ਬੱਚੀਆਂ ਦੇ, ਬੈੱਡਾਂ ਵਾਸਤੇ ਸਾਨੂੰ ਪਲਾਈਆਂ ਦੀ ਲੋੜ ਆ, ਤੇ ਦੇਵਦੱਤ ਜੀ ਨੇ ਖਰੜ ਤੋਂ, ਉਹਨਾਂ ਦਾ ਫੋਨ ਆਇਆ ਸੀ, ਉਹ ਕੁਛ ਪਲਾਈਆਂ ਭੇਜ ਰਹੇ ਨੇ, ਪਰ ਹਜੇ ਵੀ ਇਹਨੇ 40 ਬੈੱਡ ਬਣਨੇ, ਉਹਦੇ ਵਾਸਤੇ ਪਲਾਈਆਂ ਨੀ ਪੂਰੀਆਂ ਹੋਈਆਂ ਜੀ, ਸਾਨੂੰ ਪਲਾਈ ਦੀ ਲੋੜ ਆ, ਤੇ ਕੱਪ ਬੋਰਡ ਬਣਨੇ ਆ ਸਾਈਡਾਂ ਤੇ ਹਰੇਕ ਬੱਚੇ ਨੂੰ, ਹਾਂ ਹਾਂ ਅੱਖ ਲਾਓ, ਤੇ ਕੱਪ ਬੋਰਡਾਂ ਦੇ ਵਿੱਚ ਜਿਹੜੇ ਪਲਾਈ ਲੱਗਣੀ ਆ ਉਹਦੀ ਵੀ ਲੋੜ ਆ ਸਾਨੂੰ, ਤੇ ਬੱਚਿਆਂ ਦੀ ਸਟੱਡੀ ਵਾਸਤੇ ਸਟੱਡੀ ਟੇਬਲ ਲੱਗਣੇ ਆ, ਉਹਨਾਂ ਨੂੰ ਵੀ ਬਣਾਉਣਾ, ਉਹਦੇ ਵਾਸਤੇ ਵੀ ਪਲਾਈ ਦੀ ਲੋੜ ਆ। ਜੇ ਭੈਣ ਭਰਾ ਕੋਈ ਸਾਡੀ ਆਵਾਜ਼ ਨੂੰ ਸੁਣਦੇ ਆ ਤਾਂ ਜ਼ਰੂਰ ਪਲਾਈਆਂ ਦੀ ਸੇਵਾ ਕਰਾਇਓ, ਬਿੱਡਾਂ ਦਾ ਸਰਮਾਇਕਾ ਚਾਹੀਦਾ, ਪਲਾਈਆਂ ਚਾਹੀਦੀਆਂ, ਸਾਰੀਆਂ ਜ਼ਰੂਰਤਾਂ ਇਸ ਪਾਸੇ ਸੁਪਨਿਆਂ ਦੇ ਘਰ ਸਾਡੀਆਂ ਮਾਵਾਂ ਦੇ, ਅਸੀਂ ਇੱਧਰ ਜਿੰਦਾ ਲਾ ਕੇ ਰੱਖਦੇ ਹਾਂ,
ਵੀ ਇਧਰਲੇ ਪਾਸਿਓ ਬੀਬੀਆਂ ਕੋਈ ਇਧਰ ਨਾ ਚਲੇ ਜਾਵੇ। ਇੱਥੇ ਸਾਡਾ ਕੰਪਿਊਟਰ ਸੈਂਟਰ ਆ ਤੇ ਅੰਦਰ ਸਿਲਾਈ ਕਢਾਈ ਦਾ ਸੈਂਟਰ ਆ। ਇੱਥੇ ਕੰਪਿਊਟਰ ਸੈਂਟਰ ਦੇ ਵਿੱਚ ਸਿਲਾਈ ਕਢਾਈ ਸੈਂਟਰ ਦੇ ਵਿੱਚ 10 ਵਜੇ ਤੋਂ ਬੱਚੇ ਆਉਣ ਲੱਗ ਜਾਂਦੇ ਆ ਤੇ ਸ਼ਾਮ ਦੇ 6 ਵਜੇ ਤੱਕ ਬੈਚ ਚੱਲਦੇ ਆ ਉਹਨਾਂ ਦੇ। ਤੇ ਉੱਪਰ ਬੱਚਿਆਂ ਨੂੰ ਉਧਰ ਛੱਡਿਓ ਮਾੜਾ ਜਿਹਾ, ਆ ਛੱਡ ਗਿਆ ਉਹ ਚੱਕ ਕੇ। ਇੱਥੇ ਵੀ ਇੱਕ ਬਾਈ ਸਕਿਉਰਿਟੀ ਵਾਲਾ ਸੀ ਪੱਕਾ ਵਾ ਸੈੱਟ ਕੀਤਾ, ਕਿਉਂਕਿ ਜਿਹੜੇ ਮੈਂਟਲੀ ਠੀਕ ਨਹੀਂ ਹੈਗੇ ਮੈਂਬਰ ਉਹਨਾਂ ਦਾ ਧਿਆਨ ਰੱਖਣਾ, ਉਹਨਾਂ ਦੀ ਕੇਅਰ ਕਰਨ ਵਾਸਤੇ ਹਰ ਟਾਈਮ ਇੱਕ ਬੰਦਾ ਚਾਹੀਦਾ ਜੀ। ਸਤਿ ਸ੍ਰੀ ਅਕਾਲ ਜੀ। ਤੇ ਇਹ ਜਿੱਥੇ ਗਰੀਬ 200 ਬੈੱਡ ਲੱਗਿਆ ਹੋਇਆ ਬਾਪੂ ਬਜ਼ੁਰਗ ਇੱਥੇ ਸੌਂਦੇ ਨੇ ਉੱਪਰ। ਹੁਣ ਇੱਥੇ ਵੀ ਹੁਣ ਡਾਕਟਰ ਲੱਗ ਗਿਆ ਸਾਰਾ, ਆਹ ਕੂਲਰ ਦੇ ਪੁਆਇੰਟ ਦਿੱਤੇ ਗਏ ਨੇ ਤੇ ਵਾਟਰ ਕੂਲਰ ਦੀ ਲੋੜ ਆ, ਇੱਕ ਤਾਂ ਵੱਡੇ ਦੀ, ਇੱਕ ਵਾਟਰ ਫਿਲਟਰ ਦੀ ਲੋੜ ਆ। ਇੱਥੇ ਗਰਮੀਆਂ ਆ ਰਹੀਆਂ ਬਹੁਤ ਜ਼ਿਆਦਾ, ਗਰਮ ਠੰਡੇ ਪਾਣੀ ਦੀ ਲੋੜ ਆ। ਤੇ ਇਵੇਂ ਹੀ ਜਿਹੜਾ ਇਹਦਾ ਉੱਪਰਲਾ ਫਲੋਰ ਆ ਹੁਣ ਉਹਦੀ ਤਿਆਰੀ ਚੱਲ ਰਹੀ ਹੈ ਜੀ। ਜਿਵੇਂ ਤੁਹਾਨੂੰ ਪਤਾ ਲੇਟ ਹੋ ਗਿਆ, ਬਹੁਤ ਟਾਈਲਾਂ ਨਹੀਂ ਮਿਲੀਆਂ, ਪਹਿਲਾਂ ਟਾਈਲਾਂ ਬਹੁਤ ਲੇਟ ਹੋ ਗਈਆਂ ਤੇ ਫਿਰ ਇੱਕ ਇਹਨਾਂ ਦਿਨਾਂ ਚ ਲੇਬਰ ਨਹੀਂ ਮਿਲਦੀ ਗੀ, ਵਾਪਸ ਚਲੇ ਜਾਂਦੀ ਆ ਹੋਲੀ ਤੋਂ ਬਾਅਦ। ਹੁਣ ਇੱਕ ਮੌਸਮ ਏਦਾਂ ਦਾ ਵੋਟਾਂ ਵਾ ਯੂਪੀ ਬਿਹਾਰ ਚ, ਜਿੰਨੀ ਲੇਬਰ ਆ ਉਹ ਯੂਪੀ ਬਿਹਾਰ ਗਈ, ਵਾਪਸ ਹੀ ਨਹੀਂ ਆਈ ਵੋਟਾਂ ਕਰਕੇ, ਇਹਦੇ ਕਰਕੇ ਕੰਮ ਰੁਕ ਗਿਆ। ਫਿਰ ਸਾਡੇ ਕੋਲ ਸਮਾਨ ਨਹੀਂ ਸੀ ਪੂਰਾ, ਸਰੀਆ ਵਗੈਰਾ, ਉੱਪਰਲਾ ਲੈਂਟਰ ਵੀ ਸਾਡਾ ਰੁਕਿਆ ਹੋਇਆ 3 ਮਹੀਨਿਆਂ ਤੋਂ। ਕੱਲ ਵੀ ਅਸੀਂ ਵੀਡੀਓ ਪਾਈ ਸੀ, ਸਰੀਏ ਦੀ ਜ਼ਰੂਰਤ ਆ ਜੀ। ਤੇ ਹੁਣ ਆ ਜੇ ਸਾਡਾ ਕੰਪਲੀਟ ਹੋ ਜਾਵੇ ਕੰਮ, ਫਿਰ ਜਿਹੜੇ ਬਾਪੂ ਉਧਰ ਛੱਡਾਂ ਚ ਪੈਂਦੇ ਆ ਸਾਹਮਣੇ, ਉਹ ਇੱਥੇ ਆ ਜਾਣਗੇ। 200 ਬਾਪੂ ਤਾਂ ਸਾਡੇ ਜਾਂ ਵੀਰ ਆ ਜਿਹੜੇ, ਉਹਦਾ ਥੱਲੇ ਵਾਲੇ ਫਲੋਰ ਚ ਆ ਗਏ ਨੇ। ਤੇ ਹੁਣ 200 ਦੇ ਕਰੀਬ ਹੀ ਮੈਂਬਰ ਨੇ ਜਿਹੜੇ, ਉਹ ਸਾਹਮਣੇ ਸ਼ੈੱਡ ਚ ਤੇ ਇਸ ਸ਼ੈੱਡ ਦੇ ਵਿੱਚ ਪੈਂਦੇ ਨੇ। 60-70 ਪੈਂਦੇ ਇੱਧਰ ਪੈਂਦੇ ਨੇ ਤੇ 100 ਦੇ ਕਰੀਬ ਉੱਧਰ ਪੈਂਦੇ ਨੇ। ਤੇ ਸਾਡੀ ਕੋਸ਼ਿਸ਼ ਆ ਵੀ ਆਹ ਮਈ ਦੇ ਮਹੀਨੇ ਦੇ ਵਿੱਚ ਵਿੱਚ ਇਹ ਸ਼ੈੱਡ ਖਾਲੀ ਹੋ ਜਾਣ, ਕਿਉਂਕਿ ਉਹਨਾਂ ਸ਼ੈੱਡਾਂ ਦੇ ਉੱਤੇ ਜਿਹੜੇ ਅਸੀਂ ਕਾਨੇ ਪਾਏ ਸੀਗੇ, ਤਰਪਾ ਪਰਾਲੀ ਪਾਈ ਸੀਗੀ, ਉਹ ਵੀ ਗਲ ਗਈ ਹੈ ਬਿਲਕੁਲ। ਤੇ ਹੁਣ ਇਹ ਗਰਮ ਹੋ ਜਾਂਦੇ ਆ ਚਾਦਰਾਂ, ਤੇ ਹੁਣ ਚਾਦਰਾਂ 5 ਸਾਲ ਪਾਈਆਂ ਨੂੰ ਹੋ ਗਏ ਆ, ਚਾਦਰਾਂ ਵੀ ਲੀਕ ਹੋਣ ਲੱਗ ਗਈਆਂ, ਤੌਕਾ ਪਾਣੀ ਦਾ ਚੋਣ ਲੱਗ ਜਾਂਦਾ ਮੀਂਹ ਦੇ ਨਾਲ। ਤੇ ਮੈਂ ਸਾਡੀ ਵਾਹਿਗੁਰੂ ਅੱਗੇ ਇਹੀ ਅਰਦਾਸ ਆ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸ਼ੈੱਡ ਖੋਲ ਕੇ ਅਸੀਂ ਉਧਰ ਪਿੱਛੇ ਪਸ਼ੂਆਂ ਵਾਸਤੇ ਪਾਉਣੇ ਆ, ਜਿੱਥੇ ਡੰਗਰ ਪਸ਼ੂ ਰੱਖੇ ਹੋਏ ਆ, ਉਹ ਬਹੁਤ ਥੋੜੀ ਜਗ੍ਹਾ ਦੇ ਵਿੱਚ ਰਹਿ ਰਹੇ ਨੇ ਪਸ਼ੂ ਵੀ, ਕਿਉਂਕਿ ਪਸ਼ੂ ਜ਼ਿਆਦਾ ਵਾ ਤੇ ਜਗ੍ਹਾ ਘੱਟ ਆ। ਤੇ ਆਹ ਹੁਣ ਸਾਡੀ ਟਾਈਲਾਂ ਵਾਲਿਆਂ ਨਾਲ ਗੱਲ ਹੋਈ ਆ ਵੀ 1 ਮਹੀਨੇ ਦੇ ਵਿੱਚ ਵਿੱਚ ਉਹ ਟਾਈਲਾਂ ਸਾਨੂੰ ਕੰਪਲੀਟ ਕਰਕੇ ਦੇਣਗੇ।
ਕੱਲ ਉਹਨਾਂ ਨਾਲ ਗੱਲ ਹੋਈ ਹੈ 5 ਮਈ ਨੂੰ ਤੇ 5 ਜੂਨ ਤੱਕ ਇੱਕ ਮਹੀਨਾ ਦਾ ਟਾਈਮ ਦਿੱਤਾ ਉਹਨਾਂ ਨੂੰ ਵੀ ਇੱਕ ਮਹੀਨੇ ਦੇ ਵਿੱਚ ਉਹ ਇਹ ਸਾਰਾ ਕੰਮ ਇਹਦਾ ਨਿਬੇੜ ਦੇਣਗੇ ਟਾਈਲਾਂ ਦਾ। ਉਹ ਛੋਟੂ ਉਹ ਛੋਟੂ ਇੱਧਰ ਜਿਵੇਂ ਵਾਸ਼ਰੂਮ ਬਣਾਏ ਆ ਥੱਲੇ ਬਾਪੂ ਬਜ਼ੁਰਗਾਂ ਵਾਸਤੇ, ਇੱਦਾਂ ਹੀ ਇੱਧਰ ਵੀ ਬਣਾ ਰਹੇ ਆ। ਉਧਰਲੇ ਪਾਸੇ ਸਾਰੀਆਂ ਟੋਇਲਟ ਸੀਟਾਂ ਲੱਗਣੀਆਂ ਵਾ, ਦੇਸੀ ਸੀਟਾਂ ਲੱਗਣੀਆਂ, ਇੱਧਰ ਅੰਗਰੇਜ਼ੀ ਸੀਟਾਂ ਲੱਗਣੀਆਂ ਸਾਰੀਆਂ। ਤੇ ਆਹ ਸਾਹਮਣੇ ਜੋਰਨਰ ਲੱਗਣੇ ਪਿਸ਼ਾਬ ਵਾਲੇ, ਤੇ ਆਹ ਸ਼ੰਖ ਲੱਗਣੇ ਆ ਇੱਥੇ। ਉਧਰ ਸਾਰੇ ਸ਼ਾਵਰ ਏਰੀਆ ਵਾ, ਉਧਰ ਸ਼ਾਵਰ ਲੱਗਣੇ, ਟੂਟੀਆਂ ਲੱਗਣੀਆਂ ਵਾ ਨਹਾਉਣ ਵਾਸਤੇ। ਤੇ ਉਹ ਕਾਕਾ ਬਾਰੀ ਖੋਲਣੀ ਬਾਈ, ਉਹ ਚਿੜੀ ਫਸ ਗਈ ਇਹਦੇ ਚ, ਉਹ ਮੇਰਾ ਸ਼ੀਸ਼ਾ ਲੱਗ ਗਿਆ, ਉਹਨੂੰ ਪਤਾ ਨੀ ਲੱਗ ਰਿਹਾ ਰਾਹ, ਖੋਲ ਕੇ ਸ਼ੀਸ਼ੇ ਵਾਲੀ ਬਾਰੀ, ਉਹਦੇ ਵਿਚਾਰੀ ਚਿੜੀ ਨਿਕਲ ਨੀ ਪਾ ਰਹੀ। ਖੋਲਦੇ 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 ਕੋਈ ਨਾ, ਪੂਰੀ ਖੋਲਦੇ ਬਾਰੀ। ਹਾਂ ਉਧਰ ਹੀ ਨੰਗੇ ਜਾ ਪੁੱਤ, ਹਾਂ ਲੈ ਲੈ ਲੈ, ਐਂ ਨੀ ਕੱਢਦੇ ਬਾਹਰ, ਚਾਲ ਉੱਡ ਗਈ, ਚਲੋ ਸ਼ੁਕਰ। ਦੇਖੋ ਕਿੱਦਾਂ ਅਸੀਂ ਨਾ ਆਉਂਦੇ ਵਿਚਾਰੀ ਨੇ, ਪਤਾ ਨੀ ਕਿੰਨੇ ਘੰਟੇ ਹੋਰ ਐਂ ਕਰੀ ਜਾਣਾ ਸੀ ਉੱਥੇ। ਆਹ ਹੁਣ ਕੂਲਰਾਂ ਦਾ ਡਾਕਟਰ ਬਣੀ ਜਾਂਦਾ ਜੀ ਇਹ, ਇਹ ਇੱਥੇ ਵੀ ਪੈਣਾ ਮੈਂ ਕੂਲਰਾਂ ਦਾ ਡਾਕਟਰ। ਤੇ ਹੁਣ ਕੂਲਰ ਚਾਹੀਦੇ ਆ ਜੀ ਸਾਨੂੰ ਵੱਡੇ ਕੂਲਰ, ਏਅਰ ਵਾਸ਼ਰ ਕੂਲਰ ਲਵਾਇਆ ਜੀ ਅੱਗੇ ਨਾ, ਜਿਵੇਂ ਅਸੀਂ ਕੂਲਰ ਲਵਾਏ ਆ, ਮੰਨ ਲਓ ਬੀਬੀਆਂ ਵਾਲੇ ਪਾਸੇ ਹੁਣ 2 ਕੂਲਰ ਲੱਗੇ ਆ ਵੱਡੇ, ਤੇ ਜੇ ਇਧਰਲੇ ਪਾਸੇ ਨੂੰ ਵੀ ਅਸੀਂ ਕਵਰ ਕਰਦੇ ਆ ਬੱਚਿਆਂ ਵਾਲੇ ਨੂੰ ਵੀ ਤਾਂ ਇੱਕ ਹੋਰ ਲੱਗੂਗਾ, ਮੰਨ ਲਓ 3 ਕੂਲਰ ਲੱਗਣੇ ਵੱਡੇ, ਜਿਹੜੇ ਕਿ ਮੰਨ ਲਓ 2-2 ਦੀ ਮੋਟਰ ਲੱਗੀ ਹੋਈ ਆ, ਮਤਲਬ ਦੋਨੇ 3 ਕੂਲਰਾਂ ਦੀ ਜੇ ਆਪਾਂ ਪਾਵਰ ਨੂੰ ਮੈਚ ਕਰ ਲਈਏ ਤਾਂ 6 ਕਿਲੋਵਾਟ ਬਣ ਗਿਆ। ਤੇ ਹੁਣ ਇਸ ਵਾਰ ਅਸੀਂ ਵੱਡੇ ਕੂਲਰਾਂ ਦਾ ਪਤਾ ਕੀਤਾ, ਇਹਨਾਂ ਨੂੰ ਏਅਰ ਵਾਸ਼ਰ ਕਹਿੰਦੇ ਆ। ਇੱਕ ਜਿਵੇਂ ਆ ਪੂਰਾ ਹੁਣ ਫਲੋਰ ਤਿਆਰ ਹੋ ਰਿਹਾ ਜੀ, ਇਹ ਤੀਜਾ, ਇਹਦੇ ਚ ਹਜੇ ਕੰਧਾਂ ਹੋਣੀਆਂ, ਇੱਟਾਂ ਦੀ ਘਾਟ ਆ, ਇੱਟਾਂ ਦੀ ਲੋੜ ਆ ਸਾਨੂੰ ਜੀ। ਤੇ ਇਹਨਾਂ ਦਾ ਕੰਮ ਵਿੱਚੇ ਰੁਕਿਆ ਹੋਇਆ, ਦੇਖੋ ਇੰਨੀ ਇੰਨੀਆਂ ਕੰਧਾਂ ਕਰਾ ਕੇ ਅਸੀਂ ਰੋਕਤਾ ਸੀਗਾ, ਕਿਉਂਕਿ ਸਾਡੇ ਕੋਲ ਇੱਟ ਨਹੀਂ ਸੀ ਪੂਰੀ ਆਈ ਹੈ ਹੈਗੀ ਹਜੇ ਤੱਕ। ਤੇ ਸੰਗਤ ਨੂੰ ਬੇਨਤੀ ਆ ਵੀ ਇੱਟਾਂ ਦੀ ਸੇਵਾ ਵੀ ਜ਼ਰੂਰ ਕਰਵਾਇਓ। ਇਹ ਨੇ ਜੀ ਏਅਰ ਵਾਸ਼ਰ ਜਿਹੜਾ ਲੱਗਿਆ ਹੋਇਆ, 3 ਲੱਖ ਰੁਪਏ ਦਾ ਲੱਗਿਆ ਜੀ ਏਅਰ ਵਾਸ਼ਰ ਇਹ। ਤੇ ਇਹ ਇੱਕੋ ਹੀ ਲੱਗੂਗਾ ਪੂਰੇ ਫਲੋਰ ਨੂੰ। ਇਹ ਕੂਲਰ ਆ ਜੀ ਬਹੁਤ ਵੱਡਾ ਸਾਰਾ, ਇਹਦੀ ਜਿਹੜੀ ਕਪੈਸਿਟੀ ਆ
ਇਸ ਤਰ੍ਹਾਂ ਵਾ ਜੀ, ਆਹ ਵੱਡੀ ਮੋਟਰ ਲੱਗੀ ਹੋਈ ਆ ਇਹਦੇ ਵਿੱਚ, ਇਹਦੀ ਮੋਟਰ ਹੈ ਬਸ ਵੀ ਮਿਲੇ ਹੈਵਲਸ ਕੰਪਨੀ ਦੀ ਹੈ ਮੋਟਰ ਇਹ 7.5 HP ਦੀ ਆ ਤੇ ਇਹਨੇ ਆਹ ਵੱਡਾ ਬਲੋਰ ਚਲਾਉਣਾ ਜੀ ਏਦਾਂ ਇਹਨੇ ਆ ਪੂਰੇ ਏਰੀਏ ਨੂੰ ਠੰਡਾ ਕਰਨਾ ਥੱਲੇ ਵਾਲੇ ਨੂੰ ਇੱਥੋਂ ਆ ਫੇਸ ਤੋਂ ਇਹਦੇ 'ਚ ਡਾਕਟਰ ਲੱਗਣਾ ਜੀ ਇਹਨੇ ਬਲੋਰ ਨੇ ਇਸ ਤਰ੍ਹਾਂ ਹਵਾ ਮਾਰਨੀ ਹੈ ਪੂਰੀ ਘੁਮਾ ਕੇ ਇੱਥੋਂ ਸਿੱਧਾ ਡਾਕਟਰ ਇੰਦਰ ਥੱਲੇ ਜਾਣਾ ਜੀ ਹੁਣ ਆ ਬੀਬੀਆਂ ਵਾਲੇ ਪਾਸੇ ਦੇਖੋ ਸਾਡੇ ਥੱਲੇ 2 ਕੂਲਰ ਪਏ ਨੇ ਹੋਰ ਕਰੀ ਅੰਦਰ ਨੂੰ ਆ ਦੇਖੋ ਇੱਥੇ 2 ਕੂਲਰ ਪਏ ਨੇ ਤੇ ਅਜੇ 2 ਪੂਰੀ ਬਿਲਡਿੰਗ ਨੂੰ ਜੇ ਕਵਰ ਕਰਦੇ ਆ ਤਾਂ 2 ਕੂਲਰ ਹਜੇ ਡਾਕਟਰ ਨਾਲੋਂ ਇਹ ਕਹਿੰਦੇ ਸੀ ਮਿਸਤਰੀ ਵੀ ਹੋਰ ਲੱਗਣਗੇ ਮਤਲਬ ਜੇ 4 ਕੂਲਰ ਲੱਗਦੇ ਆ ਤਾਂ 8 ਕਿਲੋਵਾਟ ਦੇ ਹੋ ਗਏ 4 ਕੂਲਰ ਤੇ 8 ਕਿਲੋਵਾਟ ਦੇ ਚੱਲਦੇ ਆ ਕੂਲਰ ਤਾਂ ਬਿਜਲੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਇਹ ਹੁਣ 7.5 ਕਿਲੋਵਾਟ ਦਾ ਇੱਕ ਮੋਟਰ ਹੈ ਇਹਦੇ 'ਚ ਪਰ ਜਦੋਂ ਇਹ ਰਨਿੰਗ 'ਚ ਚਲੇ ਜਾਂਦੀ ਹੈ ਤਾਂ ਇਹ 5-6 ਕਿਲੋਵਾਟ ਹੀ ਲੈਂਦੀ ਹੈ ਤੇ ਇਹ ਲੱਗਣੇ ਜੀ 3 ਲੱਗਣੇ ਏਅਰ ਵਾਸ਼ਰ ਸਾਡੇ ਇੱਕ ਅਸੀਂ ਲਵਾ ਲਿਆ ਤੇ 2 ਹੋਰ ਲੱਗਣੇ ਆ ਤੇ ਇਹਨਾਂ ਵੱਡੇ ਕੂਲਰਾਂ ਦੀ ਜੇ ਕੋਈ ਭੈਣ ਭਰਾ ਸੇਵਾ ਕਰਾਉਣਾ ਚਾਹੁੰਦਾ ਤਾਂ ਉਹ ਵੀ ਜ਼ਰੂਰ ਸਾਨੂੰ ਆਪਣਾ ਨਾਮ ਨੋਟ ਕਰਾਇਓ 3.75 ਲੱਖ ਰੁਪਏ ਦਾ ਲਗਭਗ ਇਹ ਸਾਰਾ ਪ੍ਰੋਜੈਕਟ ਆ ਜਿਹੜਾ ਇਹ ਲੱਗਦਾ ਜੀ ਤੇ ਹੁਣ ਇਹਦੀ ਬਿਲਡਿੰਗ ਦੇ ਉੱਪਰਲੀ ਜਿਹੜੀ ਲਾਸਟ ਮੰਜ਼ਿਲ ਆ ਉਹ ਹੁਣ ਚੱਲ ਰਿਹਾ ਜੀ ਕੰਮ ਉਹਦਾ ਉਹਦੀ ਸ਼ਟਰਿੰਗ ਹੁਣ ਤੁਸੀਂ ਦੇਖ ਸਕਦੇ ਹੋ ਇਹਦੀ ਸ਼ਟਰਿੰਗ ਹੋ ਗਈ ਆ ਤੇ ਬਾਕੀ ਜਿਹੜਾ ਕੰਮ ਆ ਹਜੇ ਉਹ ਸਾਰਾ ਉਹ ਰਹਿੰਦਾ ਵਾ ਬਸ ਅਰਦਾਸ ਕਰਿਓ ਵੀ ਇਹ ਜਿਹੜਾ ਕਾਰਜ ਆ ਇਹ ਵੀ ਸਾਡਾ ਪੂਰਾ ਹੋ ਜਾਵੇ ਨੇਪਰੇ ਚੜ ਜਾਵੇ ਤੇ ਇਹ ਲਾਸਟ ਜਿਹੜੀ ਮੰਜ਼ਿਲ ਆ ਹੁਣ ਪੈਣ ਜਾ ਰਹੀ ਹੈ ਇਹਦਾ ਕਾਰਜ ਕੰਪਲੀਟ ਹੋ ਜਾਵੇ ਇਹਦੀ ਜਿਹੜੀ ਲੈਂਟਰ ਦੇ ਕੰਮ ਆ ਜਿਹੜਾ ਉਹ ਬਹੁਤ ਸਲੋ ਆ 3 ਮਹੀਨੇ ਹੋ ਗਏ ਇੱਥੇ ਹੀ ਖੜਾ ਚੱਲ ਨਹੀਂ ਰਿਹਾ ਕਿਉਂਕਿ ਸਰੀਏ ਦੀ ਜ਼ਰੂਰਤ ਆ ਜਿਹੜੀ ਉਹ ਬਹੁਤ ਜ਼ਿਆਦਾ ਸੀ ਅਤੇ ਸਰੀਆ ਪੂਰਾ ਨਹੀਂ ਹੋ ਪਾ ਰਿਹਾ ਸੀ
ਉਹਨੇ ਕੰਧਾਂ ਦੀ ਜਿਹੜੀ ਚਾਰ ਦੀਵਾਰੀ ਹੋਣੀ ਆ ਉਹਦੇ ਵਿੱਚ ਲੋੜ ਆ ਇੱਟਾਂ ਦੀ, ਇੱਕ ਆ ਜੰਗਲਾ ਬਣਨਾ ਇਹਦੇ ਵਾਸਤੇ ਲੋਹੇ ਦੇ ਸਮਾਨ ਦੀ ਲੋੜ ਆ। ਹੁਣ ਇੱਟ ਦੀ ਹੁਣ ਘਾਟ ਹੋਣ ਕਰਕੇ ਅਸੀਂ ਜਿਹੜੀ ਇੱਧਰ ਹੁਣ ਕੰਧ ਕੀਤੀ ਆ ਇਹ ਅਸੀਂ ਉਹ ਸਲੈਬਾਂ ਜਿਹੀਆਂ ਦੀ ਬਣਦੀ ਆ, ਕੰਧ ਸਸਤੀ ਪੈਂਦੀ ਆ ਕਾਫੀ ਜ਼ਿਆਦਾ, ਅਸੀਂ ਇਹ ਕਰਾ ਰਹੇ ਆ ਕੰਧ ਸੀਮੈਂਟ ਦੇ ਸਲੈਬ ਜੇ। ਹੁਣ ਜਿਵੇਂ ਤੁਸੀਂ ਦੇਖਦੇ ਹੋ ਕੱਪੜੇ ਸੁੱਕਣੇ ਪਾਏ ਹੋਏ ਆ, ਸਾਰਾ ਦਿਨ ਸਾਡੇ ਟੀਮ ਮੈਂਬਰ ਕੱਪੜੇ ਧੋ ਧੋ ਕੇ ਸੁੱਕਣੇ ਪਾਈ ਜਾਂਦੇ ਆ, ਦੋ ਦੋ ਘੰਟਿਆਂ ਬਾਅਦ ਜਦੋਂ ਦੂਜੇ ਕੱਪੜੇ ਸੁੱਕੀ ਜਾਂਦੇ ਚੱਕੀ ਜਾਂਦੇ ਨਵੇਂ ਪਾਈ ਜਾਂਦੇ ਆ। ਇਸ ਜਗ੍ਹਾ ਦੇ ਉੱਤੇ ਮਸ਼ੀਨਾਂ ਲੱਗੀਆਂ ਹੋਈਆਂ ਇੱਧਰ ਆ, ਛੋਟਾ ਜਿਹਾ ਏਰੀਆ ਨੀਲਾ ਜਿਹਾ ਤੇ ਉਹ ਛੋਟਾ ਜਿਹਾ ਹਰਾ ਜਿਹਾ, ਇੰਨੇ ਦੇ ਵਿੱਚ ਵਿੱਚ ਹੀ ਮਸ਼ੀਨਾਂ ਲੱਗੀਆਂ ਤੇ ਉੱਥੇ ਸਮੈਲ ਬਹੁਤ ਆਉਣ ਲੱਗ ਜਾਂਦੀ ਹੈ ਕੱਪੜਿਆਂ ਦੇ ਵਿੱਚੋਂ। ਹੁਣ ਗੰਦਗੀ ਬਹੁਤ ਹੁੰਦੀ ਹੈ, ਟੋਇਲਟ ਵਾਲੇ ਕੱਪੜੇ ਹੁੰਦੇ ਆ, ਇਨਫੈਕਸ਼ਨ ਬਹੁਤ ਇਕੱਠੀ ਹੋ ਜਾਂਦੀ ਆ। ਤੇ ਹੁਣ ਸਾਡੀ ਕੋਸ਼ਿਸ਼ ਆ, ਸ਼ੁਰੂ ਕਰਿਆ ਅਸੀਂ ਸ਼ੈੱਡ ਪਾਉਣਾ ਉੱਥੇ, ਹੁਣ ਉਹ ਸਾਹਮਣੇ ਜਿੱਥੇ ਮਸ਼ੀਨ ਖੜੀ ਆ ਇੱਥੇ ਅਸੀਂ ਇੱਕ ਸ਼ੈੱਡ ਪਾਉਣਾ ਵਾ ਜੀ। ਉਹਦੇ ਵਾਸਤੇ ਸਾਨੂੰ ਚਾਦਰਾਂ ਚਾਹੀਦੀਆਂ ਲੋਹੇ ਦੀਆਂ, ਗਾਡਰ ਚਾਹੀਦੇ ਆ ਤੇ ਇਹ ਦਫ਼ਤਰ ਬਣਾ ਰਹੇ ਹਾਂ ਜੀ ਇੱਥੇ। ਇੱਥੇ ਵੀ ਗਾਡਰ ਬਾਲੇ ਪਾ ਰਹੇ ਹਾਂ, ਸਾਨੂੰ ਗਾਡਰ ਤੇ ਬਾਲਿਆਂ ਦੀ ਲੋੜ ਆ ਜੀ। ਤੇ ਇਹ ਵੀ ਸਮਾਨ ਜ਼ਰੂਰ ਸੰਗਤ ਨੂੰ ਬੇਨਤੀ ਆ ਪਹੁੰਚਦਾ ਕਰਿਓ। ਜਿਹੜੇ ਭੈਣ ਭਰਾ ਸੇਵਾ ਨਹੀਂ ਵੀ ਕਰ ਸਕਦੇ ਹੋ ਸ਼ੇਅਰ ਜ਼ਰੂਰ ਕਰਦਿਆ ਕਰੋ, ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਜਾਂ ਤੁਸੀਂ ਕਿਸੇ ਨੂੰ ਆਪਣੇ ਦੋਸਤ ਮਿੱਤਰ ਨੂੰ ਕਿਸੇ ਰਿਸ਼ਤੇਦਾਰ ਨੂੰ ਕਿਸੇ ਲਿਹਾਜੀ ਨੂੰ ਪ੍ਰੇਰਿਤ ਕਰ ਸਕਦੇ ਹੋ ਵੀ ਭਾਈ ਉੱਥੇ ਇਹਨਾਂ ਚੀਜ਼ਾਂ ਦੀ ਲੋੜ ਆ, ਇੱਟਾਂ ਦੀ ਜਾਂ ਸੀਮੈਂਟ ਦੀ ਜਾਂ ਸਰੀਏ ਦੀ। ਹਾਂ ਠੀਕ ਆ। ਮੰਨ ਲਈ ਇਹ ਚੱਕ ਦੋ ਇਧਰੋਂ ਸਾਰੇ, ਇਹ ਚੱਕ ਦੋ। ਹਾਂ ਤੋੜੀ ਜਾਂਦੇ ਬੱਚੇ ਖਿੱਚ ਖਿੱਚ ਕੇ, ਇੱਕ ਆ ਜਿਵੇਂ ਇਸ ਤਰ੍ਹਾਂ ਦੇ ਬੂਟਿਆਂ ਦੀ ਲੋੜ ਆ ਜੀ ਸਾਨੂੰ, ਜਿਹੜੇ ਗਮਲਿਆਂ ਚ ਲੱਗ ਸਕਣ, ਥੋੜਾ ਥੋੜਾ ਮੂਹਰੇ ਸਜਾਵਟ ਵਾਸਤੇ ਰੱਖਣੇ ਆ, ਥੋੜੀ ਹਰਿਆਲੀ ਸੋਹਣਾ ਲੱਗਦੀ ਆ। ਬਾਪੂ ਬਜ਼ੁਰਗਾਂ ਦੀਆਂ ਜਿੰਨੀਆਂ ਵਾਰਡਸ ਨੇ ਸਾਰੀਆਂ ਉਹਨਾਂ ਦੇ ਮੂਹਰੇ ਮੂਹਰੇ ਗਮਲੇ ਤਾਂ ਅਸੀਂ ਬਣਵਾ ਲਏ ਸੀਗੇ, ਤਿਆਰ ਕਰਾ ਲਏ ਸੀਗੇ ਸੀਮੈਂਟ ਦੇ ਇੱਥੇ ਤੇ
ਪਰ ਹੁਣ ਗਮਲਿਆਂ ਦੇ ਵਿੱਚ ਜਿਹੜੇ ਬੂਟੇ ਲੱਗਣੇ ਆ ਉਹਨਾਂ ਦੀ ਜ਼ਰੂਰਤ ਆ ਜੀ। ਇੱਧਰ ਆ ਤੁਹਾਨੂੰ ਦਿਖਾਈਏ ਜੀ ਕੱਪੜੇ ਵਾਲੀਆਂ ਮਸ਼ੀਨਾਂ ਜਿੱਥੇ ਚੱਲਦੀਆਂ ਸਾਡੀਆਂ। ਇੱਕ ਦੋ ਮਸ਼ੀਨਾਂ ਦੀ ਵੀ ਲੋੜ ਆ ਜੀ ਕੱਪੜੇ ਵਾਲੀਆਂ ਦੀ। ਦੇਖੋ ਹੁਣ ਤੁਸੀਂ ਆ ਮਸ਼ੀਨ ਆ ਜੀ ਵੱਡੀ, ਇਹਦੇ ਚ ਕੱਪੜੇ ਧੋਤੇ ਜਾਂਦੇ ਆ। ਕਾਲੂ ਕਿਵੇਂ ਵੀਰੇ, ਸੁੱਤਾ ਪਿਆ ਸੀ? ਤੇ ਇੱਧਰ ਆ ਮਸ਼ੀਨਾਂ ਵਾ ਛੋਟੀਆਂ ਆ ਜਿਹਦੇ ਚ ਕੱਪੜੇ ਧੋਤੇ ਜਾ ਰਹੇ ਆ। ਹੁਣ ਇਹ ਵੀ ਮਸ਼ੀਨ ਭਰੀ ਹੋਈ ਆ, ਚੱਲੀ ਜਾਂਦੀ ਆ। ਦੇਖੋ ਇਹ ਸਾਰਾ ਦਿਨ ਇਹਦੇ ਚ ਕੱਪੜੇ ਧੋਤੇ ਜਾਂਦੇ ਆ, ਕੱਪੜੇ ਇਹਦੇ ਵਿੱਚ ਪਾ ਦੇਣੇ ਆ। ਇਹਦੇ ਆ ਡਰੰਮ ਜਿਹਾ ਖੋਲ ਕੇ ਤੁਸੀਂ ਬਸ ਇਹਦੇ ਵਿੱਚ ਚੱਲੀ ਜਾਂਦੀ ਆ ਮਸ਼ੀਨ, ਕੱਪੜੇ ਧੋਈ ਜਾਂਦੀ। ਸਤਿ ਸ਼੍ਰੀ ਅਕਾਲ ਮਿੱਠੀ ਵੀਰੇ, ਇਹ ਮਿੱਠੀ ਵੀਰਾ ਵਾ, ਇਹਦੀ ਡਿਊਟੀ ਆ ਕੱਪੜਿਆਂ ਤੇ। ਪਰ ਇਹ ਜਗ੍ਹਾ ਹੁਣ ਬਹੁਤ ਛੋਟੀ ਰਹਿ ਗਈ ਆ ਤੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਆ। ਆ ਪਿਛਲੇ ਤਿੰਨ ਚਾਰ ਮਹੀਨਿਆਂ ਚ ਕਰੀਬ 100 ਦੇ ਆਸ ਪਾਸ ਨਵੇਂ ਮੈਂਬਰ ਸਾਡੇ ਕੋਲ ਆ ਗਏ ਆ। ਤੇ ਫਿਰ ਕਰੀਬ ਹਰ ਕੈਂਪ ਦੇ ਵਿੱਚ 70-80 ਮੈਂਬਰ ਸਾਡੇ ਕੋਲ ਜਿਹੜੇ ਆਉਂਦੇ ਨੇ, ਜਿਹੜੇ ਇੱਥੇ ਰਹਿੰਦੇ ਨੇ। 20-25 ਮਰੀਜ਼ ਰੱਖ ਲੈਂਦੇ ਆ, ਗਾਂ ਉਹਨਾਂ ਦੇ ਨਾਲ ਵੀ ਹੁੰਦੇ ਇੱਕ ਦੋ ਜਾਣੇ, ਤੇ ਉਹਨਾਂ ਦਾ ਲੀੜਾ ਕੱਪੜਾ ਵੀ ਹੁੰਦਾ। ਤੇ ਇਹ ਦਫ਼ਤਰ ਆ ਜੀ ਜਿਹੜਾ ਬਣਾਉਣ ਲੱਗੇ ਆ ਹਨਾ, ਤੇ ਬਹੁਤ ਸਮੱਸਿਆ ਸੀ ਹੁਣ ਤੀਕਰ, ਜਿਵੇਂ ਸਾਰਾ ਰਿਕਾਰਡ ਮੇਨਟੇਨ ਕਰਨਾ, ਸਾਂਭਣਾ, ਡਿਪਾਰਟਮੈਂਟ ਅਲੱਗ ਅਲੱਗ ਹਨਾ ਚੱਲਣੇ, ਤੇ ਹੁਣ ਉਹਦੀ ਕੋਸ਼ਿਸ਼ ਕਰ ਰਹੇ ਆ। ਛੋਟੀ ਜੀ ਵੀ ਇੱਥੇ ਦਫ਼ਤਰ ਬਣ ਜਾਣਗੇ, ਜਿਹੜੀ ਸੰਗਤ ਸਮਾਨ ਦੇ ਕੇ ਜਾਂਦੀ ਆ ਉਹਦੇ ਵਾਸਤੇ ਸਟੋਰ ਬਣ ਜਾਣਗੇ। ਹੁਣ ਤਾਂ ਜਿਵੇਂ ਆਹ ਪਲਾਸਟਿਕ ਦੇ ਇੱਦਾਂ ਕੱਚੇ ਬਣਾਏ ਹੋਏ ਆ ਸਾਡੇ, ਇਹਦੇ ਵਿੱਚ ਹੀ ਅਸੀਂ ਰੱਖਦੇ ਹਾਂ ਸਮਾਨ ਸਾਰਾ। ਜਵੰਦਾ ਭੱਠੇ ਤੋਂ ਹਰਪ੍ਰੀਤ ਸਿੰਘ ਜਵੰਦਾ ਸਾਡਾ ਵੀਰ ਉਥੋਂ ਇੱਟਾਈ ਆ, ਧੰਨਵਾਦ ਆ ਉਹਦਾ ਬਾਈ ਦਾ, ਜਦੋਂ ਕਹੀਦਾ ਉਹਨੂੰ ਉਹ ਇੱਟ ਭੇਜ ਦਿੰਦਾ ਪੈਸੇ। ਚਲੋ ਹੌਲੀ ਹੌਲੀ ਸੰਗਤ ਵੱਲੋਂ ਜਿਵੇਂ ਜਿਵੇਂ ਜਾਈ ਜਾਂਦੇ ਆ ਫਿਰ ਉਵੇਂ ਉਵੇਂ ਚੱਲੀ ਜਾਂਦਾ ਜੀ। ਤੇ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ, ਜਿਹੜਾ ਤੁਸੀਂ ਸਾਡੇ ਨਾਲ ਜੁੜੇ ਹੋ। ਤੇ ਤੁਹਾਡੀਆਂ ਦੁਆਵਾਂ, ਅਰਦਾਸਾਂ ਤੇ ਅਸੀਸਾਂ ਸਦਕਾ ਇਹ ਸੇਵਾ ਜਿਹੜੀ ਆ ਨਿਰੰਤਰ ਚੱਲ ਰਹੀ ਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।